ਪ੍ਰਾਈਮੇਸ਼ਰ ਟੀਵੀ ਇਹ ਦੂਜੀ ਦੀਵਾਲੀ ਤੁਹਾਡੇ ਨਾਲ ਮਨਾ ਰਿਹਾ ਜੀ ਅਤੇ ਇਸ 2 ਸਾਲ ਦੇ ਵਕਫੇ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਪ੍ਰਾਈਮੇਸ਼ਰ ਟੀਵੀ ਨੂੰ ਕਿ ਅਸੀਂ ਹੋਰ ਵੀ ਦੂਣੇ ਚੌਣੇ ਹੋ ਕੇ ਮਿਹਨਤ ਦੇ ਨਾਲ ਨਵੇਂ ਨਵੇਂ ਪ੍ਰੋਗਰਾਮ ਆਪ ਜੀ ਲਈ ਲੈ ਕੇ ਆ ਰਹੇ ਹਾਂ ਅਤੇ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡਾ ਸਾਡਾ ਸਾਥ ਜਿਹੜਾ ਉਹ ਬਣਿਆ ਰਹੇ ਅਤੇ ਜਿਹੜਾ ਪਿਆਰ ਮੁਹੱਬਤ ਦਾ ਸਿਲਸਿਲਾ ਹੈ ਇਹ ਦਿਨੋਂ ਦਿਨ ਵੱਧਦਾ ਰਹੇ ਅਤੇ ਆਪਣਾ ਪ੍ਰਾਈਮੇਸ਼ਰ ਟੀਵੀ ਦਾ ਜਿਹੜਾ ਪਰਿਵਾਰ ਹੈ ਉਹ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਧੇ ਫੁੱਲੇ ਆਪ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਮੇਰੇ ਵੱਲੋਂ ਯਾਨੀ ਗੁਰਪ੍ਰੀਤ ਸੰਧਾਂ ਵਾਲੇ ਵੱਲੋਂ ਅਤੇ ਨਾਲ ਦੀ ਨਾਲ ਪ੍ਰਾਈਮੇਸ਼ਰ ਟੀਵੀ ਦੀ ਪੂਰੀ ਟੀਮ ਵੱਲੋਂ ਪ੍ਰਾਈਮ ਫੋਕਸ ਸ਼ੁਰੂ ਹੋ ਚੁੱਕਿਆ ਜੀ ਪ੍ਰਾਈਮ ਫੋਕਸ ਦਾ ਜਿਹੜਾ ਅੱਜ ਦਾ ਦਿਨ ਹੈ ਉਹ ਹੈਲਥ ਨਾਲ ਸੰਬੰਧਿਤ ਹੁੰਦਾ ਅਤੇ ਮੈਨੂੰ ਕਈ ਬੰਦਿਆਂ ਨੇ ਇਹ ਗੱਲ ਪੁੱਛੀ ਕਿ ਦੀਵਾਲੀ ਵਾਲੇ ਦਿਨ ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ ਕਿ ਵੱਡੀ ਅੰਤੜੀ ਤੋਂ ਜਾਰੀ ਹੁੰਦਾ ਮੌਤ ਦਾ ਫਰਮਾਨ ਹੁਣ ਇਹ ਮੌਤ ਦਾ ਵਾਰੰਟ ਵੀ ਆਪਾਂ ਕਹਿ ਸਕਦੇ ਹੁਣ ਇਹ ਕਿਉਂ ਗੱਲ ਮੈਂ ਕੀਤੀ ਇਸ ਕਰਕੇ ਕੀਤੀ ਕਿਉਂਕਿ ਇਹੀ ਉਹ ਦਿਨ ਹੁੰਦੇ ਨੇ ਜਦੋਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਆਪਾਂ ਓਵਰ ਈਟਿੰਗ ਕਰਦੇ ਹਾਂ ਆਪਾਂ ਕੁਛ ਇਹੋ ਜਿਹਾ ਖਾਂਦੇ ਹਾਂ ਕਿ ਜਿਹੜਾ ਅੱਗੇ ਜਾ ਕੇ ਆਪਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਫਸਾ ਦਿੰਦਾ ਸੋ ਤੁਸੀਂ ਜਿੱਥੇ ਵੀ ਹੋ ਜਿਹੋ ਜਿਹਾ ਵੀ ਮਾਹੌਲ ਚਾਲ ਹੈ ਉਹਦੇ ਵਿੱਚ ਆਪਣੇ ਖਾਣ ਪੀਣ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿਉਂਕਿ ਇੱਥੋਂ ਹੀ ਆਪਣੀ ਜਿਹੜੀ ਹੈਲਥ ਹੈ ਉਹਦੀ ਬੁਨਿਆਦ ਸ਼ੁਰੂ ਹੁੰਦੀ ਹੈ ਅਤੇ ਇਹ ਸਾਰੇ ਕੁਛ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਆਪਣੇ ਨਾਲ ਸਟੂਡੀਓ 'ਚ ਨੇ ਡਾਕਟਰ ਹਰਚੰਦ ਸਿੰਘ ਜੀ ਆਪਾਂ ਸਵਾਗਤ ਕਰਦੇ ਹਾਂ ਉਹਦਾ ਸਰ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਮੂਹ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਅੱਜ ਦਾ ਦਿਨ ਖੁਸ਼ੀਆਂ ਭਰਿਆ ਦਿਨ ਹੈ ਲੋਕ ਇਸ ਨਜ਼ਰੀਏ ਨਾਲ ਮਨਾਉਂਦੇ ਨੇ ਔਰ ਜਦੋਂ ਖੁਸ਼ੀ ਹੁੰਦੀ ਆ ਤਾਂ ਖੁਸ਼ੀ ਦੇ ਵਿੱਚ ਅਸੀਂ ਕੀ ਹੈਗਾ ਆ ਖਾਸ ਕਰਕੇ ਖਾਣ ਪੀਣ ਬਾਰੇ ਭੁੱਲ ਜਾਂਦੇ ਹੈਗੇ ਹਾਂ ਕਿ ਬਸ ਖੁਸ਼ੀ ਦੇ ਵਿੱਚ ਬਹੁਤ ਜ਼ਿਆਦਾ ਵੀ ਖਾ ਜਾਂਦੇ ਹੈਗੇ ਹਾਂ ਅਤੇ ਘੱਟਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਅਤੇ ਇਸ ਵਜ੍ਹਾ ਕਰਕੇ ਇਹ ਜੋ ਖਾਣ ਦਾ ਵੀ ਹੈਗਾ ਆ ਖਾਣ ਬਾਰੇ ਲਿਖਿਆ ਹੈ ਗੁਰਬਾਣੀ ਅੰਦਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ ਸੋ ਖਾਣਾ ਜੋ ਹੈਗਾ ਆ ਖਾਣੇ ਦੇ ਨਾਲ ਸਾਨੂੰ ਆਨੰਦ ਆਉਣਾ ਚਾਹੀਦਾ ਹੈ ਖਾਣੇ ਦੇ ਨਾਲ ਸਾਨੂੰ ਐਨਰਜੀ ਆਉਣੀ ਚਾਹੀਦੀ ਹੈ ਖੁਸ਼ੀ ਮਿਲਣੀ ਚਾਹੀਦੀ ਹੈਗੀ ਆ ਪਰ ਜਿਸ ਖਾਣੇ ਦੇ ਨਾਲ ਸਾਡੀ ਖੁਸ਼ੀ ਭੰਗ ਹੋਵੇ ਔਰ ਉਹਦੇ ਵਿੱਚੋਂ ਆਨੰਦ ਨਾ ਆਵੇ ਕੋਈ ਸੁੱਖ ਨਾ ਬਣੇ ਸੋ ਉਹਨੂੰ ਉਹ ਖੁਸ਼ੀ ਖੁਆਰ ਕਰਨ ਵਾਲੀ ਗੱਲ ਹੈਗੀ ਆ ਸੋ ਇਸ ਵਜ੍ਹਾ ਕਰਕੇ ਸਾਨੂੰ ਆਹਾਰ ਬਾਰੇ ਜਿਸ ਤਰ੍ਹਾਂ ਪਹਿਲਾਂ ਵੀ ਕਾਫੀ ਜ਼ਿਕਰ ਹੋ ਚੁੱਕਾ ਇਸ ਸਬਜੈਕਟ ਦੇ ਉੱਤੇ ਸੋ ਆਹਾਰ ਜਿਹੜਾ ਹੈਗਾ ਬੜਾ ਜ਼ਰੂਰੀ ਹੈ ਔਰ ਸਾਨੂੰ ਇਹਦੇ ਬਾਰੇ ਜ਼ਰੂਰ ਇਹ ਧਿਆਨ ਜਿਹੜਾ ਹੈਗਾ ਹਮੇਸ਼ਾ ਕੌਨਸ਼ੀਅਸ ਰਹਿਣਾ ਚਾਹੀਦਾ ਅਤੇ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਵੀ ਕਿ ਟੀਵੀ ਸਕਰੀਨ ਦੇ ਉੱਪਰ ਵੀ ਸਾਡਾ ਵਟਸਐਪ ਨੰਬਰ ਹੈ ਇਸ ਤੋਂ ਇਲਾਵਾ ਤੁਸੀਂ ਟੋਲ ਫਰੀ ਨੰਬਰ ਦੇ ਉੱਪਰ ਕਾਲ ਵੀ ਕਰ ਸਕਦੇ ਹੋ ਅਤੇ ਫੇਸਬੁੱਕ ਦੇ ਉੱਪਰ ਕਮੈਂਟ ਦੇ ਰੂਪ ਵਿੱਚ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਤੁਸੀਂ ਅੱਜ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਜ਼ਿਹਨ ਦੇ ਸਵਾਲ ਹੋਵੇ ਹੈਲਥ ਨਾਲ ਰਿਲੇਟਡ ਤੁਸੀਂ ਸਵਾਲ ਮੇਰੇ ਤੱਕ ਪਹੁੰਚਾਈ ਜਾਓ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਉਹ ਆਪਾਂ ਨੂੰ ਇੱਕ ਇੱਕ ਦੋ ਦੋ ਮਿੰਟ ਦੇ ਵਿੱਚ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਰਹਿਣ ਤਾਂ ਜੋ ਅੱਜ ਆਪਾਂ ਵੱਧ ਤੋਂ ਵੱਧ ਜਿਹੜੇ ਹੈਲਥ ਨਾਲ ਰਿਲੇਟਡ ਆਪਣੇ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਨੂੰ ਕਵਰ ਕਰ ਸਕੀਏ ਅਤੇ ਅੱਜ ਦਾ ਜਿਹੜਾ ਇਹ ਮੇਨ ਅਸੀਂ ਟੋਪਿਕ ਰੱਖਿਆ ਹੈ ਇਹ ਵੱਡੀ ਅੰਤੜੀ ਦੇ ਵਿਕਾਰ ਦੀ ਗੱਲਬਾਤ ਇਹਦੇ ਨਾਲ ਰਿਲੇਟਡ ਉਨੀ ਦੇਰ ਤੱਕ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਅਕਸਰ ਤੁਸੀਂ ਵੀ ਜਿੱਦਾਂ ਦੱਸਿਆ ਕਿ ਬਹੁਤ ਸਾਰੀਆਂ ਫੋਨ ਕਾਲਸ ਤੁਹਾਨੂੰ ਆਉਂਦੀਆਂ ਨੇ ਜਿਹਨੂੰ ਕਬਜ਼ ਆਪਾਂ ਕਹਿ ਦਿੰਦੇ ਹਾਂ ਜੀ ਉਹਦੇ ਮੇਰੇ ਖਿਆਲ ਉਹਦੀ ਅਜੇ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੈ ਕਿਉਂਕਿ ਕਈ ਵਾਰ ਲੋਕ ਇਹ ਕਹਿ ਦਿੰਦੇ ਵੀ ਯਾਰ ਮੈਨੂੰ ਤਾਂ ਕੋਈ ਇੱਦਾਂ ਦੀ ਪ੍ਰੋਬਲਮ ਹੈ ਨਹੀਂ ਕਈ ਵਾਰ ਤਾਂ ਬੰਦਾ ਕਹਿੰਦਾ ਜੀ ਮੈਂ ਤਾਂ 5-7-10 ਵਾਰ ਵੀ ਮੈਨੂੰ ਮੋਸ਼ਨ ਪਾਸ ਹੁੰਦਾ ਅਤੇ ਮੈਨੂੰ ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਕਬਜ਼ਾ ਬਹੁਤ ਅੱਛਾ ਸਵਾਲ ਜੀ ਗੁਰਪ੍ਰੀਤ ਜੀ ਮੈਂ ਡੇਲੀ ਆਪਣੀ ਪ੍ਰੈਕਟਿਸ ਦੇ ਵਿੱਚ ਦੇਖਿਆ ਹੈ ਕਿ ਜਦੋਂ ਵੀ ਮਰੀਜ਼ ਆਉਂਦੇ ਹਨ ਤਾਂ ਮੇਰਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਤੁਹਾਨੂੰ ਕੋਈ ਕਬਜ਼ ਦੀ ਸ਼ਿਕਾਇਤ ਤਾਂ ਨਹੀਂ ਅਤੇ ਉੱਤਰ ਆਮ ਮਿਲਦਾ ਹੈ ਨਹੀਂ ਜੀ ਬਿਲਕੁਲ ਨਹੀਂ ਹੈ ਜੀ ਅਸੀਂ ਤਾਂ ਰੋਜ਼ ਜੀ ਬਿਲਕੁਲ ਖੁੱਲ੍ਹ ਕੇ ਆਉਂਦੇ ਜੀ ਲੈਟਰਨ ਅਤੇ ਸਾਨੂੰ ਕੋਈ ਕਬਜ਼ ਦੀ ਸ਼ਿਕਾਇਤ ਨਹੀਂ ਜੀ ਮੈਂ ਕਿਹਾ ਸੋਚ ਲਓ ਜੇ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਕੋਈ ਕਿਸੇ ਰੋਗ ਸੰਬੰਧੀ ਤੁਸੀਂ ਮੇਰੇ ਕੋਲ ਆਏ ਹੋ ਅਤੇ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਚਾਹੇ ਤੁਹਾਨੂੰ ਇਹਦੇ ਬਾਰੇ ਪਤਾ ਚਾਹੇ ਨਹੀਂ ਪਤਾ ਉਹ ਕਹਿੰਦੇ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਕਦੀ ਹੋਏ ਨਹੀਂ ਕਬਜ਼ ਜੀ ਅੱਛਾ ਜੀ ਚਲੋ ਮੈਂ ਕਿਹਾ ਠੀਕ ਹੈ ਇਸ ਦਾ ਟੈਸਟ ਕਰ ਲੈਂਦੇ ਆਪਾਂ ਤੁਸੀਂ ਇਹ ਦੱਸੋ ਵੀ ਖਾਣਾ ਕਿੰਨੀ ਵਾਰੀ ਦਿਨ 'ਚ ਖਾਂਦੇ ਹੋ ਅਤੇ ਆਮ ਉੱਤਰ ਹੁੰਦਾ ਜੀ ਅਸੀਂ 3 ਵਾਰੀ ਖਾਂਦੇ ਜੀ ਅਤੇ ਕੀ ਖਾਂਦੇ ਹੋ ਜੀ ਪੇਟ ਭਰ ਕੇ ਖਾਈਦਾ ਰੱਜ ਕੇ ਖਾਈਦਾ ਬਹੁਤ ਅੱਛੀ ਗੱਲ ਹੈ ਅਤੇ ਤੁਸੀਂ ਪਖਾਨਾ ਕਿੰਨੀ ਵਾਰੀ ਜਾਂਦੇ ਹੋ ਪਖਾਨਾ ਜੀ ਅਸੀਂ 1 ਵਾਰੀ ਜਾਂਦੇ ਹਾਂ ਜੀ ਮੈਂ ਕਿਹਾ ਅੱਛਾ ਫਿਰ ਤੁਸੀਂ ਕਹਿੰਦੇ ਕਬਜ਼ ਨਹੀਂ ਗੀ ਕਹਿੰਦੇ ਨੇ ਜੀ ਬਿਲਕੁਲ ਨਹੀਂ ਕਬਜ਼ ਮੈਂ ਕਿਹਾ ਬਸ ਸੁਣ ਲਓ ਇਹ ਹਾਜ਼ਮੇ ਦੀ ਪ੍ਰਕਿਰਿਆ ਕੀ ਹੈਗੀ ਆ ਜੋ ਵੀ ਅਸੀਂ ਖਾਂਦੇ ਹਾਂ ਜੀ ਭੋਜਨ ਖਾਧਾ ਹੈ ਅਸੀਂ ਔਰ ਉਹ ਜੋ ਭੋਜਨ ਖਾਧਾ ਹੈ ਉਹ 16 ਤੋਂ 24 ਘੰਟੇ ਦੇ ਵਿੱਚ ਹਜ਼ਮ ਹੋ ਕੇ ਉਹਦੇ ਜੋ ਤੱਤ ਹਨ ਸਾਡੇ ਸਰੀਰ ਨੂੰ ਮਿਲ ਕੇ ਤਾਂ ਉਹਦਾ ਜੋ ਫੋਕ ਹੈ ਉਹ 16 ਤੋਂ 20 ਘੰਟੇ ਦੇ ਵਿੱਚ ਬਾਹਰ ਨਿਕਲ ਜਾਣਾ ਚਾਹੀਦਾ ਹੈ ਸੋ ਹੁਣ ਤੁਸੀਂ ਅੰਦਾਜ਼ਾ ਲਓ ਕਿ ਖਾਣਾ ਤੁਸੀਂ 3 ਵਾਰੀ ਖਾਧਾ ਜੀ ਔਰ ਤੁਸੀਂ ਕਹਿੰਦੇ ਹਾਂ ਕਿ ਅਸੀਂ ਪਖਾਨਾ 1 ਦਫਾ ਜਾਂਦੇ ਹਾਂ
ਤੇ ਉਹ ਦੋ ਦਫਾ ਦਾ ਜਿਹੜਾ ਹੈਗਾ ਆ ਮੱਲ ਉਹ ਕਿੱਥੇ ਆ? ਉਹ ਤੁਹਾਡੇ ਪੇਟ ਅੰਦਰ ਹੈ ਜਿਹਦਾ ਕਿ ਤੁਹਾਨੂੰ ਪਤਾ ਨੀਗਾ, ਔਰ ਇਹੀ ਹੈ ਜੋ ਤੁਹਾਡੀ ਜੋ ਤੁਸੀਂ ਪ੍ਰੋਬਲਮ ਲੈ ਕੇ ਆਏ ਹੋ ਇਹ ਉਹਦਾ ਕਾਰਨ ਵੀ ਇਹੀ ਹੈ। ਅਤੇ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ ਕਿ ਸਾਨੂੰ ਕਿਸੇ ਡਾਕਟਰ ਸਾਹਿਬ ਨੇ ਤਾਂ ਅੱਜ ਤੱਕ ਦੱਸਿਆ ਨੀਗਾ। ਅਤੇ ਮੈਂ ਕਿਹਾ ਡਾਕਟਰ ਸਾਹਿਬ ਕੀ ਕਹਿੰਦੇ ਨੇ ਜੋ ਤੁਹਾਡਾ ਅੱਜ ਤੱਕ ਦਾ ਤਜਰਬਾ ਤੁਸੀਂ ਦੱਸੋ? ਅਤੇ ਕਹਿੰਦੇ ਜੀ ਅਸੀਂ ਸਭ ਤੋਂ ਪੁੱਛਿਆ ਗਿਆ ਵੀ ਇਹ ਤੁਹਾਨੂੰ ਪ੍ਰੋਬਲਮ ਹੈਗੀ ਆ, ਅਸੀਂ ਕਿਹਾ ਨਹੀਂ ਜੀ। ਅਤੇ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਹੈ ਜੀ, ਨਹੀਂ ਹੋਣੀ ਫਿਰ, ਨਹੀਂ ਹੋਣੀ। ਅਤੇ ਇੱਕ ਮਰੀਜ਼ ਤੁਹਾਨੂੰ ਮੈਂ ਦੱਸਦਾ, ਇੱਕ ਟੈਸਟ ਕੇਸ ਸੀ, ਬਹੁਤ ਇੰਟਰਸਟਿੰਗ ਹੈ ਉਹ। ਇੱਕ ਆਰਥਰਾਈਟਿਸ ਦਾ ਮਰੀਜ਼ ਆਇਆ ਮੇਰੇ ਕੋਲ, ਜੋੜਾਂ ਦਾ ਦਰਦ। ਅਤੇ ਉਸਨੂੰ ਪੁੱਛਿਆ ਵੀ ਤੁਹਾਨੂੰ ਕੋਈ ਕਬਜ਼ ਦੀ ਪ੍ਰੋਬਲਮ ਹੈਗੀ ਆ? ਕਹਿੰਦਾ ਨਾ ਜੀ, ਮੈਨੂੰ ਤਾਂ ਦਸ ਦਸ ਬਾਰਾਂ ਬਾਰਾਂ ਮੋਸ਼ਨ ਆਉਂਦੇ ਆ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਜੀ। ਉਲਟਾ ਸਵਾ ਮੈਨੂੰ ਜ਼ਿਆਦਾ ਮੋਸ਼ਨ ਆਉਂਦੇ ਹੈਗੇ ਆ, ਮੈਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹਾਂ। ਮੈਂ ਕਿਹਾ ਅੱਛਾ, ਫਿਰ ਤਾਂ ਤੂੰ ਬਹੁਤ ਵੱਡਾ ਕਬਜ਼ ਦਾ ਮਰੀਜ਼ ਹੈ। ਅੱਛਾ ਜੀ, ਹਾਂਜੀ, ਨਹੀਂ ਮਤਲਬ 10 ਵਾਰ ਮੋਸ਼ਨ ਪਾਸ ਹੁੰਦਾ ਫਿਰ ਵੀ? ਹਾਂਜੀ ਹਾਂਜੀ ਹਾਂਜੀ, ਇਹਦਾ ਮੈਂ ਵਿਵਰਣ ਹੁਣੇ ਦੇਵਾਂਗਾ ਕਿ ਕਿਵੇਂ ਇਹ ਜਿਹੜਾ ਹੈਗਾ ਆ, ਜਿਹਨਾਂ ਨੂੰ 10 12 ਵਾਰੀ ਮੋਸ਼ਨ ਵੀ ਆਉਂਦਾ ਹੈ ਉਹ ਵੀ ਮਰੇ ਆਪਣੇ ਕਬਜ਼ ਦੇ ਮਰੀਜ਼ ਹਨ, ਉਹ ਕਿਵੇਂ ਹਨ? ਅੱਛਾ ਜੀ। ਸੋ ਉਸਨੂੰ ਪੁੱਛਿਆ ਵੀ ਤੁਸੀਂ ਕਦੀ ਇਸ ਤਰ੍ਹਾਂ ਕਰ, ਤੂੰ ਆਪਣੀ ਕੋਲਨਸਕੋਪੀ ਕਰਾ। ਕਹਿੰਦਾ ਜੀ ਮੈਂ ਕਰਾ ਲੈਂਦਾ ਪਰ ਮੈਨੂੰ ਪ੍ਰੋਬਲਮ ਨਹੀਂ ਹੈ, ਤੁਸੀਂ ਮੇਰਾ ਨਜਾਇਜ਼ ਖਰਚਾ ਕਰਾ ਰਹੇ। ਮੈਂ ਕਿਹਾ ਨਹੀਂ, ਇਹ ਜਿਹੜਾ ਖਰਚਾ ਕੀਤਾ ਇਹਦੇ ਤੇਰੇ ਬਹੁਤ ਕੰਮ ਆਵੇਗਾ, ਤੂੰ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਇਹ ਕੋਲਨਸਕੋਪੀ ਕਰਾ। ਲਓ ਜੀ, ਉਸਨੇ ਕੋਲਨਸਕੋਪੀ ਕਰਾਈ ਅਤੇ ਉਹਦੇ ਵਿੱਚ ਕੀ ਆਇਆ ਕਿ ਜਿਹੜੀ ਚੀਜ਼ ਉਸਨੇ 4 ਦਿਨ ਪਹਿਲਾਂ ਖਾਧੀ ਸੀਗੀ ਉਹ ਅਜੇ ਉਹਦੀਆਂ ਅੰਤਰੀਆਂ ਦੇ ਵਿੱਚ ਸੀ, ਵੱਡੀਆਂ ਦੇ ਵਿੱਚ। ਉਹ ਅੱਛਾ ਜੀ, ਔਰ ਕੀ ਹੋਣ ਡਿਆ ਸੀਗਾ, ਉਹਨੂੰ ਵਾਰ ਵਾਰ ਲੈਟਰ ਆ ਰਹੀ ਸੀਗੀ। ਅਤੇ ਉਸਨੂੰ ਫਿਰ ਜਿਸਲੇ ਉਹ ਰਿਪੋਰਟ ਲਿਆਂਦੀ ਅਤੇ ਮੈਂ ਕਿਹਾ ਹੁਣ ਤੈਨੂੰ ਪਤਾ ਲੱਗ ਗਿਆ ਕਿ ਜੋ 96 ਘੰਟੇ ਦਾ ਜੋ ਤੇਰੇ ਅੰਦਰ ਖਾਧਾ ਪੀਤੇ ਦਾ ਜੋ ਮੱਲ ਹੈਗਾ ਆ, ਫੋਕ ਹੈਗਾ, ਉਹ ਤੇਰੇ ਬੋਡੀ ਅੰਦਰ ਉੱਦਾਂ ਹੀ ਪਿਆ ਹੈਗਾ। ਉਹ ਤੇਰੀ ਕੰਡੀਸ਼ਨ ਕੀ ਹੈਗੀ ਹੈ? ਕੰਡੀਸ਼ਨ ਹੈਗੀ ਜਿਸ ਤਰ੍ਹਾਂ ਇੱਕ ਟੱਬ ਪਾਣੀ ਦਾ ਭਰਿਆ ਹੋਵੇ ਔਰ ਉਹਦੇ ਉੱਤੇ ਅਸੀਂ ਹੋਰ ਪਾਣੀ ਪਾਈਏ ਤਾਂ ਉਹ ਜਿੰਨਾ ਪਾਉਂਦੇ ਉਨਾ ਹੀ ਨਿਕਲਦਾ ਆ, ਅਤੇ ਟੱਬ ਦਾ ਟੱਬ ਭਰਿਆ ਆ, ਟੱਬ ਭਰਿਆ ਆ, ਲੇਕਿਨ ਜੋ ਅਸੀਂ ਪਾਣੀ ਉੱਪਰ ਪਾ ਰਹੇ ਹੈਗੇ ਹਾਂ ਉਹ ਨਿਕਲ ਰਿਹਾ ਹੈਗਾ। ਮੈਂ ਕਿਹਾ ਤੇਰੀ ਕੰਡੀਸ਼ਨ ਇਸ ਵੇਲੇ ਉਹ ਬਣੀ ਪਈ ਹੈਗੀ ਆ। ਐਕਚੁਅਲੀ ਕੀ ਹੈਗਾ ਹੈ ਕਿ ਜਿਹੜਾ ਸਾਡਾ ਕੋਲਨ ਜਿਹਨੂੰ ਆਪਾਂ ਲਾਰਜ ਇੰਟੈਸਟਾਈਨ ਕਹਿੰਦੇ ਹਾਂ, ਇਹ 7 ਫੁੱਟ ਲੰਬੀ ਹੈ ਜੀ, ਔਰ ਜਦੋਂ ਛੋਟੀ ਆਂਤ ਜਿਹੜੀ ਲੰਬਾਈ ਉਹਦੀ ਤਕਰੀਬਨ 22 ਫੁੱਟ ਲੰਬਾਈ ਹੈ, ਅਤੇ 22 ਫੁੱਟ ਲੰਬਾਈ 'ਚੋਂ ਖਾਣੇ ਨੂੰ ਪਾਸ ਹੋਣ ਲਈ ਤਕਰੀਬਨ 4.5 ਘੰਟੇ ਲੱਗਦੇ ਹਨ, ਔਰ 4.5 ਘੰਟੇ ਤੋਂ ਬਾਅਦ ਜਿਸਲੇ ਵੱਡੀ ਆਂਤ ਦੇ ਵਿੱਚ ਉਹ ਦਾਖਲ ਹੁੰਦਾ ਹੈ ਅਤੇ ਉਹ ਕਿਸ ਕੰਡੀਸ਼ਨ ਦੇ ਵਿੱਚ ਹੁੰਦਾ, ਉਹ ਬਿਲਕੁਲ ਲਿਕੁਇਡ ਹੁੰਦਾ ਆ, ਉਹ ਜੋ ਭੋਜਨ ਹੈ ਆਫਟਰ ਅਸੈਮੀਲੇਸ਼ਨ ਜਜ਼ਬ ਹੋਣ ਤੋਂ ਬਾਅਦ ਉਹ ਲਿਕੁਇਡ ਹੁੰਦਾ ਆ, ਔਰ ਜਿੰਨਾ ਲਿਕੁਇਡ ਹੈਗਾ ਆ ਉਹ ਆਪਣੇ ਸਾਡੇ ਕੋਲਨ 'ਚ ਜਾਂਦਾ ਔਰ ਉਹਦਾ ਪਹਿਲਾ ਜੋ ਹਿੱਸਾ ਹੈਗਾ ਆ ਉਹ ਅਸੈਂਡਿੰਗ ਕੋਲਨ ਦੇ ਵਿੱਚ ਉਹ ਐਂਟਰ ਹੁੰਦਾ ਹੈਗਾ ਆ। ਸੋ ਕੋਲਨ ਦੇ ਵਿੱਚ ਜਿਹਦੀ ਲੰਬਾਈ 7 ਫੁੱਟ ਹੈ, 22 ਫੁੱਟ ਦੇ ਵਿੱਚ ਵੀ ਟਰੈਵਲ ਕਰਨ ਨੂੰ 4.5 ਘੰਟੇ ਲੱਗਦੇ ਨੇ ਔਰ ਜਿਹੜੀ 7 ਫੁੱਟ ਦੀ ਲੰਬਾਈ ਕਵਰ ਕਰਨ ਨੂੰ ਵੀ 4.5 ਘੰਟੇ ਲੱਗਦੇ ਨੇ। ਅੱਛਾ ਜੀ, ਮਤਲਬ ਹੈਗਾ ਕਿ ਕੋਲਨ ਦੇ ਵਿੱਚ ਜਿਹੜੀ ਮੂਵਮੈਂਟ ਹੈਗੀ ਹੈ ਉਹ ਬਹੁਤ ਸਲੋ ਹੈਗੀ ਹੈ ਔਰ ਇਹ ਡਿਪੈਂਡ ਕਰਦੀ ਹੈਗੀ ਆ ਕਿ ਕੋਲਨ ਤੁਹਾਡਾ ਹੈਗਾ ਕਿੰਨਾ ਕੁ ਹੈਲਦੀ ਹੈਗਾ ਆ ਔਰ ਉਹਦੇ ਵਿੱਚ ਉਹਦੀ ਅਸੈਮੀਲੇਸ਼ਨ ਕਿੰਨੀ ਹੈਗੀ ਆ, ਕਿਉਂਕਿ ਤਕਰੀਬਨ 90% ਜਿਹੜਾ ਹੈਗਾ ਨਾ ਜੋ ਸਾਡੇ ਭੋਜਨ ਦੇ ਤੱਤ ਹਨ ਉਹ ਛੋਟੀ ਆਂਤ ਦੇ ਵਿੱਚ ਹਜ਼ਮ ਹੋ ਜਾਂਦੇ ਹਨ ਅਤੇ ਜਿਹੜੇ ਬਾਕੀ ਦੇ 10% ਹਨ ਅਤੇ ਜਿੰਨਾ ਪਾਣੀ ਹੈ, ਪਾਣੀ ਜਿਹੜਾ ਹੈਗਾ ਉਹ ਸਾਰੇ ਸਾਡੀ ਵੱਡੀ ਆਂਤ ਸੋਰਸ ਕਰਦੀ ਹੈਗੀ ਆ, ਉਹਦੇ ਵਿੱਚ ਅਬਜ਼ੋਰਬ ਹੁੰਦਾ ਹੈਗਾ ਅਤੇ ਬਾਕੀ ਜੋ ਫੋਕ ਬਚਦਾ ਹੈਗਾ ਆ ਉਹ ਤਕਰੀਬਨ 4.5 ਘੰਟੇ ਉਸਨੂੰ ਲੱਗਦੇ ਹਨ ਮੱਲ ਨੂੰ ਬਾਹਰ ਨਿਕਲਣ ਨੂੰ। ਸੋ ਇਹ ਜਿਹੜੀ ਵੱਡੀ ਆਂਤ ਹੈਗਾ ਇਹਦਾ ਬਹੁਤ ਵੱਡਾ ਰੋਲ ਹੈ ਸਾਡੀ ਕਬਜ਼ ਦੇ ਨਾਲ। ਪਹਿਲੀ ਗੱਲ ਤਾਂ ਕਬਜ਼ ਹੈ ਕੀ? ਕਬਜ਼ ਦਾ ਇਹ ਅਰਬੀ ਦਾ ਲਫਜ਼ ਹੈ ਜਿਹਦਾ ਮਤਲਬ ਹੈ ਕਬਜ਼ਾ, ਕਿ ਸਾਡੀ ਆਂਤ ਦੇ ਉੱਤੇ ਕਿਸੇ ਚੀਜ਼ ਦਾ ਕਬਜ਼ਾ ਹੋਣਾ, ਉਹਨੂੰ ਆਪਾਂ ਕਬਜ਼ ਦਾ ਨਾਂ ਦਿੱਤਾ ਗਿਆ ਹੈਗਾ। ਅਤੇ ਇਹ ਜਿਹੜੀ ਹੈਗੀ ਆ ਕੋਲਨ ਦੇ 3 ਹਿੱਸੇ ਹਨ, ਸਭ ਤੋਂ ਪਹਿਲਾਂ ਹੈ ਅਸੈਂਡਿੰਗ ਕੋਲਨ, ਅਸੈਲਿੰਗ ਜਿਹਨਾਂ ਨੂੰ 10-12 ਮੋਸ਼ਨ ਆਉਂਦੇ ਹਨ ਉਹਨਾਂ ਦੇ ਅਸੈਂਡਿੰਗ ਕੋਲਨ ਦੇ ਵਿੱਚ ਫਾਲਟ ਹੈਗਾ। ਅੱਛਾ ਜੀ, ਉਹਦੇ ਵਿੱਚ ਉਹਦੀ ਮੂਵਮੈਂਟ ਨਹੀਂ ਹੋ ਰਹੀ ਜਾਂ ਉਹਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਇੰਨੀ ਖਰਾਬ ਹੋ ਚੁੱਕੀ ਹੈਗੀ ਹੈ, ਉਹਦੇ ਵਿੱਚ ਜਿਹੜਾ ਹੈਗਾ ਆ ਪੁਰਾਣੇ ਡਿਪੋਜ਼ਿਟ ਰਹਿਣ ਕਰਕੇ ਇਤਨੇ ਕੁ ਪੈਰਾਸਾਈਟ ਬੈਕਟੀਰੀਆ ਉੱਥੇ ਪੈਦਾ ਹੋ ਚੁੱਕੇ ਹਨ ਕਿ ਉਹਦੀ ਜਿਹੜੀ ਵਾਲ ਹੈਗੀ ਆ ਉਹ ਵੀ ਅਰੋਡ ਹੋ ਚੁੱਕੀ ਹੈਗੀ ਹੈ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਜੋ ਪੈਰਾਸਾਈਟਸ ਹਨ
ਉਹਨਾਂ ਦੀ ਜਿਹੜੀ ਹੈਗੀ ਆ ਨਾਈਟ੍ਰੋਜੀਨਸ ਗੈਸਿਸ, ਅਮੋਨੀਆ ਗੈਸਿਸ ਇੰਨੀਆਂ ਪੈਦਾ ਹੋ ਰਹੀਆਂ ਹਨ, ਇੰਨੀ ਉੱਥੇ ਫਰਮੈਂਟੇਸ਼ਨ ਹੋ ਰਹੀ ਹੈਗੀ ਆ ਕਿ ਜਿੰਨੀਆਂ ਵੀ ਇਹ ਯਾਨੀ ਕਿ ਜੋ ਪ੍ਰੋਬਲਮ ਬਣਦੀਆਂ ਹਨ ਉੱਥੋਂ ਸ਼ੁਰੂ ਹੋ ਜਾਂਦੀਆਂ ਹਨ, ਔਰ ਜਿਹਨਾਂ ਨੂੰ 10-12 ਮੋਸ਼ਨ ਹੁੰਦੇ ਹਨ ਉਹਨਾਂ ਦੇ ਅਸੈਂਡਿੰਗ ਕੋਲਨ ਦੇ ਵਿੱਚ ਫਾਲਟ ਹੁੰਦਾ ਹੈਗਾ, ਔਰ ਜਿਹਨਾਂ ਨੂੰ 1-2 ਮੋਸ਼ਨ ਆਉਂਦੇ ਹਨ ਔਰ ਸਖਤ ਆਉਂਦੇ ਹਨ ਉਹ ਜਿਹੜਾ ਕੋਲਨ ਹੈ ਉਹ ਆਪਣੇ ਡਿਸੈਂਡਿੰਗ ਕੋਲਨ ਦੇ ਵਿੱਚ ਫਾਲਟ ਹੁੰਦਾ ਹੈਗਾ ਕਿ ਉਹਦੇ ਵਿੱਚ ਉਹ ਜਿਹੜੀ ਹੈਗੀ ਆ ਮੂਵਮੈਂਟ ਮਤਲਬ ਉਹਦੇ ਘੱਟ ਹੁੰਦੀ ਹੈਗੀ ਆ ਜਾਂ ਦੇਰ ਬਾਅਦ ਆਉਂਦੀ ਹੈਗੀ ਆ। ਸੋ ਇਸ ਚੀਜ਼ ਤੋਂ ਸਾਨੂੰ ਜਿਹੜਾ ਹੈਗਾ ਆਈਡੀਆ ਹੋ ਜਾਣਾ ਚਾਹੀਦਾ ਹੈਗਾ ਆ ਕਿ ਸਾਡੇ ਕਿਸ ਹਿੱਸੇ ਦੇ ਵਿੱਚ ਕੋਲਨ ਦੇ ਵੀ ਕਿਸ ਹਿੱਸੇ ਦੇ ਵਿੱਚ ਫਾਲਟ ਹੈਗਾ ਆ। ਸੋ ਇਹ ਬਹੁਤ ਜ਼ਰੂਰੀ ਹੈਗਾ ਆ ਅਤੇ ਇੱਥੋਂ ਹੀ ਸਾਨੂੰ ਐਨਾਲਾਈਜ਼ ਕਰ ਲੈਣਾ ਚਾਹੀਦਾ ਹੈਗਾ ਆ। ਫਿਰ ਆਮ ਕੀ ਹੁੰਦਾ ਹੈਗਾ ਕਿ ਮਰੀਜ਼ ਨੂੰ ਇਹ ਪਤਾ ਨਹੀਂ ਲੱਗਦਾ ਕਿ ਕਬਜ਼, ਜਿਸ ਤਰ੍ਹਾਂ ਦੱਸਿਆ ਹੈਗਾ ਵੀ ਕਬਜ਼ ਕਹਿੰਦਾ ਮੈਨੂੰ ਹੈ ਹੀ ਨਹੀਂ ਗੀ ਜੀ ਜੀ। ਔਰ ਇੱਕ ਹੋਰ ਵੱਡੀ ਗੱਲ ਮੈਂ ਦੱਸ ਦੇਣੀ ਚਾਹੁੰਦਾ ਹਾਂ ਕਿ ਇਸ ਪੀਰੀਅਡ ਦੇ ਦੌਰਾਨ ਜਦੋਂ ਤੋਂ ਪ੍ਰਾਈਮ ਏਸ਼ੀਆ ਦੇ ਉੱਤੇ ਇਹ ਮੇਰੇ ਇਹ ਵਿਚਾਰ ਆ ਰਹੇ ਨੇ ਆਹਾਰ ਦੇ ਬਾਰੇ, ਸੋ ਉਹਦੇ ਵਿੱਚ ਕੀ ਹੈਗਾ ਕਿ ਦਰਸ਼ਕਾਂ ਦੇ ਬਹੁਤ ਜ਼ਿਆਦਾ ਹਜ਼ਾਰਾਂ ਹੀ ਫੋਨ ਕਾਲ ਮੈਨੂੰ ਆ ਚੁੱਕੇ ਹਨ ਇਸ ਚੀਜ਼ ਬਾਰੇ ਕਿ ਉਹਨਾਂ ਨੂੰ ਆਮ ਜੋ ਪ੍ਰੋਬਲਮ ਹੈਗੀ ਆ ਉਹ ਜਾਂ ਤਾਂ ਹੈਗੀ ਆ ਕਿ ਉਹਨਾਂ ਨੂੰ ਮਲ ਨਹੀਂ ਆਉਂਦਾ, ਕਬਜ਼ ਹੈਗੀ ਆ, ਉਹ ਆਪ ਖੁਦ ਕਹਿੰਦੇ ਨੇ ਕਬਜ਼ ਹੈਗੀ ਆ ਜੀ। ਅਤੇ ਜਿਹੜਾ ਦੂਸਰਾ ਪਾਰਟ ਹੈਗਾ ਆ ਉਹ ਕਹਿੰਦੇ 10-12 ਮੋਸ਼ਨ ਆਉਂਦੇ ਹਨ ਔਰ ਜਿਸ ਦਾ ਬਾਰੇ ਪਤਾ ਨਹੀਂ ਵੀ ਇਹ ਵੀ ਇੱਕ ਬਹੁਤ ਸੀਰੀਅਸ ਕਬਜ਼ ਹੈਗੀ ਆ, ਇਹਦੇ ਬਾਰੇ ਉਹਨਾਂ ਨੂੰ ਨਹੀਂ ਪਤਾ। ਅਤੇ ਅੱਜ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹੈਗਾ ਹਾਂ ਕਿ ਇਹ ਸਾਰੀ ਕੋਲਨ ਦੇ ਨਾਲ ਰਿਲੇਟਡ ਪ੍ਰੋਬਲਮ ਹੈਗੀ ਹੈ, ਇਹ ਖਤਰਨਾਕ ਕਬਜ਼ ਦਾ ਫਾਰਮ ਹੈਗੀ ਹੈ ਜਿਹੜੀ ਹੈਗੀ ਹੈ, ਜਿਹੜੇ 10-12 ਮੋਸ਼ਨ ਆਉਣੇ ਆ। ਸੋ ਇਹ ਵੀ ਇੱਕ ਬਹੁਤ ਕਬਜ਼ ਦਾ ਇੱਕ ਭਿਅੰਕਰ, ਇਹੋ ਹੀ ਉਹ ਚੀਜ਼ਾਂ ਨੇ ਜਿੱਥੋਂ ਅੱਗੇ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ। ਬਿਲਕੁਲ ਬਿਲਕੁਲ। ਸੋ ਮੇਰਾ ਖਿਆਲ ਸਾਡੇ ਦਰਸ਼ਕ ਵੀ ਸਮਝ ਗਏ ਹੋਣਗੇ ਕਿ ਅੱਜ ਅਸੀਂ ਇਹ ਕਿਉਂ ਇਹਦਾ ਟਾਈਟਲ ਰੱਖਿਆ ਸੀ ਕਿ ਵੱਡੀ ਅੰਤੜੀ ਤੋਂ ਜਾਰੀ ਹੁੰਦੇ ਨੇ ਮੌਤ ਦੇ ਵਾਰੰਟ। ਸੋ ਆਪਾਂ ਆਪਣੀ ਕੋਲਨ ਦੀ ਯਾਨੀ ਕਿ ਆਪਣੀ ਸਿਹਤ ਦੀ ਜਿਹੜੀ ਕਹਿ ਲਓ ਸਾਂਭ ਸੰਭਾਲ ਜ਼ਰੂਰ ਕਰੀਏ। ਤੁਹਾਡੇ ਸਵਾਲ ਵੀ ਆਉਣ ਲੱਗ ਗਏ ਨੇ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਬਿਲਕੁਲ ਜੀ ਰਜਿੰਦਰ ਜੀ ਆਪਾਂ ਨੂੰ ਪੁੱਛਣਾ ਚਾਹੁੰਦੇ ਜੀ ਉਹ ਐਸੀਡਿਟੀ ਨੂੰ ਕਿਓਰ ਕਰਨ ਦਾ ਤਰੀਕਾ ਪੁੱਛਣਾ ਚਾਹੁੰਦੇ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਹੈਗੀ ਆ ਕਿਓਰ ਨੂੰ ਤਾਂ ਆਪਾਂ ਬਾਅਦ ਦੇ ਵਿੱਚ ਰੈਡਰਸ ਕਰ ਸਕਦੇ ਹੈਗੇ ਹਾਂ। ਸਭ ਤੋਂ ਵੱਡੀ ਗੱਲ ਐਸੀਡਿਟੀ ਕੀ ਹੈਗੀ ਆ, ਜਿੱਦਾਂ ਹੁਣੇ ਦੱਸਿਆ ਹੈਗਾ ਕਿ ਜਿਹੜਾ ਆਪਣੇ ਅਸੈਂਡਿੰਗ ਕੋਲਨ ਦੇ ਵਿੱਚ ਜਦੋਂ ਮਲ ਰੁਕਦਾ ਹੈਗਾ ਆ ਅਤੇ ਜਿੱਥੇ ਫਰਮੈਂਟੇਸ਼ਨ ਹੁੰਦੀ ਆ, ਜਿੱਥੇ ਬੈਕਟੀਰੀਆ ਵੀ ਬਹੁਤ ਜ਼ਿਆਦਾ ਹਨ, ਅਤੇ ਉਹਦਾ ਕਾਰਨ ਹੈਗਾ ਕਿ ਉੱਥੇ ਐਸਿਡ ਫੋਰਮੇਸ਼ਨ ਹੁੰਦੀ ਹੈਗੀ ਹੈ। ਸੋ ਜੇ ਅਸੀਂ ਉਸ ਚੀਜ਼ ਦਾ ਹੱਲ ਕਰ ਲਈਏ, ਉਸ ਕਬਜ਼ ਨੂੰ ਹੱਲ ਕਰ ਦਈਏ, ਤਾਂ ਐਸਿਡਿਟੀ ਆਪਣੇ ਆਪ ਖਤਮ ਹੋ ਜਾਏਗੀ ਜੀ, ਆਪਣੇ ਆਪ ਖਤਮ ਹੋ ਜਾਏਗੀ। ਸੋ ਸਭ ਤੋਂ ਜ਼ਰੂਰੀ ਹੈ ਕਿ ਉਸ ਕਾਰਨ ਨੂੰ ਜਾਣਨ ਦੀ। ਸੋ ਆਮ ਕੀ ਹੁੰਦਾ ਹੈਗਾ ਕਿ ਕਬਜ਼ ਦੇ ਲੱਛਣ ਜਿਹੜੇ ਹਨ ਉਹ ਕਲੀਅਰ ਨਹੀਂ ਹੁੰਦੇ ਆਮ ਦਰਸ਼ਕਾਂ ਨੂੰ। ਸੋ ਉਹਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲਾਂ ਜਿਹੜਾ ਕਹਿੰਦਾ ਜੀ ਅਸੀਂ ਖਾ ਰਹੇ ਹਾਂ ਲੇਕਿਨ ਸਾਡੀ ਸਿਹਤ ਜਿਹੜੀ ਹੈਗੀ ਆ ਉਹ ਦਿਨੋਂ ਦਿਨ ਗਿਰ ਰਹੀ ਹੈਗੀ ਆ, ਸਾਨੂੰ ਪਤਾ ਨਹੀਂ ਲੱਗਦਾ, ਕਮਜ਼ੋਰੀ ਬੜੀ ਰਹਿੰਦੀ ਹੈ ਜੀ। ਦੂਸਰਾ ਕਹਿੰਦਾ ਹੈਗਾ ਜੀ ਭਈ ਖਾਣਾ ਖਾਂਦੇ ਜੀ ਇੱਕਦਮ ਜਿਹੜਾ ਹੈਗਾ ਆ ਨੀਂਦ ਜੀ ਆਉਣ ਲੱਗ ਪੈਂਦੀ ਹੈ, ਸਰੀਰ ਥਕਾਵਟ ਰਹਿੰਦੀ ਹੈਗੀ ਆ। ਇੱਕ ਹੈਗਾ ਆ ਕਹਿੰਦੇ ਜੀ ਰੋਜ਼ ਦੇ ਰੋਜ਼ ਕਮਜ਼ੋਰੀ ਹੋ ਆਪਣੀ ਜਿਹੜੀ ਹੈਗੀ ਵੱਧਦੀ ਜਾ ਰਹੀ ਹੈਗੀ ਆ, ਰੋਜ਼ ਦੇ ਰੋਜ਼ ਕਮਜ਼ੋਰੀ ਵੱਧੀ ਜਾ ਰਹੀ ਹੈਗੀ ਆ, ਪਤਾ ਨਹੀਂ ਲੱਗਣ ਡਿਆ ਜੀ ਜੀ ਹਾਂਜੀ। ਸੋ ਫਿਰ ਕਹਿੰਦਾ ਹੈਗਾ ਦੇਖੋ ਜੀ ਮੈਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਪਾਸੇ ਪਲਦੇ ਰਹੀਦਾ ਹੈਗਾ, ਨੀਂਦ ਨਹੀਂ ਆਉਂਦੀ। ਸੋ ਇਹ ਇੱਕ ਕੁਛ ਕਾਰਨਾਂ, ਔਰ ਇੱਕ ਦੂਜੇ ਦੂਸਰੀ ਕਾਰਨ ਹੈਗੀ ਆ ਜਿਹੜਾ ਕਿ ਕਹਿੰਦੇ ਜੀ ਜੋੜਾਂ ਦਾ ਦਰਦ ਹੈਗਾ ਜੀ ਜੀ, ਕਹਿੰਦੇ ਜੀ ਬਹੁਤ ਹੈ ਜੀ, ਉਂਗਲਾਂ ਦੇ ਵਿੱਚ ਸੋਜਿਸ਼ ਹੈ ਜੀ, ਪੈਰਾਂ ਦੇ ਵਿੱਚ ਸੋਜਿਸ਼ ਹੈ ਜੀ, ਗੋਡਿਆਂ ਦੇ ਵਿੱਚ ਸੋਜਿਸ਼ ਹੈ ਜੀ, ਯੂਰਿਕ ਐਸਿਡ ਵਾਲੀ ਗੱਲ ਬਣ ਜਾਂਦੀ ਹੈ ਗੋਡੇ, ਹਾਂਜੀ ਹਾਂਜੀ ਗੋਡੇ ਬੜੇ ਦਰਦ ਕਰਦੇ ਨੇ ਜੀ ਜੀ। ਸੋ ਇਹ ਇੱਕ ਕੁਛ ਇੱਕ ਲਿਆਮਤਾਂ ਹਨ ਜਿਹੜੀਆਂ ਕਿ ਕਬਜ਼ ਨੂੰ ਦਰਸਾਉਂਦੀਆਂ ਹਨ ਕਿ ਹਾਂ ਭਾਈ ਤੂੰ ਬਹੁਤ ਕਬਜ਼ ਦਾ ਸੀਰੀਅਸ ਮਰੀਜ਼ ਹੈ, ਇਸ ਨੂੰ ਪਹਿਲਾਂ ਠੀਕ ਕਰ, ਅਤੇ ਇਹ ਜਿਹੜੀਆਂ ਬਿਮਾਰੀਆਂ ਹਨ ਜਿਹਨਾਂ ਦੇ ਆਪਾਂ ਨਾਂ ਰੱਖ ਲਏ ਹਨ ਇਹ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਬਿਲਕੁਲ ਸਹੀ, ਮੈਂ ਦੱਸਦਾ ਜੀ ਕਿ ਤੁਸੀਂ ਵੀ ਜਿੱਦਾਂ ਰਜਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਅਤੇ ਨਾਲ ਗੁਰਮੁਖ ਸਿੰਘ ਜੀ ਤੁਸੀਂ ਵੀ ਯੂਰਿਕ ਐਸਿਡ ਬਾਰੇ ਪੇਨ ਇਨ ਬੋਡੀ ਲਿਖਿਆ ਅਤੇ ਮੇਰਾ ਖਿਆਲ ਤੁਹਾਡੇ ਸਵਾਲ ਦਾ ਜਵਾਬ ਵੀ ਮਿਲ ਗਿਆ ਹੋਣਾ। ਅਮਰਿਤ ਸਿੱਧੂ ਜੀ ਵੀ ਪੁੱਛਣਾ ਚਾਹੁੰਦੇ ਯੂਰਿਕ ਐਸਿਡ ਬਾਰੇ, ਉਹਨਾਂ ਦੇ ਸਵਾਲ ਦਾ ਜਵਾਬ ਵੀ ਮਿਲ ਗਿਆ। ਇੱਕ ਸਿਮਰ ਬਰਾੜ ਜੀ ਦਾ ਸਵਾਲ ਆ ਜੀ, ਇਹਦੇ ਬਾਰੇ ਜ਼ਰੂਰ ਦੱਸੋ ਜੀ। ਕਹਿੰਦੇ ਜਦੋਂ ਮੈਂ ਪੈਗ ਲਾ ਲੈਂਦਾ ਨਾ ਜੀ ਜੀ ਅਤੇ ਫਿਰ 2 ਦਿਨ ਪੇਟ ਕਹਿੰਦੇ ਗੜਬੜ ਰਹਿੰਦਾ। ਦੇਖੋ ਜੀ ਪੈਗ ਜਦੋਂ ਲੱਗਣਾ ਹੈਗਾ ਆ ਜੀ ਤਾਂ ਇਹ ਜ਼ਰੂਰੀ ਆ ਕਿ ਉਹਦੇ ਖਾਣਾ ਵੀ ਵੱਧ ਘੱਟ ਖਾਧਾ ਜਾਣਾ ਹੈਗਾ ਜੀ ਹਾਂਜੀ, ਅਤੇ ਜਦੋਂ ਖਾਣਾ ਜ਼ਿਆਦਾ ਖਾ ਲਿਆ ਤਾਂ ਫਿਰ ਜੇ ਪ੍ਰੋਬਲਮ ਆਉਣੀ ਹੈਗੀ ਹੈ। ਸੋ ਇਸ ਵਜ੍ਹਾ ਇਹਦੇ 'ਚ ਨੁਕਸ ਸ਼ਰਾਬ ਦਾ, ਨੁਕਸ ਜਿਹੜਾ ਦੇਖੋ ਜੀ ਪਹਿਲਾਂ ਜਿੱਥੋਂ ਸ਼ੁਰੂ ਹੋਇਆ, ਜਿਸ ਚੀਜ਼ ਨੇ ਜ਼ਿਆਦਾ ਖਾਣਾ ਖਿਲਾਇਆ ਨੁਕਸ ਅਸੀਂ ਉਹਦਾ ਹੀ ਕਹਾਂਗੇ ਨਾ, ਅਤੇ ਪਹਿਲਾਂ ਜਦੋਂ ਸਾਨੂੰ ਹੋਸ਼ ਹੀ ਨਹੀਂ ਰਹੀ ਵੀ ਕਿੰਨਾ ਖਾਣਾ ਹੈਗਾ ਜੀ ਜੀ ਹਾਂਜੀ, ਤਾਂ ਸਵਾਦ ਦੇ ਵਿੱਚ ਜਦੋਂ 2 ਪੈਗ ਲਾਉਣੇ ਹਨ ਅਤੇ ਉਹ ਨਾਲ ਜ਼ਰੂਰੀ ਹੈਗਾ ਕਿ ਉਹਦਾ ਵੀ ਖਟਪਟਾ ਜਿਹੜਾ ਹੈਗਾ ਸਵਾਦੀ ਉਹ ਵੀ ਚਾਹੀਦਾ ਹੈਗਾ ਆ, ਉਹ ਵੀ ਖਾਧਾ ਜਾਣਾ, ਫਿਰ ਆਪ ਬਾਅਦ ਦੇ ਵਿੱਚ ਖਾਣਾ ਵੀ ਜਿਹੜਾ ਹੈਗਾ ਆ ਉਹ ਵੀ ਰੱਜ ਕੇ ਖਾਧਾ ਜਾਣਾ। ਅਤੇ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜਿਸ ਵੇਲੇ ਇਹ ਉਹਦਾ ਨਸ਼ਾ ਹੋਣਾ ਆ, ਸੋਰੀ,
ਤੇ ਉਹਦਾ ਕੀ ਹੋਣਾ ਹੈਗਾ ਕਿ ਫਿਰ ਜਲਦੀ ਸੌਂ ਵੀ ਜਾਣਾ ਹੋਇਆ ਜਿਹੜਾ ਸਾਨੂੰ ਜਿਸ ਤਰ੍ਹਾਂ ਮੈਂ ਬਾਰ ਬਾਰ ਜ਼ਿਕਰ ਕਰਦਾ ਕਿ 2 ਘੰਟੇ ਦਾ ਗੈਪ ਚਾਹੀਦਾ ਹੈ ਸ਼ਾਮ ਦੇ ਖਾਣੇ ਦਾ ਅਤੇ ਔਰ ਸੌਣ ਦਾ ਅਤੇ ਉਹ ਟਾਈਮ ਵੀ ਨਹੀਂ ਮਿਲਿਆ ਇਸ ਵਜ੍ਹਾ ਕਰਕੇ ਉਹ ਗੜਬੜ ਤਾਂ ਹੋਣੀ ਹੈਗੀ ਆ ਜਗਤਾਰ ਜੀ ਪੁੱਛਣਾ ਚਾਹੁੰਦੇ ਜੀ ਉਹ ਕਹਿੰਦੇ ਸਟਮਕ ਪੇਨ ਦੇ ਬਾਰੇ ਦੱਸੋ ਜੀ ਸਟਮਕ ਪੇਨ ਦਾ ਜਵਾਬ ਤਾਂ ਮੇਰਾ ਖਿਆਲ ਸਮਝ ਗਏ ਹੋਣਗੇ ਉਹ ਕਿ ਜਦੋਂ ਜਿਹੜਾ ਹੈਗਾ ਉੱਥੇ ਫਰਮੈਂਟੇਸ਼ਨ ਹੁੰਦੀ ਆ ਵਿੰਡ ਬਣਨੀ ਆ ਗੈਸ ਬਣਨੀ ਹੈਗੀ ਆ ਅਤੇ ਸਟਮਕ ਪੇਨ ਹੋਣੀ ਹੋਣੀ ਹੈਗੀ ਆ ਇੱਕ ਸਵਾਲ ਕਬਜ਼ ਦਾ ਇਲਾਜ ਕੀ ਹੈ ਜੀ ਇਹ ਪੁੱਛਿਆ ਜਾ ਰਿਹਾ ਲਖਵਿੰਦਰ ਸ਼੍ਰੀਵਾਲਾ ਜੀ ਵੱਲੋਂ ਜੀ ਕਿਉਂਕਿ ਆਪਾਂ ਇਹ ਤਾਂ ਦੱਸ ਰਹੇ ਹਾਂ ਵੀ ਹੁੰਦੀ ਹੈ ਪਰ ਇਹਦਾ ਇਲਾਜ ਵੀ ਦੇਖੋ ਜੀ ਇਲਾਜ ਦੱਸਣ ਨਾਲੋਂ ਸਭ ਤੋਂ ਜ਼ਰੂਰੀ ਹੈਗਾ ਕਿ ਇਹਦੇ ਕਾਰਨ ਕੀ ਹਨ ਸੋ ਕਾਰਨਾਂ ਬਾਰੇ ਮੈਂ ਪਹਿਲਾਂ ਜਿਹੜਾ ਹੈਗਾ ਤਾਂ ਜ਼ਰੂਰ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਹੈ ਕਿ ਆਹਾਰ ਜੋ ਹੈਗਾ ਆ ਇਹ ਕਿਹੜਾ ਲੈਣਾ ਚਾਹੀਦਾ ਹੈ ਜੀ ਦੂਜਾ ਹੈ ਆਹਾਰ ਕਿੰਨਾ ਲੈਣਾ ਚਾਹੀਦਾ ਹੈ ਤੀਜਾ ਹੈ ਆਹਾਰ ਕਦੋਂ ਲੈਣਾ ਚਾਹੀਦਾ ਹੈ ਸੋ ਇਹ ਕੁਛ ਸਵਾਲ ਹਨ ਜਿਹੜੇ ਕਿ ਬੜੇ ਜ਼ਰੂਰੀ ਹਨ ਸੋ ਆਮ ਅਸੀਂ ਕੀ ਕਰਦੇ ਹੈਗੇ ਹਾਂ ਕਿ ਭੁੱਖ ਲੱਗੀ ਜੀ ਭੁੱਖ ਲੱਗ ਕੇ ਮਰ ਵੀ ਜਾਂਦੀ ਹੈ ਫਿਰ ਵੀ ਅਸੀਂ ਸਾਨੂੰ ਖਾਣੇ ਵੱਲ ਧਿਆਨ ਨਹੀਂ ਜਾਂਦਾ ਦੂਸਰਾ ਕਾਰਨ ਹੈਗਾ ਹੈ ਕਿ ਆਮ ਦੇਖਿਆ ਕਿ ਦਿਨ ਦੇ 11 ਵੱਜਣ ਲੱਗੇ ਨੇ ਈਵਨ 12 ਹੀ ਵੱਜਣ ਲੱਗੇ ਨੇ ਪੁੱਛਿਆ ਜੀ ਕੀ ਕਰ ਲਿਆ ਜੀ ਨਾਸ਼ਤਾ ਆਓ ਨਾਸ਼ਤਾ ਕਰ ਲਿਆ ਤੁਸੀਂ ਨਹੀਂ ਜੀ ਨਾਸ਼ਤਾ ਤਾਂ ਨਹੀਂ ਕੀਤਾ ਜੀ ਸਵੇਰ ਦੇ ਖਾਲੀ ਪੇਟ ਹਾਂ ਜੀ ਅਤੇ ਹੁਣ ਅਸੀਂ ਬ੍ਰੰਚ ਆਪਣੇ ਲੰਚ ਅਤੇ ਬ੍ਰੰਚ ਇਕੱਠੇ ਹੋ ਜਾਏਗਾ ਜੀ ਬ੍ਰੰਚ ਕਰਾਂਗੇ ਸੋ ਮਾਫ ਕਰਨਾ ਜਿਹਨਾਂ ਦੀ ਇੰਨੀ ਅਨਿਯਮਤਾ ਹੈਗੀ ਆ ਖਾਣ ਪੀਣ ਦੇ ਵਿੱਚ ਹੀ ਕਿ ਜੋ ਮਸ਼ੀਨਰੀ ਜੇ ਤੁਸੀਂ ਕੰਮ ਲੈਣਾ ਹੈ ਉਹਦੇ ਵੱਲ ਵੀ ਜਿਹੜੀ ਹੈਗੀ ਆ ਉਹਦੀ ਇਨਪੁੱਟ ਵੱਲ ਸਾਡਾ ਧਿਆਨ ਨਹੀਂ ਹੈ ਉਹਨੂੰ ਕਿਸ ਟਾਈਮ ਦੇ ਉੱਤੇ ਕਿਹੜੀ ਖੁਰਾਕ ਦੇਣ ਦੀ ਲੋੜ ਹੈਗੀ ਆ ਉਹਦਾ ਅਸੀਂ ਧਿਆਨ ਹੀ ਨਹੀਂ ਕੀਤਾ ਅਤੇ ਜਿਹੜਾ ਸਾਡਾ ਮੈਦਾ ਹੈ ਮੈਦੇ ਨੇ ਤਾਂ ਆਪਣੇ ਟਾਈਮ ਟੂ ਟਾਈਮ ਜੋ ਆਪਣੇ ਗੈਸਟ੍ਰਿਕ ਜੂਸ ਨੇ ਉਹ ਛੱਡੀ ਜਾਣੇ ਨੇ ਬਿਲਕੁਲ ਸਹੀ ਅਤੇ ਉਹ ਜਿਹੜੇ ਹੈਗੇ ਉਹਨੂੰ ਹਜ਼ਮ ਕਰਨ ਲਈ ਜੇ ਚੀਜ਼ ਨਹੀਂ ਮਿਲੀ ਅੱਗੇ ਖਾਣਾ ਨਿਗਾ ਤਾਂ ਮਾਫ਼ ਕਰਨਾ ਫਿਰ ਉਹਨੂੰ ਨੁਕਸਾਨ ਹੀ ਕਰੇਗਾ ਉਹ ਉਸ ਸੰਗ ਨੂੰ ਸੋ ਇਹ ਜਿਹੜਾ ਹੈਗਾ ਇੱਕ ਵੱਡਾ ਕਾਰਨ ਹੈਗਾ ਵੀ ਖਾਣੇ ਵਿੱਚ ਬੇਨਿਜ਼ਮੀ ਜੀ ਸੋ ਅਸੀਂ ਪ੍ਰੋਪਰ ਟਾਈਮ ਸਿਰ ਖਾਣਾ ਖਾਵਾਂਗੇ ਔਰ ਜੋ ਹੈਗਾ ਆ ਉਹ ਫਿਰ ਪ੍ਰੋਪਰ ਉਹਨੂੰ ਟਾਈਮ ਮਿਲੇਗਾ ਹਜ਼ਮ ਹੋਣ ਲਈ ਸੋ ਖਾਣੇ ਦਾ ਜਿਹੜਾ ਹੈਗਾ ਨਿਯਮ ਜੋ ਮਰਜ਼ੀ ਹੋਵੇ ਜਿੰਨਾ ਮਰਜ਼ੀ ਕੰਮ ਹੋਵੇ ਜੋ ਇੱਕ ਆਪਾਂ ਜੋ ਆਹਾਰ ਦਾ ਟਾਈਮ ਹੈਗਾ ਆ ਉਹਨੂੰ ਕਿਸੇ ਵੀ ਕੋਸ ਦੇ ਉੱਤੇ ਉਸਨੂੰ ਮਿਸ ਨਾ ਕੀਤਾ ਜਾਵੇ ਟਾਈਮ ਸਿਰ ਖਾਣਾ ਖਾ ਲਿਆ ਜਾਵੇ ਤਾਂ ਇਹ ਸਾਨੂੰ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਸ ਤੋਂ ਬਚ ਸਕਦੇ ਹਾਂ ਦੂਜਾ ਜਿਹੜੀ ਕਾਰਨ ਹੈਗੀ ਆ ਵੀ ਖਾਣਾ ਕਿੰਨਾ ਖਾਣਾ ਹੈਗਾ ਸੋ ਆਮ ਕੀ ਹੈਗਾ ਹੈ ਕਿ ਅਸੀਂ ਬਹੁਤ ਤਰ੍ਹਾਂ ਦਾ ਕਈ ਤਰ੍ਹਾਂ ਦੀਆਂ ਡਿਸ਼ਿਜ਼ ਹੋਣ ਸਾਹਮਣੇ ਅਤੇ ਅਸੀਂ ਕਹਿੰਦੇ ਇਹਦਾ ਵੀ ਸਵਾਦ ਦੇਖ ਲਈਏ ਇਹਦਾ ਵੀ ਦੇਖ ਲਈਏ ਇਹਦਾ ਵੀ ਦੇਖ ਲਈਏ ਸੋ ਉਹ ਹੈਗਾ ਜੋ ਮੇਲ ਬੇਮੇਲ ਹੈ ਖਾਣ ਦਾ ਉਹ ਗਲਤ ਹੋ ਜਾਂਦਾ ਹੈਗਾ ਔਰ ਅਸੀਂ ਸਵਾਦ ਸਵਾਦ ਦੇ ਵਿੱਚ ਬਹੁਤ ਜ਼ਿਆਦਾ ਖਾ ਜਾਂਦੇ ਹੈਗੇ ਹਾਂ ਜਿਹਦੀ ਕਿ ਸਾਡੇ ਸਰੀਰ ਨੂੰ ਲੋੜ ਹੀ ਨਹੀਂ ਜੀ ਸੋ ਆਹਾਰ ਜਿਹੜਾ ਹੈਗਾ ਆ ਉਹ ਪੌਸ਼ਟਿਕ ਹੋਵੇ ਲੋੜ ਮੁਤਾਬਕ ਹੋਵੇ ਅਤੇ ਫਿਰ ਜਿਹੜਾ ਹੈਗਾ ਇਹ ਪ੍ਰੋਬਲਮ ਨਹੀਂ ਆਉਂਦੀ ਸੋ ਤੀਜਾ ਕਾਰਨ ਹੈਗਾ ਆ ਕਿ ਜਦੋਂ ਜੋ ਸਾਡੀ ਇੱਕ ਬੈਲ ਹੈ ਨੈਚੁਰਲ ਸਿਸਟਮ ਹੈਗਾ ਆ ਸਾਡੇ ਸਰੀਰ ਸਾਨੂੰ ਵਾਰਨ ਕਰਦਾ ਹੈ ਕਿ ਤੈਨੂੰ ਇਸ ਲਈ ਹਾਜ਼ਰਤ ਹੋਈ ਹੈਗੀ ਆ ਤੈਨੂੰ ਇਸ ਲਈ ਮੋਸ਼ਨ ਜੋ ਹੈਗਾ ਆ ਪਾਸ ਕਰਨਾ ਚਾਹੀਦਾ ਹੈਗਾ ਹੈ ਸੋ ਉਸ ਟਾਈਮ ਕੀ ਹੁੰਦੇ ਹਾਂ ਫਰਜ਼ ਕੀਤਾ ਅਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੈਗੇ ਹਾਂ ਜਾਂ ਗੱਲਬਾਤ ਕਰ ਰਹੇ ਹੈਗੇ ਹਾਂ ਅਤੇ ਅਸੀਂ ਉਹ ਟਾਈਮ ਇਗਨੋਰ ਕਰ ਦਿੰਦੇ ਹੈਗੇ ਹਾਂ ਔਰ ਉਹ ਜਿਹੜਾ ਟਾਈਮ ਹੁੰਦਾ ਉਹ ਸੈਕਿੰਡ ਦਾ ਹੁੰਦਾ ਆ ਅੱਛਾ ਜਿਹਦੇ ਵਿੱਚ ਉਹ ਨੈਚੁਰਲ ਕਾਲ ਆਉਂਦੀ ਹੈ ਅਤੇ ਜਦੋਂ ਮਹਿਸੂਸ ਹੁੰਦਾ ਕਿ ਹਾਂ ਮੈਨੂੰ ਅਰਜ ਖਾਹਿਸ਼ ਬਣੀ ਹੈਗੀ ਹੈ ਕਿ ਮੈਨੂੰ ਹੁਣ ਹਲੇ ਸਟੂਲ ਪਾਸ ਕਰਨਾ ਚਾਹੀਦਾ ਹੈਗਾ ਸੋ ਉਹ ਟਾਈਮ ਅਸੀਂ ਮਿਸ ਕਰ ਦਿੱਤਾ ਆਮ ਕਰਕੇ ਲੇਡੀ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਉਹ ਇਸ ਚੀਜ਼ ਦੀ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ ਕਿ ਮੈਂ ਹੁਣ ਵਿੱਚੋਂ ਉੱਠ ਕੇ ਚਲੇ ਗਈ ਤਾਂ ਲੋਕ ਕੀ ਕਹਿਣਗੇ ਹੈਂਜੀ ਜਾਂ ਆਹ ਜਿਹੜਾ ਹੈਗਾ ਹੁਣ ਮੈਂ ਆਹ ਆਪਣਾ ਇਸ ਵੇਲੇ ਚਲੇ ਗਈ ਤਾਂ ਆਹ ਕੰਮ ਜਿਹੜਾ ਹੈਗਾ ਵਿੱਚ ਹੀ ਰਹਿ ਜਾਣਾ ਹੈਗਾ ਮੈਂ ਅੱਧਾ ਘੰਟਾ ਠਹਿਰ ਕੇ ਜਾਂਦੇ ਹਾਂ ਸੋ ਅੱਧਾ ਘੰਟੇ ਦਾ ਉਹ ਫਿਰ 1 ਘੰਟਾ ਵੀ ਹੋ ਸਕਦਾ 2 ਘੰਟੇ ਵੀ ਅਤੇ ਉਹ ਦਿਨ ਵੀ ਪੂਰਾ ਮਿਸ ਹੋ ਸਕਦਾ ਹੈਗਾ ਸੋ ਉਹ ਕੀ ਚੀਜ਼ ਹੈਗੀ ਆ ਕਿ ਜਦੋਂ ਅਸੀਂ ਮਤਲਬ ਵਕਤ ਸਿਰ ਉਸ ਨੈਚੁਰਲ ਕਾਲ ਨੂੰ ਆਂਸਰ ਨਹੀਂ ਕੀਤਾ ਅਤੇ ਇਹ ਜਿਹੜੀ ਪ੍ਰੋਬਲਮ ਹੈਗੀ ਆ ਫਿਰ ਉਹ ਕਬਜ਼ ਜਿਹੜੀ ਹੈਗੀ ਆ ਸਾਡੀ ਬਣ ਗਈ ਕਿਉਂਕਿ ਉੱਥੇ ਜੀ ਮਲ ਜਿਹੜਾ ਹੈਗਾ ਉਹ ਡਰਾਈ ਹੋਣਾ ਸ਼ੁਰੂ ਹੋ ਜਾਏਗਾ ਜਿਹੜੀ ਉੱਥੇ ਦੀ ਹਿਊਮਿਡਿਟੀ ਹੈਗੀ ਆ ਜਿਹੜੀ ਕਿ ਉਸਨੇ ਮੂਵਮੈਂਟ ਲਈ ਮਦਦ ਕਰਨੀ ਸੀਗੀ ਉਹ ਜਿਹੜੀ ਹੈਗੀ ਆ ਉਹ ਮਲ ਸੋਕਦਾ ਰਹਿੰਦਾ ਹੈਗਾ ਉਹ ਹਾਰਡ ਹੋ ਜਾਂਦਾ ਬੋਲਡ ਬਣ ਜਾਂਦੇ ਨੇ ਔਰ ਉਹਨੂੰ ਪਾਸ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ ਸੋ ਮਤਲਬ ਮੈਂ ਡਾਕਟਰ ਸਾਹਿਬ ਜੀ ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹਾਂ ਜੀ ਤੁਹਾਡੇ ਸਵਾਲ ਘੁੰਮ ਘੁਮਾ ਕੇ ਜ਼ਰੂਰ ਉਸੇ ਚੀਜ਼ ਦੇ ਉੱਪਰ ਆ ਰਹੇ ਨੇ ਕਿਉਂਕਿ ਆਪਾਂ ਪਹਿਲੀ ਗੱਲ ਕਰ ਚੁੱਕੇ ਹੁੰਦੇ ਹਾਂ ਫਿਰ ਯੂਰਿਕ ਐਸਿਡ ਕੀ ਹੈ ਜੀ ਕਬਜ਼ ਕੀ ਹੈ ਜੇ ਕੀ ਹੈ
जो हुण तक दा मतलब इन्ने प्रोग्रामां दे विच आपां डॉक्टर साहब नूं लैके आए हाँ तो जो मैनूं इन्हां दे नाल बैठ के समझ आई गल दी उह ये है कि जे आपां ये समझिए कि जिस शरीर ने आपां नूं ये पहचान दित्ती है जे मैं ये कहां कि मैं तुहाडे सामने इस वक्त स्क्रीन के उपर नज़र आ रहा तो मैनूं गुरप्रीत संधावाले कहिंदे आ जे ये शरीर ना होवे तो फिर गुरप्रीत संधावाले की वध तों वध एक फोटो तुसीं वेख सकदे अदरवाइज़ मैं कितें एग्जिस्ट नहीं करदा सो कहण तों भाव है जी कि जिस शरीर दे नाल अपनी पहचान है आपां उस शरीर दे नाल ईमानदार नहीं हैगे चाहे वह खाण पीण की गल हो चाहे एक्सरसाइज़ की गल हो चाहे वह इस शरीर की संभाल की गल हो क्यों आपां नूं ये लगता है कि काम इंपोर्टेंट है पैसा इंपोर्टेंट है जां कोई होर चीज़ इंपोर्टेंट है कोई गल नहीं नेचर कॉल आता कोई गल नहीं यार फिर जाएंगे जो कुछ खाना चल कोई गल नहीं खाधा गया ठीक है नहीं कोई गल नहीं एक घंटा बाद खा लवेंगे कहने तो भाव है कि आपां अपने शरीर के नाल ही ये सारा कुछ करते हैं जिहड़ा कि आपां नूं लगता है कि मैं शायद कर रहा पर वो मैं दे विच एक मन बैठा होया जिहड़ा कि आपां नूं इस चीज़ तो कई बार इधर उधर कर दिंदा पर जिहड़ा शरीर की लोड़ है वो तो रहनी रहनी है हुण जे एक बंदा मंजे तो ना हिले तो अल्टीमेटली उहदे हालात माड़े होने ही होने तो जे एक बंदा नियमित खाना खाई जाऊगा खाई जाऊगा खाई जाऊगा तो आखे भी मैं कोई गल नहीं जी ढिड भर लिया फूस लिया ठूस लिया तो मैं हुण जो अपना काम मर्जी करी जावां इहदा मतलब उहने बीमार होना ही होना सो किते ना किते जे मैं जो तत्सार कढ़िया सर मैं जे तुहानूं दस्सियो कि ਆਪਾਂ ਜੇ ਆਪਣੇ ਸਰੀਰ ਲਈ ਇਮਾਨਦਾਰ ਹਾਂ ਤਾਂ ਸਮਝੋ ਕਿ ਆਪਾਂ ਤੰਦਰੁਸਤ ਹਾਂ ਦੇਖੋ ਜੀ ਬਹੁਤ ਵਧੀਆ ਤੁਸੀਂ ਇਹ ਜਵਾਬ ਦਿੱਤਾ ਹੈਗਾ ਜਾਂ ਜੇ ਆਪਣੇ ਸਬਜੈਕਟ ਉੱਤੇ ਗੱਲ ਕੀਤੀ ਹੈਗੀ ਆ ਸਭ ਤੋਂ ਵੱਡੀ ਗੱਲ ਹੈਗੀ ਆ ਅਸੀਂ ਦੂਜੇ ਤੋਂ ਵਫਾ ਮੰਗਦੇ ਹਾਂ ਹਮੇਸ਼ਾ ਜੀ ਵੀ ਮੇਰੇ ਨਾਲ ਉਸਨੇ ਧੋਖਾ ਕੀਤਾ ਮੇਰੇ ਨਾਲ ਉਸਨੇ ਬੇਈਮਾਨੀ ਕੀਤੀ ਹੈਗੀ ਆ ਪਰ ਅਸੀਂ ਆਪਣੇ ਪ੍ਰਤੀ ਕਦੀ ਵਿਚਾਰ ਨਹੀਂ ਕਰਦੇ ਪਰ ਮੈਂ ਆਪਣੇ ਪ੍ਰਤੀ ਕਿੰਨਾ ਕੁ ਵਫਾਦਾਰ ਹੈਗਾ ਹਾਂ ਜੀ ਜੀ ਔਰ ਇਹ ਇੱਕ ਨੈਚੁਰਲ ਲਾਅ ਹੈਗਾ ਆ ਕਿ ਜੋ ਇਨਸਾਨ ਆਪਣੇ ਪ੍ਰਤੀ ਵਫ਼ਾਦਾਰ ਨਹੀਂ ਹੈ ਉਹਨੂੰ ਵਫ਼ਾਦਾਰੀ ਕਿਸੇ ਪਾਸਿਓਂ ਵੀ ਨਹੀਂ ਮਿਲਣੀ ਬਿਲਕੁਲ ਸੋ ਸਭ ਤੋਂ ਪਹਿਲੀ ਵਫ਼ਾਦਾਰੀ ਇਹ ਹੈਗੀ ਆ ਕਿ ਇਹ ਜੋ ਉਸ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਅਣਮੁੱਲਾ ਸਰੀਰ ਦਿੱਤਾ ਹੈ ਇੱਕ ਇੱਕ ਅੰਗ ਜਿਹੜਾ ਹੈਗਾ ਇਤਨਾ ਮਹੱਤਵਪੂਰਨ ਹੈ ਇਤਨਾ ਮਹਿੰਗਾ ਹੈ ਜੇ ਅਸੀਂ ਉਹਦੇ ਪ੍ਰਤੀ ਵਫ਼ਾਦਾਰ ਨਹੀਂ ਉਹਦੀ ਕੇਅਰ ਨਹੀਂ ਕਰਦੇ ਉਹਦੀ ਸੰਭਾਲ ਨਹੀਂ ਕਰਦੇ ਤਾਂ ਸਭ ਤੋਂ ਵੱਡੇ ਬੇਈਮਾਨ ਮੈਂ ਕਹਿੰਦਾ ਅਸੀਂ ਹਾਂ ਔਰ ਸਾਨੂੰ ਉਹਦੀ ਸਜ਼ਾ ਮਿਲਣੀ ਮਿਲਣੀ ਹੈਗੀ ਆ ਅਸੀਂ ਉਸ ਤੋਂ ਬਚ ਨਹੀਂ ਸਕਦੇ ਜੀ ਜੀ ਸੋ ਇੱਕ ਹੋਰ ਬਹੁਤ ਅਹਿਮ ਮੁੱਦਾ ਹੈਗਾ ਆ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ ਆਮ ਕੀ ਹੈਗਾ ਆ ਸਾਡੀ ਕਿਸੇ ਵੀ ਚੀਜ਼ 'ਚ ਨੁਕਸ ਕੱਢਣ ਦੀ ਬੜੀ ਆਦਤ ਹੈਗੀ ਆ ਆਹ ਕੀ ਬਣਾਤਾ ਇਹ ਅੱਜ ਇਹ ਚੀਜ਼ ਹੋਣੀ ਚਾਹੀਦੀ ਸੀਗੀ ਤੁਸੀਂ ਇਹ ਮੇਰੇ ਮਨਪਸੰਦ ਚੀਜ਼ ਨੇਗੀ ਅਸੀਂ ਉਹਦੇ ਵਿੱਚ ਨੁਕਸ ਕੱਢਿਆ ਫਿਰ ਹੈਗਾ ਕੋਈ ਚੀਜ਼ ਜ਼ਿਆਦਾ ਗਰਮ ਹੈ ਇਹ ਕੀ ਕੀਤਾ ਹੈ ਜੀ ਮੇਰੇ ਹੱਥ ਸੜ ਗਏ ਨੇ ਮੰਨ ਲਓ ਜਦੋਂ ਅਸੀਂ ਖਾਣਾ ਖਾਂਦੇ ਹਾਂ ਉਸ ਟਾਈਮ ਵੀ ਅਸੀਂ ਪ੍ਰਸੰਨ ਚਿੱਤ ਨਹੀਂ ਹੈਗੇ ਔਰ ਖਾਣਾ ਕੀ ਹੈਗਾ ਖਾਣਾ ਅਸੀਂ ਇੱਕ ਇਹ ਜੋ ਸਰੀਰ ਹੈਗਾ ਜਿਹੜਾ ਬ੍ਰਹਿਮੰਡ ਹੈਗਾ ਸਾਡਾ ਅਸੀਂ ਉਹਦੀ ਪਾਲਣਾ ਲਈ ਖਾ ਰਹੇ ਹਾਂ ਔਰ ਉਹ ਕਿਸ ਅਵਸਥਾ 'ਚ ਖਾਣਾ ਚਾਹੀਦਾ ਹੈਗਾ ਸਾਨੂੰ ਉਸ ਟਾਈਮ ਬਿਲਕੁਲ ਖੁਸ਼ ਹੋਣਾ ਚਾਹੀਦਾ ਪ੍ਰਸੰਨ ਚਿੱਤ ਖਾਣਾ ਚਾਹੀਦਾ ਹੈਗਾ ਔਰ ਕਿਸੇ ਵੀ ਕਿਸਮ ਦੀ ਟੈਨਸ਼ਨ ਸਟ੍ਰੈਸ ਸਾਡੇ ਨਹੀਂ ਹੋਣੀ ਚਾਹੀਦੀ ਜਿੰਨਾ ਅਸੀਂ ਪ੍ਰਸੰਨ ਮੁਦਰਾ ਦੇ ਵਿੱਚ ਜੋ ਹੈਗਾ ਖਾਣਾ ਖਾਵਾਂਗੇ ਉਹਦਾ ਅਸਰ ਸਾਨੂੰ ਜ਼ਿਆਦਾ ਲੱਗੇਗਾ ਉਹਦੇ ਵਿੱਚ ਜਿੰਨੇ ਜੋ ਐਸਿਡ ਹਨ ਜਾਂ ਜਿੰਨੇ ਵੀ ਗੈਸਟ੍ਰਿਕ ਜੂਸਿਸ ਹਨ ਸੁਭਾਵਿਕ ਜਿਹੜੇ ਸਾਡੀ ਅੰਗਾਂ ਨੇ ਛੱਡਣੇ ਹਨ ਜੀ ਸੋ ਉਹ ਸਾਨੂੰ ਪ੍ਰੋਪਰ ਮਾਤਰਾ ਦੇ ਵਿੱਚ ਮਿਲਣਗੇ ਜਦੋਂ ਅਸੀਂ ਟੈਂਸ ਹਾਂ ਗੁੱਸੇ ਵਿੱਚ ਹਾਂ ਤਾਂ ਉਹ ਜਿਹੜੇ ਹੈਗੇ ਨੇ ਸਿਕ੍ਰੀਸ਼ਨ ਜੋ ਹੈਗੀ ਉਹਨਾਂ ਦੀ ਉਹ ਪ੍ਰੋਪਰ ਨਹੀਂ ਹੁੰਦੀ ਸੋ ਉਸ ਵਜ੍ਹਾ ਕਰਕੇ ਜੋ ਵੀ ਖਾਣਾ ਆਪਣੇ ਜਿਹੜਾ ਕੰਮ ਉਹਨਾਂ ਨੇ ਜੂਸਿਸ ਨੇ ਕਰਨਾ ਸੀਗਾ ਉਹ ਸਾਡੇ ਮਿਹਦੇ ਨੂੰ ਕਰਨਾ ਪੈਂਦਾ ਹੈਗਾ ਕੰਮ ਉਹ ਅਤੇ ਮਿਹਦਾ ਸਾਡਾ ਜਿਹੜਾ ਹੈਗਾ ਖਾਣਾ ਖਾਂਦਾ ਹੀ ਅੰਡਰ ਸਟ੍ਰੈਸ ਚੱਲ ਜਾਂਦਾ ਆ ਉੱਤੇ ਬੋਝ ਪੈ ਜਾਂਦਾ ਹੈਗਾ ਜਿਸ ਵਜ੍ਹਾ ਕਰਕੇ ਉਹਨੂੰ ਜਿਹੜਾ ਹੈਗਾ ਆ ਇਹ ਖਾਣਾ ਪਹੁੰਚਾਉਣ ਦੇ ਵਿੱਚ ਵੀ ਦੇਰੀ ਲੱਗਦੀ ਹੈਗੀ ਆ ਉਹ ਇਹ ਵੀ ਇੱਕ ਕਾਰਨ ਦਾ ਜਿਹੜਾ ਹੈਗਾ ਕਬਜ਼ ਦਾ ਇੱਕ ਵੱਡਾ ਕਾਰਨ ਹੈ ਅੱਛਾ ਇੱਕ ਚੀਜ਼ ਮੈਨੂੰ ਦੱਸੋ ਡਾਕਟਰ ਸਾਹਿਬ ਜਦੋਂ ਤੁਸੀਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਵੀ ਇਹ ਜਿਹੜਾ ਆਪਣਾ ਇੱਕ ਤਾਂ ਸਰੀਰ ਹੈ ਓਵਰਆਲ ਬੋਡੀ ਇਹ ਜਿਉਂਦੀ ਹੈ ਆਪਣੇ ਅੰਦਰ ਇਕੱਲਾ ਇਕੱਲਾ ਔਰਗਨ ਜਿਹੜਾ ਹੈ ਉਹ ਵੀ ਜਿਉਂਦਾ ਬਿਲਕੁਲ ਅਤੇ ਜੋ ਆਪਣੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਜਾਂ ਜਿਸ ਜਿਹੋ ਜਿਹੇ ਹਾਲਾਤ 'ਚ ਆਪਾਂ ਹੁੰਦੇ ਹਾਂ ਉਹ ਔਰਗਨਸ ਦੇ ਮੂਡ ਦੇ ਉੱਪਰ ਵੀ ਅਸਰ ਪੈਂਦਾ ਦੇਖੋ ਔਰਗਨਸ ਦਾ ਮੂਡ ਆਪਣਾ ਨੇਗਾ ਔਰਗਨਸ ਦਾ ਮੂਡ ਉਹੀ ਹੈ ਜੋ ਅਸੀਂ ਉਹ ਦਿੰਦੇ ਹੈਗੇ ਹਾਂ ਜੋ ਸਰੀਰ ਨੂੰ ਜਿਸ ਵੀ ਆਪਣੇ ਆਤਮਕ ਅਵਸਥਾ ਦੇ ਵਿੱਚ ਅਸੀਂ ਹੈਗੇ ਹਾਂ ਉਹ ਉਹੀ ਜਿਹੜੀ ਹੈਗੀ ਆ ਸਾਡੇ ਅੰਗਾਂ ਦੀ ਆਤਮਕ ਅਵਸਥਾ ਵੀ ਹੈਗੀ ਹੈ ਜੇ ਅਸੀਂ ਸਾਡਾ ਮਨ ਸਥਿਰ ਹੈ ਸਟੇਬਲ ਹੈ ਖੁਸ਼ ਹੈ ਅਤੇ ਸੁਭਾਵਿਕ ਆ ਕਿ ਸਾਡੇ ਔਰਗਨ ਜਿਹੜੇ ਹੈਗੇ ਨੇ ਉਹ ਵੀ ਸਟ੍ਰੈਸ ਫ੍ਰੀ ਨੇ ਉਹ ਆਪਣਾ ਸਹੀ ਕੰਮ ਕਰ ਰਹੇ ਹਨ ਉਹ ਆਪਣਾ ਸਹੀ ਕੰਮ ਹੀ ਕਰਨਗੇ ਸਾਨੂੰ ਰਿਜ਼ਲਟ ਅੱਛਾ ਮਿਲੇਗਾ ਜੀ ਸੋ ਇੱਕ ਚੀਜ਼ ਹੋਰ ਇਹਦੇ ਵਿੱਚ ਹੈਗੀ ਹੈ ਜਿਹੜਾ ਕਾਰਨ ਮੈਂ ਕਬਜ਼ ਦੇ ਕਾਰਨਾਂ ਦੀ ਗੱਲ ਕਰਨ ਡਿਆ ਹਾਂ ਸੋ ਇੱਕ ਹੋਰ ਬਹੁਤ ਵੱਡਾ ਕਾਰਨ ਹੈਗਾ ਆ ਆਪਣੇ ਨੀਂਦ ਦਾ ਪੂਰਾ ਹੋਣਾ ਸੋ ਆਮ ਕੀ ਹੈਗਾ ਹੈ ਕਿ ਸ਼ਾਮ ਦਾ ਖਾਣਾ ਖਾਧਾ ਔਰ ਖਾਣਾ ਖਾਣ ਤੋਂ ਬਾਅਦ ਜਾਂ ਅਸੀਂ ਲੈਪਟੋਪ ਲੈ ਕੇ ਬਹਿ ਗਏ ਹਾਂ ਜਾਂ ਅਸੀਂ ਟੀ ਵੀ ਦੇ ਉੱਤੇ ਸਾਹਮਣੇ ਬਹਿ ਗਏ ਹੈਗੇ ਹਾਂ ਅਤੇ ਇਹ ਜੋ ਕਾਰਨ ਬਣਦਾ ਹੈ ਔਰ ਉਹਦੇ ਵਿੱਚ ਸਾਨੂੰ ਪਤਾ ਨਹੀਂ ਪਏ ਅਸੀਂ ਕਿੰਨੀ ਦੇਰ ਬੈਠੇ ਹੈਗੇ ਹਾਂ ਸੌਣੇ ਦਾ ਟਾਈਮ ਕੀ ਹੈਗਾ ਆ
ਸੋ ਸਾਡੀ ਕੀ ਕਾ ਹੈ ਕਾਰਨ ਬਣਦਾ ਕਿ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਔਰ ਜਿਸ ਇਨਸਾਨ ਦੀ ਨੀਂਦ ਪੂਰੀ ਨਹੀਂ ਹੈਗੀ ਉਸਨੇ ਸਵੇਰੇ ਉਗਲਾਉਂਦਿਆਂ ਨਹੀਂ ਉੱਠਣਾ ਹੈਗਾ ਆ ਔਰ ਸੁਸਤ ਉੱਠੇਗਾ ਉਹਦੇ ਵਿੱਚ ਉਹ ਇੱਕ ਜੋ ਇੱਕ ਸਟੈਮਿਨਾ ਹੁੰਦਾ ਜਾਂ ਇੱਕ ਐਨਰਜੀ ਲੈਵਲ ਹੁੰਦਾ ਉਹ ਨਹੀਂ ਬਣੇਗਾ ਸੋ ਇਹ ਇੱਕ ਜਿਹੜਾ ਹੈਗਾ ਆ ਨੀਂਦ ਦਾ ਇਹ ਵੀ ਹੋਣਾ ਬਹੁਤ ਜ਼ਰੂਰੀ ਹੈਗੀ ਹੈ ਅਤੇ ਉਹ ਇਹ ਨੀਂਦ ਕਿੰਨੀ ਹੋਣੀ ਚਾਹੀਦੀ ਸੀ ਇਹ ਡਿਪੈਂਡ ਫਿਰ ਕਰਦਾ ਹੈਗਾ ਪਰਸਨ ਟੂ ਪਰਸਨ ਹੈਗਾ ਆ ਕਿਸੇ ਲਈ ਫਿਕਸ ਨਹੀਂ ਹੈਗਾ ਜਿੰਨਾ ਅਸੀਂ ਆਹਾਰ ਜ਼ਿਆਦਾ ਖਾਂਦੇ ਹਾਂ ਠੋਕ ਕੇ ਖਾਂਦੇ ਹੈਗੇ ਹਾਂ ਉਨੀ ਸਾਨੂੰ ਜਿਹੜੀ ਹੈਗੀ ਹੈ ਨੀਂਦ ਵੀ ਜ਼ਿਆਦਾ ਲੈਣੀ ਪੈਂਦੀ ਹੈਗੀ ਹੈ ਚਾਹੀਦੀ ਹੈਗੀ ਹੈ ਸੋ ਜਿਨ ਆਪਣਾ ਆਹਾਰ ਥੋੜ੍ਹਾ ਲੈਣਾ ਹੈਗਾ ਆ ਸੋ ਉਹਨੂੰ ਜਿਹੜਾ ਹੈਗਾ ਨੀਂਦ ਵੀ ਘੱਟ ਦੇ ਵਿੱਚ ਹੀ ਉਹਦਾ ਸਰ ਜਾਣਾ ਹੈਗਾ ਕਿਉਂਕਿ ਜ਼ਿਆਦਾ ਕਿੰਨੀ ਦੇਰ ਸੌਣਾ ਹੈ ਇਹ ਘੰਟਿਆਂ ਦੇ ਉੱਤੇ ਡਿਪੈਂਡ ਨਹੀਂ ਕਰਦਾ ਇਹ ਹੈਗੀ ਰੈਮ ਸਲੀਪ ਰੈਮ ਕੀ ਹੈਗੀ ਰੈਪਿਡ ਆਈ ਮੋਸ਼ਨ ਜਿਹੜੀ ਹੈਗੀ ਹੈ ਉਹ ਸਲੀਪ ਹੈਗੀ ਜਦੋਂ ਅਸੀਂ ਬਿਲਕੁਲ ਗੂੜੀ ਨੀਂਦ ਦੇ ਵਿੱਚ ਚਲ ਜਾਂਦੇ ਹੈਗੇ ਹਾਂ ਉਹ ਗੂੜੀ ਨੀਂਦ ਜੋ ਹੈਗੀ ਹੈ ਉਹ ਮੈਟਰ ਕਰਦੀ ਹੈ ਵੀ ਉਹ ਕਿੰਨੀ ਦੇਰ ਦੀ ਹੈਗੀ ਹੈ ਉਹ ਪਿਛਕ ਥੋੜ੍ਹੀ ਦੇਰ ਦੀ ਹੋਈ ਹੋਵੇ ਤਾਂ ਸਾਡੇ ਜਿਹੜੇ ਹੈਗੇ ਸੋਲਰਪਲੈਕਸ ਚਾਰਜ ਹੋਏ ਨੇ ਹਨ ਅਤੇ ਸਾਡੀ ਸਰੀਰ ਜਿਹੜੀ ਹੈਗੀ ਹੈ ਉਸ ਨੂੰ ਸਮਝ ਲਓ ਕਿ 24 ਘੰਟੇ ਚਲਾਉਣ ਲਈ ਐਨਰਜੀ ਮਿਲ ਗਈ ਹੈਗੀ ਹੈ ਸੋ ਇਸ ਵਜ੍ਹਾ ਕਰਕੇ ਕੋਸ਼ਿਸ਼ ਜੋ ਕਰਨੀ ਚਾਹੀਦੀ ਹੈਗੀ ਆ ਜੋ ਰਾਤ ਦਾ ਖਾਣਾ ਹੈਗਾ ਆ ਉਹ ਥੋੜ੍ਹਾ ਖਾਧਾ ਜਾਵੇ ਤਾਂ ਕਿ ਉਹ ਛੇਤੀ ਹਜ਼ਮ ਹੋ ਜਾਵੇ ਤਾਂ ਕਿ ਉਹਦੇ ਨਾਲ ਜੋ ਹੈਗੀ ਸਾਡੀ ਇੱਕ ਤਾਂ ਨੀਂਦ ਪੂਰੀ ਹੋ ਗਈ ਔਰ ਦੂਸਰਾ ਜਿਹੜਾ ਹੈਗਾ ਅੰਮ੍ਰਿਤ ਵੇਲੇ ਦਾ ਜੋ ਜਾਗਣਾ ਸਾਨੂੰ ਉਹ ਨਸੀਬ ਹੋ ਜਾਏਗਾ ਸੋ ਜਿਹਦੇ ਵਿੱਚ ਸਾਨੂੰ ਉਹਦੀਆਂ ਜੋ ਆਪਣੇ ਉਹਦੇ ਫਾਇਦੇ ਹਨ ਉਹ ਅਣਗਿਣਤ ਹਨ ਜੀ ਉਹ ਫਿਰ ਕਿਸੇ ਵੇਲੇ ਜ਼ਿਕਰ ਕਰਾਂਗੇ ਸੋ ਇਹ ਇੱਕ ਕੁਛ ਕਾਰਨ ਹਨ ਕਬਜ਼ ਦੇ ਜੀ ਸੋ ਜਿਹਨਾਂ ਕਾਰਨਾਂ ਨੂੰ ਅਸੀਂ ਮੈਂ ਕਹਿੰਦਾ ਕਿ ਜੇ ਅਸੀਂ ਸਮਝ ਲਈਏ ਔਰ ਉਹ 'ਤੇ ਕੰਮ ਕਰਨਾ ਸ਼ੁਰੂ ਕਰ ਦਈਏ ਅੱਜ ਤੋਂ ਹੀ ਬਿਲਕੁਲ ਸਹੀ ਅੱਛਾ ਇਹ ਚੀਜ਼ ਨੇ ਪੈਦਾ ਨਹੀਂ ਹੋਈ ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਹੁਣ ਇੱਥੇ ਰੋਕ ਰਿਹਾ ਹੁਣ ਤੁਸੀਂ ਨੀਂਦ ਦੀ ਗੱਲ ਕੀਤੀ ਤੁਸੀਂ ਗੱਲ ਕੀਤੀ ਟੈਨਸ਼ਨ ਦੀ ਹੁਣ ਇਹ ਨੀਂਦ ਘੱਟ ਅਤੇ ਟੈਨਸ਼ਨ ਜ਼ਿਆਦਾ ਇਹ ਘਰ ਘਰ ਦੀ ਕਹਾਣੀ ਬਣ ਗਈ ਲਗਭਗ ਹਰੇਕ ਬੰਦੇ ਦੀ ਅੱਜ ਕੱਲ੍ਹ ਦੀ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਬੱਚਾ ਚਾਹੇ ਬੁੱਢਾ ਚਾਹੇ ਜਵਾਨ ਹੈ ਚਾਹੇ ਮਰਦ ਹੈ ਚਾਹੇ ਔਰਤ ਹੈ ਹਾਲਾਤ ਉਹਦੇ ਇਹੀ ਨੇ ਇਹ ਜਿਹੜੀ ਟੈਨਸ਼ਨ ਅੱਜ ਕੱਲ੍ਹ ਇੰਨੀ ਜ਼ਿਆਦਾ ਵੱਧ ਗਈ ਹੈ ਇਹ ਇਹਦਾ ਕਾਰਨ ਕੀ ਹੈ ਅਤੇ ਜੇ ਕੋਈ ਬੰਦਾ ਚਾਹੇ ਕਿ ਮੈਂ ਰਿਲੈਕਸ ਕਰਨਾ ਮੈਂ ਇਹ ਥੋੜ੍ਹਾ ਜਿਹਾ ਆਪਣੇ ਜਿੱਦਾਂ ਇੱਥੋਂ ਖਿੱਚ ਪੈਣ ਲੱਗ ਪੈਂਦੀ ਅੱਖਾਂ ਨੂੰ ਮੱਥੇ ਨੂੰ ਹੈ ਨਾ ਇਹ ਸਾਰੇ ਕੁਛ ਤੋਂ ਬਚਿਆ ਕਿਵੇਂ ਜਾ ਸਕਦਾ ਮੈਨੂੰ ਮੈਂ ਨਾ ਉਹ ਵੀ ਜ਼ਰੂਰ ਦੱਸ ਦਿਓ ਅੱਜ ਗੁਰਪ੍ਰੀਤ ਜੀ ਇਹ ਇੱਕ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬਜੈਕਟ ਹੈਗਾ ਆ ਜੇ ਬੈਟਰ ਹੋਏਗਾ ਕਿ ਜੇ ਮੈਂ ਇਸਨੂੰ ਕਿਸੇ ਹੋਰ ਸੈਸ਼ਨ ਦੇ ਵਿੱਚ ਥੋੜ੍ਹਾ ਬਹੁਤ ਤੁਸੀਂ ਅਟੈਚ ਕਰ ਦਿਓ ਆਪਾਂ ਅਗਲੇ ਤੋਂ ਦੁਬਾਰਾ ਕਰਾਂਗੇ ਇਹਦਾ ਜੋ ਵੱਡਾ ਕਾਰਨ ਹੈਗਾ ਆ ਉਹ ਸਾਡੀਆਂ ਜੋ ਦੁਨਿਆਵੀ ਜ਼ਰੂਰਤਾਂ ਹਨ ਇੱਕ ਉਹ ਹਨ ਜਿਹੜੀਆਂ ਕਿ ਲੋਕਡਾਊਨ 'ਚ ਬਹੁਤ ਜ਼ਿਆਦਾ ਵੱਧ ਗਈਆਂ ਹੋਈਆਂ ਹਨ ਜੀ ਦੂਸਰਾ ਕਾਰਨ ਇਹਦਾ ਇਹ ਹੈਗਾ ਕਿ ਸਾਡੀ ਰੋਜ਼ ਦੀ ਦੌੜ ਭੱਜ ਦੌੜ ਭੱਜ ਇਹ ਹੈਗੀ ਆ ਕਿ ਜੋ ਵੀ ਕੰਮ ਕਰਦੇ ਹੈਗੇ ਅਸੀਂ ਉਹ ਬਹੁਤ ਜਲਦਬਾਜ਼ੀ 'ਚ ਵਕਤ ਥੋੜ੍ਹਾ ਹੋਣ ਕਰਕੇ ਬਹੁਤ ਜਲਦਬਾਜ਼ੀ 'ਚ ਕਰਦੇ ਹੈਗੇ ਹਾਂ ਔਰ ਅਨਪਲੈਨਡ ਵੇ ਨਾਲ ਕਰਦੇ ਹੈਗੇ ਹਾਂ ਸੋ ਅਨਪਲੈਨਡ ਵੇ ਦੇ ਨਾਲ ਜਿਹੜੀ ਹੈਗੀ ਆ ਇੱਕ ਟਾਈਮ ਦੀ ਮੈਨੇਜਮੈਂਟ ਉਹ ਸਾਡੇ ਵਿੱਚ ਨਹੀਂ ਹੈਗੀ ਅਤੇ ਜਿਸ ਵਜ੍ਹਾ ਕਰਕੇ ਜਿਹੜੀ ਹੈਗੀ ਹਰ ਇੱਕ ਛੋਟਾ ਵੱਡਾ ਕੰਮ ਉਹ ਸਾਡੇ ਲਈ ਇੱਕ ਟੈਨਸ਼ਨ ਦਾ ਕਾਰਨ ਬਣ ਜਾਂਦਾ ਹੈਗਾ ਆ ਔਰ ਤੀਸਰੀ ਗੱਲ ਹੈਗੀ ਆ ਕਿ ਸਾਡੀ ਜੋ ਮਨ ਦੀ ਇਕਾਗਰਤਾ ਹੈਗੀ ਆ ਉਹ ਹੈ ਨੀਗੀ ਸੋ ਇਕਾਗਰਤਾ ਨਾ ਹੋਣ ਕਰਕੇ ਵੀ ਜਿਹੜੀ ਹੈਗੀ ਸਾਡੀ ਐਫੀਸ਼ੈਂਸੀ ਜੋ ਹੈਗੀ ਹੈ ਜੋ ਕੰਮ ਕਰਨ ਦੀ ਸਾਡੀ ਇੱਕ ਕੁਸ਼ਲਤਾ ਹੈਗੀ ਆ ਉਹ ਵੀ ਬਹੁਤ ਘੱਟ ਜਾਂਦੀ ਹੈਗੀ ਹੈ ਸੋ ਇਹ ਕਾਰਨ ਹਨ ਕਿ ਇੱਕ ਤਾਂ ਵਕਤ ਥੋੜ੍ਹਾ ਹੈ ਜੀ ਕੰਮ ਜ਼ਿਆਦਾ ਹਨ ਡਿਜ਼ਾਇਰ ਜ਼ਿਆਦਾ ਹਨ ਸੋ ਉਸ ਵਜ੍ਹਾ ਕਰਕੇ ਕਈ ਫਾਈਨੈਂਸ਼ੀਅਲ ਕੰਸਟ੍ਰੇਂਟਸ ਹਨ ਜਿਸ ਵਜ੍ਹਾ ਕਰਕੇ ਫਿਰ ਜਿਹੜੀ ਹੈਗੀ ਆ ਘਰ ਦਾ ਇੱਕ ਮਾਹੌਲ ਜੀ ਉਹ ਜਿਹੜਾ ਹੈਗਾ ਆ ਉਹ ਵੀ ਖੁਸ਼ਗਵਾਰ ਹੋਣਾ ਚਾਹੀਦਾ ਹੈਗਾ ਆ ਉਹ ਜਿੰਨਾ ਵਧੀਆ ਹੋਏਗਾ ਤੁਹਾਡੇ ਪਰਿਵਾਰ ਦੇ ਜਿੰਨੇ ਜੀ ਹਨ ਉਹਨਾਂ ਦੇ ਆਪਸ ਵਿੱਚ ਕੋਆਰਡੀਨੇਸ਼ਨ ਆਪਸ ਵਿੱਚ ਇੱਕ ਦੂਜੇ ਪ੍ਰਤੀ ਸਤਿਕਾਰ ਪਿਆਰ ਔਰ ਉਹਨਾਂ ਨੂੰ ਸਮਝਣਾ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਜੇ ਅਸੀਂ ਘਰ ਦੀ ਮੈਂ ਕਹਿੰਦਾ ਇੱਕ ਜਿਹੜੇ ਹੈਗਾ ਅੱਛੀ ਪਲੈਨਿੰਗ ਉਹਦੀ ਮੈਨੇਜਮੈਂਟ ਇੱਕ ਅੱਛੀ ਤਰ੍ਹਾਂ ਚਲਾ ਲਈਏ ਜੀ ਅਤੇ ਮੈਂ ਕਹਿੰਦਾ ਸਾਡੇ ਲਈ ਫਿਰ ਕੋਈ ਵੀ ਕੰਮ ਜਿਹੜਾ ਹੈਗਾ ਚਾਹੇ ਉਹ ਦਫ਼ਤਰ ਦਾ ਕੰਮ ਹੈ ਚਾਹੇ ਉਹ ਸਮਾਜ ਪ੍ਰਤੀ ਕੋਈ ਕੰਮ ਹੈਗਾ ਤਾਂ ਜੋ ਵੀ ਇਸ ਕੰਮ ਅਸੀਂ ਸਾਨੂੰ ਕਰ ਰਹੇ ਹੈਗੇ ਹਾਂ ਉਹਦੇ ਵਿੱਚ ਸਾਡੀ ਨਿਪੁੰਨਤਾ ਜਿਹੜੀ ਹੈਗੀ ਬਹੁਤ ਜ਼ਿਆਦਾ ਹੋਏਗੀ ਜੀ ਅਤੇ ਉਹਦੇ ਵਿੱਚ ਸਾਨੂੰ ਟਾਈਮ ਦੀ ਮੈਨੇਜਮੈਂਟ ਔਰ ਸਭ ਤੋਂ ਵੱਡੀ ਗੱਲ ਫਿਰ ਉਹੀ ਹੈ ਕਿ ਸਾਡਾ ਜਿੰਨੀ ਦੇਰ ਮਿਹਦਾ ਸਾਥ ਦਿੰਦਾ ਸਾਡੀ ਬੋਡੀ ਸਾਥ ਦਿੰਦੀ ਹੈਗੀ ਹੈ ਸੋ ਬੋਡੀ ਸਾਥ ਉਦੋਂ ਹੀ ਦਊਗੀ ਜਦੋਂ ਸਾਡੀਆਂ ਇਨਪੁੱਟ ਸਹੀ ਹੋਣਗੀਆਂ ਸਾਡਾ ਆਹਾਰ ਸਹੀ ਹੋਏਗਾ ਬਿਲਕੁਲ ਸਹੀ ਇਹ ਬਹੁਤ ਜ਼ਰੂਰੀ ਹੈ ਅੱਜ ਸਵੇਰੇ ਤੁਸੀਂ ਗੱਲ ਜ਼ਿਕਰ ਕੀਤਾ ਸੀ ਹੱਸਣ ਦਾ ਕਿ ਵੀ ਹੱਸਣਾ ਬਹੁਤ ਜ਼ਰੂਰੀ ਹੈ ਜੇ ਮੰਨ ਲਓ ਆਪਾਂ 3-4 ਮਿੰਟ ਵੀ 24 ਘੰਟੇ 'ਚ ਹੱਸ ਲੈਂਦੇ ਹਾਂ ਅਤੇ 15-20 ਗੋਲੀਆਂ ਐਨਜਾਇਟੀ ਦੀਆਂ ਆਪਾਂ ਖਾ ਲਈਏ ਉਹਦੇ ਬਰਾਬਰ ਉਹ ਕੰਮ ਕਰ ਜਾਂਦੇ ਹਾਂ ਇਹ ਜਿਹੜੀ ਚੀਜ਼ ਹੈ ਕਿ ਹੱਸਣਾ ਅੱਜ ਕੱਲ੍ਹ ਗਾਇਬ ਹੋ ਗਿਆ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀ ਇੱਕ ਕਾਰਨ ਆ ਬਿਮਾਰੀ ਦਾ ਦੇਖੋ ਜੀ ਬਹੁਤ ਵੱਡਾ ਕਾਰਨ ਹੈਗਾ ਹਿਊਮਰ ਜਿਹੜਾ ਹੈਗਾ ਆ ਹਿਊਮਰ ਸਾਡੀ ਬੋਡੀ ਦੇ ਵਿੱਚ ਇਤਨਾ ਕੁ ਜ਼ਰੂਰੀ ਹੈਗਾ ਆ ਕਿ ਉਹਦੇ ਨਾਲ ਸਾਡੇ ਜਿੰਨੇ ਵੀ ਨਰਵਸ ਸਿਸਟਮ ਹੈ ਉਹ ਰਿਲੈਕਸ ਹੁੰਦਾ ਹੈਗਾ ਆ ਔਰ ਜਦੋਂ ਅਸੀਂ ਰਿਲੈਕਸ ਕੰਡੀਸ਼ਨ ਦੇ ਵਿੱਚ ਹੈਗੇ ਹਾਂ ਅਤੇ ਸਾਰੇ ਹੀ ਖਾਸ ਕਰਕੇ ਜਿਹੜੇ ਸਾਡੇ ਗੈਸਟ੍ਰਿਕ ਜੂਸਿਸ ਹਨ
ਉਹ ਸੁਭਾਵਿਕ ਮਾਤਰਾ ਦੇ ਵਿੱਚ ਉਹ ਸਾਡੇ ਨਿਕਲਦੇ ਹਨ ਜਿਹੜੇ ਕਿ ਸਾਡੇ ਡਾਈਜੈਸ਼ਨ ਦੀ ਕਿਰਿਆ ਲਈ ਬਹੁਤ ਜ਼ਰੂਰੀ ਹਨ। ਜਦੋਂ ਅਸੀਂ ਟੈਂਸ ਹਾਂ, ਹੱਸਦੇ ਨੇਗੇ ਜਾਂ ਅਸੀਂ ਸਮਝ ਲਓ ਕਿ ਬੋਝ ਜਿਹੜਾ ਹੈਗਾ ਜ਼ਿੰਦਗੀ ਦਾ ਢੋ ਰਹੇ ਹਾਂ, ਅਤੇ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਡੇ ਉਹ ਜਿਹੜੇ ਹਨ ਔਰਗਨ ਜਿਹਨਾਂ ਨੇ ਉਹ ਰਸ ਛੱਡੇ ਹਨ ਉਹ ਪ੍ਰੋਪਰ ਨਹੀਂ ਕੰਮ ਕਰਦੇ, ਅਤੇ ਉਹ ਜਿਹੜਾ ਸਾਰਾ ਕੰਮ ਹੈਗਾ ਉਹ ਫਿਰ ਸਾਡੇ ਅੰਤਰਾਂ ਦੇ ਉੱਤੇ ਬੋਝ ਪੈਂਦਾ ਹੈਗਾ ਆ। ਸੋ ਜੇ ਅਸੀਂ ਹੱਸ ਲਈਏ ਜ਼ਿੰਦਗੀ ਦੇ ਵਿੱਚ, ਮੈਂ ਇੱਕ ਜਗ੍ਹਾ ਜ਼ਿਕਰ ਵੀ ਕੀਤਾ ਸੀਗਾ ਵੀ ਆਹਾਰ ਕਿੰਨਾ ਖਾਣਾ ਹੈ, ਆਹਾਰ ਜਿੰਨਾ ਲੈਣਾ ਆ ਉਹ ਤੋਂ ਡਬਲ ਸਾਨੂੰ ਪਾਣੀ ਪੀਣਾ ਚਾਹੀਦਾ ਹੈਗਾ, ਔਰ 3x ਸਾਨੂੰ ਹੱਸਣਾ ਚਾਹੀਦਾ ਹੈਗਾ ਆ। ਹੱਸਣਾ ਸਾਡੇ ਲਈ ਇੰਨਾ ਜ਼ਰੂਰੀ ਹੈਗਾ ਕਿ ਉਹਦੇ ਨਾਲ ਸਾਨੂੰ ਇੰਨੀ ਕੁ ਸਾਡੇ ਜਿਹੜੇ ਹੈਗੇ ਆ ਗਿਆਨ ਇੰਦਰੇ ਇੰਨੇ ਕੁ ਰਿਲੈਕਸ ਹੋਣਗੇ, ਨਰਵਸ ਸਿਸਟਮ ਇੰਨਾ ਰਿਲੈਕਸ ਹੋ ਜਾਏਗਾ ਕਿ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਜਿਹਨਾਂ ਨੂੰ ਹੋਰ ਕੋਈ ਪੇਨਜ ਹੈਗੀਆਂ ਨੇ ਜਾਂ ਪ੍ਰੋਬਲਮ ਜਿਸ ਤਰ੍ਹਾਂ ਹੈਗੀਆਂ ਹਨ, ਉਹ ਆਪਣੇ ਆਪ ਸੁਭਾਵਿਕ ਹੀ ਉਹ ਖਤਮ ਹੋ ਜਾਣਗੀਆਂ। ਅੱਛਾ, ਇੱਕ ਚੀਜ਼ ਦੱਸੋ, ਜਿਹੜਾ ਅੱਜ ਕੱਲ੍ਹ ਇੱਕ ਇਹ ਵੀ ਟਰੈਂਡ ਆਪਾਂ ਦੇਖਦੇ ਹਾਂ ਕਿ ਪਾਰਕਾਂ 'ਚ ਨਾ ਬਜ਼ੁਰਗ ਸਵੇਰੇ ਸਵੇਰੇ ਇਹ ਇੱਦਾਂ ਇੱਦਾਂ ਨਾਲੇ ਤਾਂ ਤਾੜੀਆਂ ਮਾਰਦੇ ਅਤੇ ਨਾਲੇ ਉੱਚੀ ਉੱਚੀ ਹੱਸਦੇ ਆ, ਉਹ ਹੁਣ ਜਿਹੜਾ ਹਾਸਾ ਕੀ ਉਹ ਵੀ ਅਸਰ ਕਰਦਾ ਕਿ ਨਹੀਂ ਕਰਦਾ? ਦੇਖੋ, ਹਾਸਾ ਹੈਗਾ ਕਿ ਜ਼ਰੂਰੀ ਨਹੀਂ ਹੈ ਕਈ ਵਾਰੀ ਕਿ ਹਾਸਾ ਸਾਨੂੰ ਕਿਸੇ ਕਾਰਨ ਕਰਕੇ ਆਉਣਾ ਹੈਗਾ। ਸੋ ਹਾਸਾ ਇੰਡਿਊਸਡ ਵੀ, ਸਾਨੂੰ ਨਹੀਂ ਵੀ ਹਾਸਾ ਆ ਰਿਹਾ ਤਾਂ ਵੀ ਹੱਸਣਾ ਚਾਹੀਦਾ ਹੈਗਾ, ਕੋਸ਼ਿਸ਼ ਕਰਾਂਗੇ ਤਾਂ ਸਾਡੀ ਉਹ ਇੱਕ ਪ੍ਰੈਕਟਿਸ ਬਣ ਜਾਏਗੀ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਸਾਨੂੰ ਉਹਦਾ ਆਪਣਾ ਫਿਰ ਆਨੰਦ ਦੇਖਣ ਲੱਗ ਪਊਗਾ, ਅਤੇ ਫਿਰ ਜਦੋਂ ਅਸੀਂ ਆਨੰਦ ਦੀ ਕੰਡੀਸ਼ਨ ਦੇ ਵਿੱਚ ਰਹਿੰਦੇ ਹੈਗੇ ਹਾਂ ਅਤੇ ਫਿਰ ਨੈਚੁਰਲ ਆ ਕਿ ਹਰ ਗੱਲ ਨੂੰ ਅਸੀਂ ਜੋ ਵੀ ਗੱਲ ਅਗਲਾ ਕਹਿੰਦਾ ਆ ਉਹਨੂੰ ਅਸੀਂ ਇੰਜੋਏ ਕਰਾਂਗੇ, ਔਰ ਜਦੋਂ ਅਸੀਂ ਇੰਜੋਏ ਕਰਾਂਗੇ ਤਾਂ ਨੈਚੁਰਲੀ ਸਾਡੀ ਇੱਕ ਸਟੇਟ ਆਫ ਮਾਇੰਡ ਜਿਹੜੀ ਹੈਗੀ ਆ ਉਹ ਚੇਂਜ ਹੋ ਜਾਂਦੀ ਹੈਗੀ ਆ। ਨਹੀਂ, ਮਤਲਬ ਉਹ ਅਸਰ ਕਰਦੀ ਹੈ ਚੀਜ਼ ਦਾ? ਬਿਲਕੁਲ ਕਰਦੀ ਹੈ ਜੀ। ਔਰ ਜਿਹੜਾ ਗੱਲ ਤੁਸੀਂ ਤਾਲੀ ਦੀ ਕੀਤੀ ਹੈਗੀ ਹੈ, ਤਾਲੀ ਦਾ ਇਹ ਹੈਗਾ ਕਿ ਸਾਡੀ ਜੋ ਸਿਹਤ ਹੈ, ਸਿਹਤ ਦੇ ਜੋ ਰਿਫਲੈਕਸ ਸੈਂਟਰਸ ਹਨ ਉਹ ਸਾਡੇ ਹੱਥਾਂ ਜਾਂ ਪੈਰਾਂ ਦੇ ਵਿੱਚ ਹਨ ਮੇਨ। ਅੱਛਾ ਜੀ। ਜੋ ਹੱਥਾਂ ਦੇ ਨਾਲ ਜਦੋਂ ਅਸੀਂ ਤਾੜੀ ਵਜਾਉਂਦੇ ਹੈਗੇ ਹਾਂ ਤਾਂ ਉਹ ਸਾਡੇ ਜਿਹੜੇ ਨਰਵ ਐਂਡਿੰਗਸ ਹੈਗੀਆਂ ਨੇ ਉਹ ਸਾਰੀਆਂ ਸਟਿਮੂਲੇਟ ਹੋ ਜਾਂਦੀਆਂ ਹਨ, ਉਹਨਾਂ ਦੇ ਵਿੱਚ ਜੇ ਕਿਸੇ ਕਿਸਮ ਦੀ ਕੋਈ ਸਟ੍ਰੈਸ ਹੈਗੀ ਆ ਤਾਂ ਉਹ ਇੰਸਟੈਂਟ ਰਿਲੀਜ਼ ਹੋ ਜਾਂਦੀ ਹੈਗੀ ਆ। ਸੋ ਇੱਕ ਹੱਸਣ ਦੇ ਨਾਲ ਅਤੇ ਇੱਕ ਨਾਲ ਅਸੀਂ ਜੇ ਤਾੜੀ ਵੀ ਆਪਣੇ ਲਗਾ ਵਜਾ ਰਹੇ ਹੈਗੇ ਹਾਂ ਤਾਂ ਇਹ ਡਬਲ ਇਫੈਕਟ ਜਿਹੜਾ ਹੈਗਾ ਸਾਡੀ ਬੋਡੀ ਦੇ ਉੱਤੇ ਜਾਂਦਾ ਹੈਗਾ, ਅਤੇ ਜਿਹਦੇ ਨਾਲ ਸਾਡੀ ਹੈਲਥ ਜਿਹੜੀ ਹੈਗੀ ਆ ਉਹ ਬਹੁਤ ਅੱਛੀ ਰਹਿ ਸਕਦੀ ਹੈਗੀ ਆ। ਸੋ ਇਹ ਇੱਕ ਜੋ ਉਦਮ ਕਰਦੇ ਹਨ ਚਾਹੇ ਬਜ਼ੁਰਗ ਕਰਦੇ ਹਨ, ਉਹਨਾਂ ਨੇ ਸਿੱਖਿਆ ਹੈਗਾ ਬਜ਼ੁਰਗ ਦੀ ਉਸ ਉਮਰ ਦੇ ਵਿੱਚ, ਜੇ ਮੈਂ ਕਹਿੰਦਾ ਬਚਪਨ ਤੋਂ ਹੀ ਜਿਹੜਾ ਹੈਗਾ ਆ ਜੇ ਸਿੱਖ ਲਿਆ ਜਾਵੇ ਸਾਹ ਨੂੰ, ਔਰ ਬੱਚੇ ਹੈਗੇ ਨੇ ਬੱਚਾ ਦੇਖ ਲਓ ਕਿੰਨਾ ਖੁਸ਼ ਹੁੰਦਾ ਆ, ਉਹ ਹੱਸਦਾ ਖੇਲਦਾ ਕਿੱਦਾਂ ਨੱਚਦਾ ਟੱਪਦਾ ਹੈਂਜੀ, ਔਰ ਉਹ ਜੇ ਅਸੀਂ ਜੋ ਇੱਕ ਬੱਚੇ ਦਾ ਜੋ ਇੱਕ ਲਾਈਫ ਸਟਾਈਲ ਹੈ ਜੇ ਸਾਰੀ ਉਮਰ ਅਸੀਂ ਉਸਨੂੰ ਅਪਣਾਈ ਲਈਏ ਸਿਰਫ ਉਸੇ ਚੀਜ਼ ਨੂੰ ਹੀ, ਅਤੇ ਮੈਂ ਕਹਿੰਦਾ ਅਸੀਂ ਬਿਮਾਰੀ ਤੋਂ ਕੋਸਾਂ ਦੂਰ ਜਾ ਸਕਦੇ ਹਾਂ। ਅੱਛਾ, ਇੱਕ ਚੀਜ਼ ਦੱਸੋ ਕਿ ਜਿਹੜੇ ਆਪਣੇ ਤੁਸੀਂ ਇੱਦਾਂ ਹੱਥਾਂ ਦਾ ਜ਼ਿਕਰ ਕੀਤਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਆਪਾਂ ਆਪਣੇ ਹੱਥਾਂ ਤੋਂ ਜੱਜ ਕਰ ਸਕਦੇ ਹਾਂ, ਕੋਈ ਐਸੇ ਸਿਮਟਮਸ ਜਾਂ ਕੋਈ ਐਸੇ ਪੁਆਇੰਟਸ ਤੁਸੀਂ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਕਿ ਜੇ ਤੋਂ ਜੇ ਉਹ ਕਿਸੇ ਚੀਜ਼ ਦਾ ਖਿਆਲ ਰੱਖਣਾ ਹੋਵੇ ਤਾਂ ਆਪਣੀ ਬੋਡੀ ਬਾਰੇ ਜਾਣ ਸਕਣ? ਦੇਖੋ, ਗੱਲ ਇਹ ਹੈਗਾ ਇਹ ਰਿਫਲੈਕਸੋਲੋਜੀ ਦਾ ਇੱਕ ਸਬਜੈਕਟ ਹੈਗਾ ਆ, ਮੈਂ ਜ਼ਰੂਰ ਇਹਦੇ ਉੱਤੇ ਵੀ ਵਿਚਾਰ ਕਰਾਂਗਾ ਕਿਸ ਦਿਨ, ਪਰ ਵੱਖਰਾ ਕਰਾਂਗਾ ਜੇ ਥੋੜ੍ਹਾ ਬਹੁਤ ਤੁਸੀਂ ਟੱਚ ਕਰ ਦਿਆ ਕਰੋ। ਮੈਨੂੰ ਇਹਦਾ ਕਿ ਵੀ ਮੁੜ ਕੇ ਨਾ ਬਾਅਦ 'ਚ ਮੈਂ ਅਗਲੀ ਵਾਰ ਭੁੱਲ ਜਾਣਾ ਤਾਂ ਜੋ ਆਪਾਂ ਨੂੰ ਯਾਦ ਰਹੇ, ਦਰਸ਼ਕਾਂ ਨੂੰ ਵੀ ਯਾਦ ਰਹੇ ਕਿ ਜੇ ਡਾਕਟਰ ਸਾਹਿਬ ਆਏ ਤਾਂ ਮੈਂ ਇਹਦੇ ਨਾਲ ਰਿਲੇਟਡ ਵੀ ਸਵਾਲ ਪੁੱਛਣਾ। ਜੀ, ਚਲੋ ਤੁਸੀਂ ਪੁੱਛਿਆ ਤਾਂ ਮੈਂ ਦੱਸਦਾ ਹਾਂ, ਜਿਸ ਤਰ੍ਹਾਂ ਸਾਡਾ ਇਹ ਥੰਬ ਹੈ ਜੀ, ਜੀ ਅੰਗੂਠਾ ਹੈ, ਅੰਗੂਠਾ ਹੈ ਸਾਡਾ ਹੈੱਡ ਜੀ, ਇਹ ਸਿਰ ਹੈ। ਸੋ ਸਿਰ ਦੇ ਪ੍ਰਤੀ ਵੀ ਇਹਦੇ ਉੱਤੇ ਜਿੱਦਾਂ ਹੁਣ ਇਹਦੇ ਅਸੀਂ ਪਾਰਟ ਕਰ ਲਈਏ ਅਤੇ ਜੋ ਸਾਈਡਾਂ ਵਾਲੇ ਪਾਰਟ ਹਨ ਜੀ ਜੀ, ਤਾਂ ਇਹ ਕੰਨਾਂ ਦੇ ਪਾਰਟ ਹਨ। ਅੱਛਾ ਜੀ। ਇਹਦੇ ਉੱਪਰ ਦੇ ਹਿੱਸੇ 'ਚ ਦੇਖ ਲਿਆ ਜਾਵੇ ਤਾਂ ਇਹ ਸਾਡਾ ਫਰੰਟ ਪਾਰਟ ਹੈ, ਇਹ ਔਰ ਇਹ ਦੋ ਹਿੱਸੇ ਜੋ ਹਨ ਜੀ ਜੀ, ਇਹ ਸਾਡੀਆਂ ਅੱਖਾਂ ਹਨ। ਅੱਛਾ ਜੀ। ਸੋ ਇਹਨਾਂ ਨੂੰ ਜੇ ਦਬਾ ਕੇ ਦੇਖ ਲਿਆ ਜਾਵੇ ਜੇ ਸਾਡਾ ਕੋਈ ਅੱਖਾਂ ਪ੍ਰਤੀ ਫਾਲਟ ਹੈਗਾ ਤਾਂ ਸਾਨੂੰ ਪਤਾ ਲੱਗ ਜਾਏਗਾ। ਅੱਛਾ ਜੀ। ਅਤੇ ਜੇ ਸਾਡਾ ਕੋਈ ਗਲੇ ਪ੍ਰਤੀ ਹੈਗਾ ਤਾਂ ਇਹ ਗਲਾ ਹੈ ਸਾਡਾ। ਅੱਛਾ ਜੀ। ਹਾਂਜੀ, ਤਾਂ ਇਸ ਨੂੰ ਆਪਾਂ ਦਬਾਵਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕੋਈ ਗਲੇ ਦੇ ਵਿੱਚ ਕੋਈ ਫਾਲਟ ਹੈਗਾ, ਉਹਨੂੰ ਸਾਡਾ ਜਿਹੜਾ ਹੈਗਾ ਅਤੇ ਉਹਨੂੰ ਜਿਹੜਾ ਹੈਗਾ ਅਸੀਂ ਐਕੂਪ੍ਰੈਸ਼ਰ ਦੇ ਤਰੀਕੇ ਨਾਲ ਉਸਨੂੰ ਦਬਾ ਕੇ ਅਸੀਂ ਉਸ ਸਟ੍ਰੈਸ ਨੂੰ ਜਿਹੜਾ ਹੈਗਾ ਉਹਨੂੰ ਰਿਲੀਜ਼ ਕਰ ਸਕਦੇ ਹਾਂ, ਆਪਣਾ ਇਲਾਜ ਉਸਨੂੰ ਕਰ ਸਕਦੇ ਹੈਗੇ ਆ, ਖੁਦ ਕਰ ਸਕਦੇ। ਹਾਂਜੀ, ਖੁਦ ਕਰ ਸਕਦੇ ਹੈਗੇ। ਸੋ ਇਹ ਇੱਕ ਤੁਹਾਨੂੰ ਇਸ਼ਾਰੇ ਮਾਤਰ ਦੱਸਿਆ ਹੈ ਕਿ ਇਸ ਤਰ੍ਹਾਂ ਸਾਡੇ ਪੂਰੇ ਹੱਥ ਦੇ ਉੱਤੇ ਸਾਡੀ ਪੂਰੀ ਬੋਡੀ ਹੈ, ਔਰ ਜਿਹੜਾ ਹੈਗਾ ਅਸੀਂ ਜੋ ਐਮਰਜੈਂਸੀ ਦੇ ਟਾਈਮ ਜਦੋਂ ਸਾਡੇ ਪਾਸ ਕੁਛ ਵੀ ਨਹੀਂ ਹੈ, ਇਕੱਲੇ ਹੈਗੇ ਹਾਂ, ਕੋਈ ਦਵਾਈ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਸਿਰਫ ਇੱਕ ਆਪਣੇ ਹੱਥਾਂ ਦਾ ਹੀ ਐਗਜ਼ਾਮੀਨੇਸ਼ਨ ਕਰਕੇ ਅਸੀਂ ਉਸ ਚੀਜ਼ ਨੂੰ ਸਮਝ ਸਕਦੇ ਹੈਗੇ ਹਾਂ ਕਿ ਇੱਥੇ ਮੇਰੇ ਆਹ ਫਾਲਟ ਹੈਗਾ ਆ, ਅਤੇ ਜਾਂ ਉਸ ਪੁਆਇੰਟ ਦਾ ਸਾਨੂੰ ਜੇ ਪਤਾ ਹੈਗਾ ਤਾਂ ਅਸੀਂ ਉੱਥੇ ਹੱਥ ਲਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉੱਥੇ ਤਾਂ ਪੇਨ ਹੈ, ਔਰ ਪੇਨ ਦਾ ਮਤਲਬ ਹੈ ਕਿ ਉਹ ਪਾਰਟ ਜਿਹੜਾ ਹੈਗਾ ਸਾਡਾ ਅੰਡਰ ਸਟ੍ਰੈਸ ਹੈਗਾ, ਅਸੀਂ ਉਹਨੂੰ ਰਿਫਲੈਕਸ ਕਰਾਂਗੇ, ਉਹਨੂੰ ਐਕਸ਼ਨ ਉੱਤੇ ਕਰਾਂਗੇ, ਉਹਨੂੰ ਦਬਾਵਾਂਗੇ ਬਾਰ ਬਾਰ, ਉਹ ਜਿਹੜੀ ਹੈਗੀ ਉਹਦੀ ਸਟ੍ਰੈਸ ਰਿਲੀਜ਼ ਹੋ ਜਾਏਗੀ ਔਰ ਸਾਨੂੰ ਤੁਰਤ ਇੱਕਦਮ ਸਾਨੂੰ ਆਰਾਮ ਆਏਗਾ।
ਅੱਛਾ ਕੋਈ ਡੇਲੀ ਐਸੀ ਐਕਸਰਸਾਈਜ਼ ਹੈ ਕਿ ਜੇ ਆਪਣੇ ਆਪਾਂ ਇਹ ਹੱਥਾਂ ਦੀ ਜਾਂ ਇਹਨਾਂ ਪੁਆਇੰਟਸ ਦੀ ਕਰਦੇ ਰਹੀਏ ਜਿਹਦੇ ਨਾਲ ਓਵਰਆਲ ਬਾਡੀ ਜਿਹੜੀ ਉਹ ਹੀਲ ਹੁੰਦੀ ਰਹੇ? ਦੇਖੋ ਗੱਲ ਹੈਗੀ ਆ ਕਿ ਡੇਲੀ ਬੇਸਿਸ 'ਤੇ ਇਹ ਹੈਗਾ, ਜਿਸ ਤਰ੍ਹਾਂ ਤੁਸੀਂ ਤਾੜੀ ਦੀ ਗੱਲ ਕੀਤੀ, ਮੈਂ ਕਹਿੰਦਾ ਤਾੜੀ ਲਗਾ ਲਈ ਜਾਵੇ ਤਾਂ ਜਿੰਨੇ ਸਾਡੇ ਇੰਟਰਨਲ ਪੁਆਇੰਟਸ ਹਨ ਉਹ ਸਾਰਿਆਂ ਦੇ ਉੱਤੇ ਸਮਝ ਲਓ ਕਿ ਸਾਡੇ ਉਹ ਜਿਹਦੀ ਸਟ੍ਰੈਸ ਹੈਗੀ ਉਹ ਰਿਲੀਜ਼ ਹੋ ਗਈ ਹੈਗੀ ਆ। ਇਹ ਵੀ ਬਹੁਤ ਇੰਪੋਰਟੈਂਟ ਹੈਗੀ ਆ ਐਕਸਰਸਾਈਜ਼, ਇਹੀ ਕਰ ਲਈ ਜਾਵੇ। ਅਤੇ ਅਸੀਂ ਆਮ ਕੀ ਹੈਗਾ, ਅਸੀਂ ਸ਼ਰਮਾ ਜਾਂਦੇ ਹਾਂ ਯਾਰ ਮੈਂ ਇਹ ਕਰ ਰਿਹਾ ਤਾਂ ਲੋਕ ਕੀ ਕਹਿਣਗੇ, ਹੈਂਜੀ। ਅਤੇ ਜੋ ਲੋਕਾਂ ਦੀ ਸੋ ਲੋਕ ਇਲਾਜ ਤੋਂ ਵੀ ਡਰਨਾ ਹੈਗਾ ਆ, ਬਚਣਾ ਹੈਗਾ ਆ, ਅਤੇ ਮੈਂ ਕਹਿੰਦਾ ਇੱਕ ਬਿਸ਼ਕ ਤੁਸੀਂ ਕਮਰੇ ਦੇ ਵਿੱਚ ਹੀ ਬੈਠ ਕੇ ਆਰਾਮ ਦੇ ਨਾਲ ਇਕੱਲੇ ਹੋ ਕੇ ਉਸ ਚੀਜ਼ ਨੂੰ ਤੁਸੀਂ ਕਰ ਲਉਂਗੇ, ਤੁਹਾਨੂੰ ਬਹੁਤ ਆਨੰਦ ਆਏਗਾ। ਪਰ ਉਹਦੇ ਲਈ ਇੱਕੋ ਚੀਜ਼ ਹੈਗੀ ਆ ਕਿ ਪੇਟ ਖਾਲੀ ਹੋਣਾ ਚਾਹੀਦਾ। ਜਦੋਂ ਵੀ ਇਹ ਤੁਸੀਂ ਕਰਨੀ ਹੈਗੀ ਚੀਜ਼, ਉਸ ਟਾਈਮ ਪਾਣੀ ਪੀਤਾ ਹੋਵੇ ਅਤੇ ਪੇਟ ਖਾਲੀ ਹੋਣਾ ਚਾਹੀਦਾ, ਫਿਰ ਤੁਹਾਨੂੰ ਇਹਦਾ ਹੋਰ ਵੀ ਅਸਰ ਉਹ ਜ਼ਿਆਦਾ ਮਿਲੇਗਾ। ਨਹੀਂ ਠੀਕ ਹੈ ਜੀ, ਸੋ ਖਾਲੀ ਪੇਟ ਸਵੇਰੇ ਸਵੇਰ ਤੁਸੀਂ ਇੱਦਾਂ ਕਲੈਪ ਕਰਦੇ ਹੋ ਨਾਲ ਦੇ ਨਾਲ ਜੇ ਹੱਸਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਬਚ ਸਕਦੇ ਹੋ, ਇੱਕ ਤਰ੍ਹਾਂ ਦਾ ਇਲਾਜ ਹੈ। ਬਹੁਤ ਸਾਰੇ ਸਵਾਲ ਹੋਰ ਵੀ ਆਏ ਨੇ, ਮੈਂ ਚਾਹੁੰਦਾ ਆਪਾਂ ਉਹਨਾਂ ਦਾ ਜ਼ਿਕਰ ਵੀ ਕਰੀਏ। ਇੱਕ ਰੋਮੀ ਸਰੋਆ ਜੀ ਪੁੱਛਦੇ ਨੇ, ਉਹ ਕਹਿੰਦੇ ਮੇਰੇ ਦੋਸਤ ਦਾ ਜੀ ਖਾਣਾ ਖਾਣ ਤੋਂ ਬਾਅਦ ਰੋਟੀ ਦਾ ਥੋੜ੍ਹਾ ਹਿੱਸਾ ਦੁਬਾਰਾ ਮੂੰਹ 'ਚ ਆ ਜਾਂਦਾ ਜੀ, ਇਹ ਕੀ ਕਾਰਨ? ਉਸਦਾ ਕਾਰਨ ਫਿਰ ਉਹੀ ਗੱਲ ਹੈਗੀ ਹੈ ਜੀ ਕਿ ਉਹਨਾਂ ਦਾ ਜੋ ਪੁਰਾਣਾ ਜੋ ਹੈਗਾ ਭੋਜਨ ਜਿਹੜਾ ਕਿ ਉਹਨਾਂ ਨੇ ਖਾਧਾ ਆ ਕਈ ਦਿਨਾਂ ਦਾ, ਉਹ ਹਾਲੇ ਸਰੀਰ ਦੇ ਵਿੱਚੋਂ ਪੂਰਾ ਹਜ਼ਮ ਹੋ ਕੇ ਬਾਹਰ ਨਹੀਂ ਨਿਕਲਿਆ। ਅੰਦਰ ਉਹਨਾਂ ਦੇ ਇਤਨਾ ਕੁ ਫਰਮੈਂਟੇਸ਼ਨ ਹੈਗੀ, ਇਤਨੀਆਂ ਗੈਸਿਸ ਦਾ ਇਫੈਕਟ ਹੈਗਾ ਆ, ਇਹਨੂੰ ਜਿਹੜਾ ਹੈਗਾ ਆ ਮੈਡੀਕਲ ਟਰਮ ਦੇ ਵਿੱਚ ਐਸਿਡ ਰਿਫਲਕਸ ਕਹਿੰਦੇ ਨੇ ਜੀ, ਗਰਡ ਇਹਦਾ ਨਾਂ ਦਿੱਤਾ ਗਿਆ। ਸੋ ਇਹ ਹੈਗਾ ਕਿ ਉਹ ਇੱਕ ਸਾਨੂੰ ਅੰਤੜੀਆਂ ਬੈਕ ਪ੍ਰੈਸ਼ਰ ਮਾਰ ਰਹੀਆਂ ਨੇ, ਬੈਕ ਪ੍ਰੈਸ਼ਰ ਕਰਕੇ ਫਿਰ ਮੂੰਹ ਦੇ ਤਾਈਂ ਚੀਜ਼ ਆ ਜਾਂਦੀ ਹੈਗੀ ਆ। ਸੋ ਆਪਾਂ ਨੂੰ ਫਿਰ ਉਹੀ ਜਿਹੜਾ ਹੈਗਾ ਆ ਕਬਜ਼ ਦਾ ਇਲਾਜ ਕਰਨਾ ਪਏਗਾ, ਅਤੇ ਇਹ ਚੀਜ਼ ਆਪਣੇ ਆਪ ਖਤਮ ਹੋਏਗੀ। ਤਲਵਿੰਦਰ ਸਿੱਧੂ ਜੀ ਪੁੱਛਦੇ ਵੀ ਭੋਜਨ ਦਾ ਸਭ ਤੋਂ ਉੱਤਮ ਸਮਾਂ ਕਿਹੜਾ ਜੀ? ਦੇਖੋ ਗੱਲ ਹੈਗਾ ਕਿ ਇਹਦੇ ਬਾਰੇ ਜਿਸ ਤਰ੍ਹਾਂ ਮੈਂ ਕੋਲਨ ਦੀ ਗੱਲ ਕੀਤੀ ਸੀ ਵੀ ਸਾਨੂੰ ਹਾਜਤ ਹੁੰਦੀ ਹੈਗੀ ਆ, ਨੇਚਰ ਦੀ ਇੱਕ ਘੰਟੀ ਵੱਜਦੀ ਹੈਗੀ ਆ, ਸਾਨੂੰ ਪਤਾ ਲੱਗਦਾ ਵੀ ਹੁਣ ਕਾਹਲ ਪੈ ਰਹੀ ਆ, ਮੈਨੂੰ ਮੋਸ਼ਨ ਜਾਣਾ ਚਾਹੀਦਾ ਹੈਗਾ ਆ। ਸੋ ਉਹ ਟਾਈਮ ਜੋ ਹੈਗਾ ਆ ਕੋਲਨ ਦਾ, ਉਹ ਹੈਗਾ ਆ ਦਿਨ ਸਵੇਰੇ 5 ਤੋਂ 7 ਦਾ ਟਾਈਮ। ਇਹਦੇ ਵਿੱਚ ਜਿਸ ਜੇ ਕਿਸੇ ਨੂੰ ਵੀ ਚਾਹੇ ਉਹ ਹਾਜਤ ਹੋਈ ਹੈ ਚਾਹੇ ਨਹੀਂ ਹੋਈ, ਸਾਡਾ ਫਰਜ਼ ਬਣਦਾ ਕਿ ਅਸੀਂ ਜਾ ਕੇ ਸੀਟ 'ਤੇ ਬੈਠੀਏ, ਇੰਤਜ਼ਾਰ ਕਰੀਏ, ਥੋੜ੍ਹਾ ਜ਼ੋਰ ਨਾ ਲਾਈਏ, ਅਸੀਂ ਉਸ ਚੀਜ਼ ਨੂੰ ਜਿਹੜਾ ਹੈਗਾ ਆ ਜਿਸ ਤਰ੍ਹਾਂ ਸਵੇਰੇ ਆਪਾਂ ਪਾਣੀ ਪੀਤਾ ਹੈ 2 ਗਲਾਸ ਗਰਮ ਪਾਣੀ ਦੇ, ਉਸ ਤੋਂ ਬਾਅਦ ਜਿਹੜਾ ਹੈਗਾ ਆ ਅਸੀਂ ਆਪਣੇ ਆਪ ਜਾਈਏ। ਜੇ ਇੱਕ ਸਾਡੇ ਅੰਦਰ ਇੱਕ ਇਨਡਿਸਿਪਲਿਨ ਬਣਿਆ ਹੈ, ਇਸ ਨੂੰ ਡਿਸਿਪਲਿਨ 'ਚ ਲਿਆਉਣ ਲਈ ਉਹ ਹੈਗਾ ਕਿ ਜਿਹੜਾ ਇਹਦਾ ਪ੍ਰੋਪਰ ਟਾਈਮ ਉਹ 5 ਤੋਂ 7 ਹੈ ਸਵੇਰੇ ਕੋਲਨ ਦਾ, ਠੀਕ ਹੈ। ਪਰ ਆਮ ਕੀ ਹੈਗਾ ਕਿ ਲੋਕ 5 ਤੋਂ 7 ਸੁੱਤੇ ਹੁੰਦੇ ਨੇ, ਜਿਹਨਾਂ ਨੂੰ ਰਾਤ ਨੂੰ 12-1 ਵਜੇ ਸੌਣਾ ਆ, ਉਹ 5-7 ਵਜੇ ਉਹ ਨਹੀਂ ਉੱਠ ਸਕਦੇ, ਬਿਲਕੁਲ ਸਹੀ, ਚਾਹੁੰਦਿਆਂ ਵੀ ਨਹੀਂ ਉੱਠ ਸਕਦੇ। ਸੋ ਪਹਿਲੀ ਗੱਲ ਤਾਂ ਹੈਗਾ ਉਸ ਟਾਈਮ ਨੂੰ ਰੈਗੂਲੇਟ ਕਰਨਾ ਕਿ ਅਸੀਂ ਟਾਈਮ ਵਕਤ ਸਿਰ ਸੌਈਏ, ਤਾਂ ਕਿ ਸਾਡੀ ਵਕਤ ਸਿਰ ਜਿਹੜੀ ਹੈਗੀ ਨੀਂਦ ਖੁੱਲ੍ਹੇ ਜੀ। ਔਰ ਫਿਰ ਹੈਗਾ ਕਿ ਜਦੋਂ ਅਸੀਂ ਸੀਟ 'ਤੇ ਬਹਿ ਗਏ ਹਾਂ, ਅਸੀਂ ਵੇਟ ਕਰੀਏ ਇੱਕ ਨੈਚੁਰਲ ਕਾਲ ਦੀ, ਤਾਂ ਕੀ ਹੋਏਗਾ, ਸਾਡੇ ਇੱਕ ਕੋਲਨ ਨੂੰ ਸਿਗਨਲ ਜਾਂਦਾ ਹੈ, ਸਿਗਨਲ ਜਾਂਦਾ ਹੈ, ਉਹ ਸਾਡਾ ਜਿਹੜੇ ਉਹ ਸਿਗਨਲ ਕੀ ਹੈਗਾ ਕਿ ਹੁਣ ਭਾਈ ਮੈਨੂੰ ਮੋਸ਼ਨ ਆਉਣਾ ਚਾਹੀਦਾ ਹੈਗਾ। ਉਹ ਅੱਜ ਨਹੀਂ ਆਇਆ, 2 ਦਿਨ ਨਹੀਂ ਆਏਗਾ, 3 ਦਿਨ ਨਹੀਂ ਆਇਆ, ਲੇਕਿਨ ਸਾਨੂੰ ਉਹ ਟਾਈਮ ਅਸੀਂ ਓਬਜ਼ਰਵ ਕਰਾਂਗੇ ਤਾਂ ਸਾਨੂੰ ਉਹ ਟਾਈਮ ਸਾਡੀ ਇੱਕ ਰੈਗੂਲਰਟੀ ਬਣ ਜਾਏਗੀ, ਸਾਨੂੰ ਉਹ ਪ੍ਰੋਬਲਮ ਨਹੀਂ ਆਏਗੀ। ਫਿਰ ਹੈਗਾ ਇਹ ਸਵਾਲ ਜਿਹੜਾ ਤੁਸੀਂ ਕੀਤਾ ਹੈਗਾ ਵੀ ਖਾਣਾ ਕਿਸ ਟਾਈਮ ਖਾਣਾ ਚਾਹੀਦਾ ਹੈਗਾ, ਜਿਹੜਾ ਸਾਡਾ ਮਿੱਧੇ ਦਾ ਟਾਈਮ ਹੈ ਜੀ, ਜਿਸ ਟਾਈਮ ਉਹ ਖਾਣਾ ਮੰਗਦਾ ਹੈ, ਜਾਂ ਜੋ ਬ੍ਰੇਕਫਾਸਟ ਦਾ ਸਭ ਤੋਂ ਐਪਰੋਪ੍ਰੀਏਟ ਟਾਈਮ ਹੈ ਜੀ, ਉਹ ਹੈ 7 ਤੋਂ 9 ਸਵੇਰੇ। 7 ਤੋਂ 9 ਦੇ ਵਿੱਚ ਸਾਨੂੰ ਹਰ ਹਾਲਤ ਦੇ ਵਿੱਚ ਜੋ ਹੈਗਾ ਸਾਨੂੰ ਬ੍ਰੇਕਫਾਸਟ ਕਰ ਲੈਣਾ ਚਾਹੀਦਾ ਹੈਗਾ ਆ, ਕਿਉਂਕਿ ਰਾਤ ਦਾ ਖਾਣਾ ਜੇ ਅਸੀਂ 7 ਵਜੇ ਕੀਤਾ ਹੈਗਾ ਆ ਜੀ, ਤਾਂ ਸਵੇਰ ਤੋਂ ਹੀ 12 ਘੰਟੇ ਹੋ ਜਾਂਦੇ ਹਨ। ਸੋ ਇੱਕ ਲੰਮਾ ਗੈਪ ਅਸੀਂ ਦਿੱਤਾ ਹੈਗਾ ਆ ਜੀ। ਸੋ ਉਹਦੇ ਵਿੱਚ ਜਿਹੜਾ ਹੈਗਾ ਆ ਫਰਦਰ ਜੇ ਅਸੀਂ ਉਹ ਵੀ 12 ਵਜੇ ਤੱਕ ਲੈ ਜਾਂਦੇ ਟਾਈਮ ਖਿੱਚ ਕੇ, ਤਾਂ ਮਾਫ ਕਰਨਾ ਫਿਰ ਸਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਹੈਗਾ ਹੈ ਮਿਹਦੇ ਅੰਦਰ, ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਜਾ ਸਕਦੇ। ਸੋ 7 ਤੋਂ 9 ਦਾ ਬੈਸਟ ਟਾਈਮ ਹੈ, ਇਹਦੇ ਵਿੱਚ ਸਾਨੂੰ ਜੋ ਹੈਗਾ ਆ ਖਾਣਾ ਖਾਣਾ ਚਾਹੀਦਾ, ਖਾਣਾ ਖਾਈ ਆਪਣਾ ਚਾਹੀਦਾ, ਸੋ ਇਹ ਬੜਾ ਜ਼ਰੂਰੀ ਜੀ। ਮੈਂ ਦੱਸਦਾ ਜੀ ਅਗਲਾ ਸਵਾਲ ਹੈ ਥਾਇਰਾਇਡ ਬਾਰੇ, ਤਾਂ ਆਪਾਂ ਪਿਛਲੀ ਵਾਰ ਵੀ ਦੱਸ ਚੁੱਕੇ ਸੀਗੇ। ਸੋ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਯੂਟਿਊਬ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਜੀ, ਉਹਨਾਂ ਦੇ ਫਿਰ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ। ਅੱਜ ਆਪਾਂ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ, ਮੈਂ ਮਾਫੀ ਚਾਹੁੰਦਾ। ਜਗਤਾਰ ਸਿੰਘ ਜੀ ਆਪਾਂ ਨੂੰ ਪੁੱਛਣਾ ਚਾਹੁੰਦੇ ਵੀ ਮੇਰੇ ਬੇਟੇ ਦੀ ਉਮਰ ਕਹਿੰਦੇ 18 ਸਾਲ ਆ, ਅਤੇ ਸਵੇਰੇ ਉੱਠਦੇ ਉਹਨੂੰ ਛਿੱਕਾਂ ਆਉਣ ਲੱਗ ਪੈਂਦੀਆਂ, ਉਹਦਾ ਕੋਈ ਇਲਾਜ ਦੱਸੋ? ਇਸ ਤੋਂ ਪਹਿਲਾਂ ਮੈਂ ਇੱਕ ਸਵਾਲ ਛੱਡ ਗਿਆ, ਉਹ ਇੱਕ ਦਰਸ਼ਕ ਨੇ ਪੁੱਛਿਆ ਸੀ ਕਿ ਜਿੱਦਾਂ ਹੁਣ ਅੱਜ ਕੱਲ੍ਹ ਜੇ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਪੰਜਾਬ ਜਿੱਦਾਂ ਹੁਣ ਝੋਨੇ ਦੀ ਕਟਾਈ ਚੱਲਦੀ ਪਈ ਹੈ, ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਛਿੱਕਾਂ ਦੀ ਪ੍ਰੋਬਲਮ ਸਵੇਰੇ ਸਵੇਰੇ ਆਉਂਦੀ ਹੈ? ਦੇਖੋ ਗੱਲ ਹੈਗੀ ਜੀ, ਇਹ ਇਤਨੀ ਕੁ ਇਨਵਾਇਰਮੈਂਟਲ ਪੋਲਿਊਸ਼ਨ ਹੈ, ਔਰ ਦੂਸਰੀ ਜਿਹੜੀ ਹੈਗੀ ਆ ਇਹਦੇ ਵਿੱਚ ਇਤਨੇ ਕੁ ਸਾਡੇ ਇਨਸੈਕਟੀਸਾਈਡ ਪੈਸਟੀਸਾਈਡ
ਜਿਹੜੇ ਇਸਤੇਮਾਲ ਹੁੰਦੇ ਹਨ ਜੀ, ਔਰ ਮੈਂ ਇਹ ਕਹਾਂਗਾ ਕਿ 1 ਲੱਖ ਤੋਂ ਉੱਪਰ ਕੈਮੀਕਲਜ਼ ਹੈਗੇ ਆ ਜੀ, ਇਹ ਦੇਖਿਆ ਗਿਆ ਕਿ ਜਿਹੜੇ ਇਸ ਵੇਲੇ ਸਾਡੇ ਆਹਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਔਰ ਇਸ ਤਰ੍ਹਾਂ ਜਿਹੜੀ ਹੈਗੀ ਹੈ, ਜਦੋਂ ਇਹ ਜਿਹੜਾ ਹੈਗਾ ਆ ਇਨਵਾਇਰਮੈਂਟ ਦੇ ਵਿੱਚ ਪੋਲਿਊਸ਼ਨ ਆਉਂਦਾ ਹੈ, ਜਦੋਂ ਅਸੀਂ ਜਿਸ ਤਰ੍ਹਾਂ ਪਰਾਲੀ ਨੂੰ ਅੱਗ ਲਾਉਂਦੇ ਹੈਗੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਹਵਾ ਦੇ ਵਿੱਚ ਜੋ ਆਕਸੀਜਨ ਦੀ ਜਿਹੜੀ ਹੈਗੀ ਮਾਤਰਾ ਉਹ ਬਹੁਤ ਘੱਟ ਜਾਂਦੀ ਹੈਗੀ ਹੈ। ਜਿਹੜੀਆਂ ਦੂਸਰੀਆਂ ਗੈਸਿਜ਼ ਹਨ, ਕਾਰਬਨ ਡਾਈਆਕਸਾਈਡ ਹੈਗੀ, ਕਾਰਬਨ ਮੋਨੋਆਕਸਾਈਡ ਹੈਗੀ ਆ, ਨਾਈਟ੍ਰੋਜਨਸ ਗੈਸਿਜ਼ ਹੈਗੀਆਂ ਨੇ, ਉਹ ਮਤਲਬ ਬਹੁਤ ਵੱਧ ਜਾਂਦੀਆਂ ਹਨ। ਅਤੇ ਉਹਦੇ ਵਿੱਚ ਜਿਹੜਾ ਹੈਗਾ ਸਾਡੇ ਜੋ ਲੰਗਜ਼ ਨੂੰ ਸਾਡੀ ਪ੍ਰੋਪਰ ਜਿਹੜੀ ਹੈਗੀ ਆ ਆਕਸੀਜਨ ਨਹੀਂ ਮਿਲਦੀ, ਅਤੇ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਹ ਬਣਦੀ ਹੈਗੀ ਆ। ਔਰ ਦੂਸਰਾ ਜਿਹੜਾ ਹੈਗਾ ਇਹਦਾ ਵੱਡਾ ਕਾਰਨ ਹੈਗਾ ਆ ਐਲਰਜਨ ਦਾ, ਕਿ ਜਿੰਨੇ ਵੀ ਜੋ ਵੀ ਅਸੀਂ ਗਲਤ ਆਹਾਰ ਖਾਂਦੇ ਹੈਗੇ ਹਾਂ ਜਿਹੜਾ ਸਾਡੀ ਬੋਡੀ ਐਕਸੈਪਟ ਨਹੀਂ ਕਰਦੀ, ਔਰ ਖਾਸ ਕਰਕੇ ਇਹ ਉਹਨਾਂ ਆਹਾਰ ਪ੍ਰਤੀ ਹੈਗਾ ਆ ਜਿਹੜੇ ਕਿ ਜੈਨੈਟਿਕਲੀ ਮੋਡੀਫਾਈਡ ਨੇ ਜਾਂ ਜਿਹੜੇ ਅਸੀਂ ਖੁਦ ਵਿਗਾੜ ਕੇ ਖਾਂਦੇ ਹੈਗੇ ਹਾਂ ਜੀ। ਉਹ ਜੋ ਆਹਾਰ ਹਨ ਉਹ ਕੀ ਕਰਦਾ ਹੈਗਾ, ਸਾਡਾ ਜਦੋਂ ਪ੍ਰੋਸੈਸ ਕਰਦਾ ਹੈ ਬੋਡੀ, ਅਤੇ ਉਹ ਜੋ ਵੇਸਟ ਹੈਗੀ ਆ ਉਹ ਸਾਡੀਆਂ ਬਾਇਲ ਡਕਟਸ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੀ ਹੈਗੀ ਆ। ਔਰ ਬਾਇਲ ਡਕਟਸ ਦੀ ਵੀ ਆਪਣੀ ਕਪੈਸਿਟੀ ਹੈਗੀ ਹੈ, ਉਹ ਭਰਦੀਆਂ ਰਹਿੰਦੀਆਂ ਹਨ, ਜਿੰਨਾ ਚਿਰ ਤਾਂ ਉਹ ਭਰੇ ਜਾ ਰਹੀਆਂ ਨੇ ਸਾਨੂੰ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਭਰ ਜਾਂਦੀਆਂ ਹਨ ਤਾਂ ਕੀ ਹੁੰਦਾ ਹੈਗਾ ਕਿ ਉਹਦੇ ਵਿੱਚ ਸਮਝ ਲਓ ਕਿ ਪ੍ਰੋਪਰ ਇੱਕ ਜਿਹੜਾ ਬਾਇਲ ਹੈਗਾ ਆ ਉਹ ਬਾਇਲ ਦਾ ਫਲੋ ਸਾਡੀ ਇੰਟਸਟਾਈਨ ਨੂੰ ਨਹੀਂ ਮਿਲਦਾ। ਬਾਇਲ ਜਿਹੜਾ ਹੈਗਾ ਇੱਕ ਹਾਈਲੀ ਐਲਕਲਾਈਨ ਜੂਸ ਹੈਗਾ ਆ ਜਿਹੜਾ ਕਿ ਲਿਵਰ ਜਨਰੇਟ ਕਰਦਾ ਹੈਗਾ, ਉਹ ਸਾਡੀ ਬੋਡੀ ਨੂੰ ਮਿਲਣਾ ਚਾਹੀਦਾ, ਔਰ ਹਾਜ਼ਮੇ ਲਈ ਬਹੁਤ ਜ਼ਰੂਰੀ ਹੈਗਾ ਆ। ਉਹ ਜਦੋਂ ਨਹੀਂ ਮਿਲ ਪਾਉਂਦਾ, ਦੂਸਰਾ ਹੈਗਾ ਕਿ ਕਈ ਕਈ ਦਿਨਾਂ ਦਾ ਜਦੋਂ ਮਲ ਜਦੋਂ ਅੰਦਰ ਪਿਆ ਰਹਿੰਦਾ ਹੈਗਾ, ਅਤੇ ਇਹ ਜਿਹੜੀਆਂ ਹੈਗੀਆਂ ਅੰਦਰ ਜੋ ਪੈਰਾਸਾਈਟਸ ਦੀਆਂ ਜੋ ਇੱਕ ਸਮਝ ਲਓ ਕਿ ਇੱਕ ਫਿਲ ਦੀ ਇਨਵਾਇਰਮੈਂਟ ਜੋ ਉਹਨਾਂ ਨੇ ਕ੍ਰੀਏਟ ਕੀਤਾ ਆ, ਸੋ ਉੱਥੋਂ ਸਾਰੀਆਂ ਐਲਰਜੀ ਸ਼ੁਰੂ ਹੁੰਦੀਆਂ ਹਨ। ਇੱਕ ਤਾਂ ਇਨਵਾਇਰਮੈਂਟਲ ਪੋਲਿਊਸ਼ਨ ਕਰਕੇ ਹੈਗਾ ਆ, ਦੂਸਰਾ ਜੋ ਹੈਗਾ ਆ ਸਾਡੀ ਇੰਟਰਨਲ ਜਿਹੜੀ ਹੈਗੀ ਹੈ ਜਿਹੜੀਆਂ ਜੋ ਬਾਇਲ ਡਕਟ ਚੋਕ ਹਨ, ਉਸ ਵਜ੍ਹਾ ਕਰਕੇ ਜਿੰਨੀਆਂ ਵੀ ਸੋ ਕਾਲਡ ਐਲਰਜੀਜ਼ ਹਨ ਜੀ, ਇਹਦਾ ਸੋਰਸ ਮੇਨ ਇਹ ਹੈਗਾ ਆ। ਸੋ ਸਾਨੂੰ ਆਪਣੇ ਲਿਵਰ ਹੈਲਥ ਬਾਰੇ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ, ਅਤੇ ਸਾਨੂੰ ਆਪਣੀ ਜੋ ਹੈਗੀ ਹੈ ਜੋ ਰੈਸਪੀਰੇਸ਼ਨ ਕਿਰਿਆ ਲਈ, ਅਤੇ ਦੂਸਰਾ ਸਮਝ ਲਓ ਕਿ ਇੱਕ ਇਨਵਾਇਰਮੈਂਟ ਦੀ ਜਿਹੜੀ ਹੈਗੀ ਹੈ ਪੋਲਿਊਸ਼ਨ ਉਹਨੂੰ ਬਚਾਉਣ ਲਈ, ਜਿੱਦਾਂ ਹੁਣ ਅੱਜ ਦਿਵਾਲੀ ਹੈ ਜੀ, ਦਿਵਾਲੀ ਦੇ ਵਿੱਚ ਇਤਨੀ ਕੁ ਅੱਜ ਪੋਲਿਊਸ਼ਨ ਹੋ ਜਾਣੀ ਹੈਗੀ ਹੈ ਕਿ ਸਮਝ ਲਓ ਕਿ ਜਿਤਨੀ 1 ਸਾਲ ਦੇ ਵਿੱਚ ਪੂਰੀ ਅਦਰਵਾਈਜ਼ ਜਿਹੜੀ ਪੋਲਿਊਸ਼ਨ ਹੋਣੀ ਹੈਗੀ ਹੈ ਜੀ ਜੀ ਜੀ, ਉਹ ਅੱਜ 1 ਦਿਨ ਦੇ ਵਿੱਚ ਹੋ ਜਾਣੀ ਹੈਗੀ ਹੈ। ਸੋ ਇਹ ਇਤਨਾ ਕੁ ਖਤਰਨਾਕ ਹੈਗਾ ਆ। ਸੋ ਸਾਨੂੰ ਇਹਦੇ ਉੱਤੇ ਇਸ ਜਿਹੜੇ ਹੈਗੇ ਆ ਕ੍ਰੈਕਰ ਜਿਹੜੇ ਹੈਗੇ ਨੇ, ਪਟਾਕੇ ਹਨ ਜੀ ਜੀ, ਇਹਨਾਂ ਤੋਂ ਬਿਲਕੁਲ ਆਪਣਾ ਬਚਣਾ ਚਾਹੀਦਾ ਹੈਗਾ ਆ, ਔਰ ਇਨਵਾਇਰਮੈਂਟ ਨੂੰ ਪੋਲੂਟ ਹੋਣ ਤੋਂ ਬਚਾਉਣਾ ਚਾਹੀਦਾ, ਬਹੁਤ ਜ਼ਰੂਰੀ ਹੈ ਇਹ ਐਲਰਜੀ ਨੂੰ ਬਚਣ ਲਈ। ਇਹ ਰਾਜਵਿੰਦਰ ਬਾਠ ਜੀ ਦਾ ਸਵਾਲ ਹੈ ਜੀ, ਉਹ ਕਹਿੰਦੇ ਸਾਰੀ ਬੋਡੀ ਦਰਦ ਕਰਦੀ ਹੈ ਜੀ, ਇਹਦਾ ਕੀ ਕਾਰਨ? ਦੇਖੋ ਜੀ, ਦਰਦ ਕਰਨ ਦਾ ਕਾਰਨ ਇਹੀ ਹੈਗਾ ਕਿ ਪੁਰਾਣਾ ਮਲ ਬਹੁਤ ਜਮ੍ਹਾਂ ਹੈਗਾ ਆ, ਪਹਿਲੀ ਗੱਲ। ਦੂਸਰੀ ਗੱਲ ਇਹ ਹੈਗੀ ਆ ਕਿ ਉਹਨਾਂ ਅੰਦਰ ਜਿਹੜਾ ਹੈਗਾ ਆ ਯੂਰਿਕ ਐਸਿਡ ਉਹ ਵੀ ਕਾਫੀ ਵਧੀਆ ਹੋ ਸਕਦਾ ਹੈਗਾ ਆ। ਤੀਜੀ ਗੱਲ ਹੈਗੀ ਆ ਕਿ ਬੋਡੀ ਉਹਨਾਂ ਨੂੰ ਪ੍ਰੋਪਰ ਰੈਸਟ ਨਹੀਂ ਮਿਲ ਰਹੀ, ਉਹਨਾਂ ਦੇ ਸੋਲਰ ਪਲੈਕਸ ਚਾਰਜ ਨਹੀਂ ਹੋ ਰਹੇ, ਉਹਨਾਂ ਦੀ ਨੀਂਦ ਵੀ ਡਿਸਟਰਬ ਹੈਗੀ ਹੈ, ਅਤੇ ਉਹ ਚਾਹੇ ਦੱਸਣ ਜਾਂ ਨਾ ਦੱਸਣ ਇਹ ਕਾਰਨ ਹੈਗੇ ਨੇ, ਹਿਡਨ ਕਾਰਨ ਹੈਗੇ ਨੇ ਜਿਹੜੇ ਕੋਈ ਨੇ ਸਾਰੇ। ਸੋ ਇਹਨੂੰ ਫਾਈਬਰੋਮਾਈਆਲਜੀਆ ਕਿਹਾ ਗਿਆ ਹੈਗਾ, ਜਿਹੜੀ ਹਮੇਸ਼ਾ ਬੋਡੀ ਦੀ ਥਕਾਵਟ ਬਣੀ ਰਹਿਣੀ ਜੀ ਜੀ। ਸੋ ਇਹਦਾ ਇਹ ਮੇਨ ਆਹਾਰ ਇਹ ਆਪਣਾ ਕਾਰਨ ਇਹੀ ਹੈਗਾ ਕਿ ਆਪਾਂ ਕੌਂਸਟੀਪੇਸ਼ਨ ਜਿਹੜੀ ਹੈਗੀ ਹੈ ਵੱਡਾ ਕਲਪਰੇਟ ਜਿਹੜਾ ਹੈਗਾ ਉਸਨੂੰ ਅਸੀਂ ਦੂਰ ਕਰੀਏ ਤਾਂ ਇਹ ਹੱਲ ਹੋ ਜਾਏਗਾ। ਅੱਛਾ, ਅੰਤੜੀਆਂ ਦੀ ਚੰਗੀ ਸਿਹਤ ਦੇ ਲਈ ਪੁੱਛਿਆ ਜਾ ਰਿਹਾ ਜੀ ਕਿ ਉਹਦਾ ਕੀ ਹੱਲ ਆ? ਜੋ ਚੀਜ਼ਾਂ ਤੁਹਾਨੂੰ ਦੱਸੀਆਂ ਹਨ ਵੀ ਜੋ ਵੀ ਉਹਦੇ ਕਾਰਨ ਹਨ ਕਬਜ਼ ਦੇ, ਜਿਹਦੇ ਵਿੱਚ ਦੱਸਿਆ ਹੈਗਾ ਕਿ ਆਹਾਰ ਟਾਈਮ ਸਿਰ ਨਾ ਖਾਣਾ, ਆਹਾਰ ਕਿੰਨਾ ਖਾਣਾ, ਜ਼ਿਆਦਾ ਲੋੜ ਤੋਂ ਜ਼ਿਆਦਾ ਖਾਂਦੇ ਹੈਗੇ ਹਾਂ, ਔਰ ਫਿਰ ਹੈਗਾ ਵਕਤ ਸਿਰ ਨਾ ਖਾਣਾ, ਔਰ ਫਿਰ ਹੈਗਾ ਉਹਦੇ ਵਿੱਚ ਵੀ ਆਪਾਂ ਖੁਸ਼ ਚਿੱਤ ਹੋ ਕੇ ਖਾਣਾ ਹੈਂਜੀ। ਆਮ ਕੀ ਹੈਗਾ ਕਿ ਅਸੀਂ ਦਫ਼ਤਰ ਜਾਣਾ ਖੜ੍ਹੇ ਖੜ੍ਹੇ ਜੀ, ਬਸ 2 ਮਿੰਟ ਲਿਆ ਹੀ ਜੋ ਹੈਗਾ ਬਣਿਆ ਖਾਧਾ ਅਤੇ ਦੌੜ ਗਏ। ਇਹ ਜਿੰਨੇ ਫੈਕਟਰਸ ਹਨ ਇਹ ਸਾਰੇ ਜਿਹੜੇ ਹੈਗੇ ਨੇ ਇਹਦਾ ਕਾਰਨ ਬਣਦੇ ਹਨ। ਸੋ ਇੱਕ ਬਹੁਤ ਇੰਪੋਰਟੈਂਟ ਹੋਰ ਹੈਗਾ ਕਿ ਸਾਡਾ ਖਾਣ ਪੀਣ ਦਾ ਬਣਾਉਣ ਦਾ ਤਰੀਕਾ ਖਾਣੇ ਨੂੰ ਜੀ, ਉਹ ਕੀ ਹੈਗਾ ਕਿ ਪਹਿਲਾਂ ਆਦ ਟਾਈਮ ਤੋਂ ਜਦੋਂ ਅੱਗ ਨਹੀਂ ਸੀਗੀ ਤਾਂ ਇਨਸਾਨ ਉਦੋਂ ਮੈਂ ਕਹਿੰਦਾ ਇੱਕ ਬੈਟਰ ਜੀਵਨ ਜੀ ਰਿਹਾ ਸੀਗਾ। ਅੱਛਾ, ਉਦੋਂ ਕੀ ਸੀਗਾ, ਉਦੋਂ ਆਪਣੇ ਇਨਸਾਨ ਕੱਚਾ ਆਹਾਰ ਖਾਂਦਾ ਸੀਗਾ, ਔਰ ਕੱਚੇ ਆਹਾਰ ਦਾ ਵਿੱਚ ਕੀ ਫਰਕ ਹੈਗਾ ਪੱਕੇ ਆਹਾਰ ਨਾਲ ਅਤੇ ਕੱਚੇ ਨਾਲ? ਪੱਕੇ ਦੇ ਵਿੱਚ ਇਹ ਹੈਗਾ ਕਿ ਅਸੀਂ ਆਪਣੇ ਸਵਾਦ ਲਈ
ਉਹਦੇ ਵਿੱਚ ਮਿਰਚ ਮਸਾਲੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਆਪਾਂ ਐਡ ਕਰਦੇ ਹੈਗੇ ਹਾਂ ਉਹ ਸਿਰਫ ਆਪਣੇ ਸਵਾਦ ਲਈ ਕਰਦੇ ਹੈਗੇ ਹਾਂ, ਲੇਕਿਨ ਅਸੀਂ ਉਹਦੇ ਨਾਲ ਇੱਕ ਇੱਕ ਬਹੁਤ ਵੱਡਾ ਨੁਕਸਾਨ ਆਪਣੇ ਲਈ ਕਰ ਰਹੇ ਹੈਗੇ ਹਾਂ। ਉਹ ਕੀ ਹੈਗਾ ਕਿ ਜੋ ਵੀ ਕੱਚਾ ਹਾਰ ਹੈ ਉਹਦੇ ਵਿੱਚ ਉਹ ਐਂਜਾਈਮ ਭਰਪੂਰ ਹੈਗਾ, ਐਂਜਾਈਮ ਜਿਹੜੇ ਹਨ ਉਹ ਸਾਡੀ ਬੋਡੀ ਦੇ ਵਿੱਚ ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਹਨ ਰਸਾਇਣਿਕ ਕਿਰਿਆਵਾਂ ਅਨੇਕਾਂ ਹਨ, ਸੋ ਉਹਨਾਂ ਨੂੰ ਪੂਰਾ ਕਰਨ ਲਈ ਉਹ ਮਦਦਗਾਰ ਹੁੰਦੇ ਹਨ। ਜਦੋਂ ਅਸੀਂ ਪੱਕਾ ਆਹਾਰ ਜਿਹਨੂੰ ਆਪਾਂ ਅੱਗ ਦੇ ਉੱਤੇ ਪਕਾਇਆ ਆਹਾਰ ਖਾਂਦੇ ਹੈਗੇ ਹਾਂ ਤਾਂ ਉਹਦੇ ਵਿੱਚ ਜਿੰਨੇ ਵੀ, ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹ ਜੋ ਐਂਜਾਈਮਜ਼ ਹਨ ਉਹ ਮੋਰ ਦੈਨ 90% ਖਤਮ ਹੋ ਜਾਂਦੇ ਹਨ। ਸੋ ਜਿਹਨਾਂ ਨੇ ਸਾਡੀ ਬੋਡੀ ਦੀਆਂ ਉਹ ਰਸਾਇਣਿਕ ਕਿਰਿਆਵਾਂ ਪੂਰੀਆਂ ਕਰਨੀਆਂ ਸਨ ਉਹ ਸਾਡੀਆਂ ਨਹੀਂ ਪੂਰੀਆਂ ਹੋ ਪਾਉਂਦੀਆਂ। ਦੂਸਰੀ ਗੱਲ ਹੈਗਾ ਕਿ ਉਹਦੇ ਵਿੱਚ ਜੋ ਨਿਊਟ੍ਰੀਸ਼ਨ ਹੈ ਜੋ ਸਾਨੂੰ ਤੱਤ ਮਿਲਦੇ ਹਨ ਖਾਣੇ ਦੇ ਵਿੱਚ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਡਿਸਟਰੋਏ ਹੋ ਜਾਂਦੇ ਹਨ। ਸੋ ਇਸ ਵਜ੍ਹਾ ਕਰਕੇ ਜੋ ਜਿਹਨੂੰ ਆਪਾਂ ਪੱਕਾ ਹਾਰ ਕਹਿੰਦੇ ਹੈਗੇ ਹਾਂ ਦਰਅਸਲ ਉਹ ਵੀ ਇੱਕ ਬਿਮਾਰੀ ਦਾ ਬਹੁਤ ਵੱਡਾ ਕਾਰਨ ਹੈਗਾ ਆ। ਸੋ ਜਿੱਥੇ ਤੱਕ ਹੋ ਸਕੇ ਸਾਨੂੰ ਕੱਚਾ ਆਹਾਰ ਜਿਹੜਾ ਹੈਗਾ ਉਹ ਖਾਣਾ ਚਾਹੀਦਾ ਹੈਗਾ ਆ, ਅਤੇ ਖਾਸ ਕਰਕੇ ਜਿਹੜਾ ਹੈਗਾ ਜੋ ਇੱਕ ਬਿਮਾਰ ਹੈ ਜਿਹਨੂੰ ਇੱਕ ਬਿਮਾਰੀ ਦੂਜੀ ਬਿਮਾਰੀ ਲੱਗੀ ਰਹਿੰਦੀ ਹੈਗੀ ਆ ਉਹਦੇ ਲਈ ਇੱਕ ਬਹੁਤ ਜ਼ਰੂਰੀ ਹੈਗਾ ਆ ਕਿ ਅਸੀਂ ਬਿਮਾਰ ਬਿਲਕੁਲ ਬਣਾ ਹੋਈਏ ਅਤੇ ਜੋ ਕੱਚਾ ਆਹਾਰ ਲਏਗਾ ਐਂਜਾਈਮ ਭਰਪੂਰ ਉਹਦੀ ਖੁਰਾਕ ਹੋਏਗੀ ਨਿਊਟ੍ਰੀਸ਼ਨਸ ਡਾਇਟ ਹੋਏਗੀ ਅਤੇ ਉਸਨੂੰ ਬਿਮਾਰੀ ਨੇੜੇ ਨਹੀਂ ਆਏਗੀ। ਸੋ ਆਮ ਕੀ ਹੈਗਾ ਕਿ ਅਸੀਂ ਜੀ ਚਲੋ ਸਬਜ਼ੀਆਂ ਤਾਂ ਕੱਚੀਆਂ ਖਾ ਲਵਾਂਗੇ ਸਲਾਦ ਦੇ ਰੂਪ ਵਿੱਚ ਖਾ ਲਿਆ ਅਤੇ ਅਸੀਂ ਅਨਾਜ ਦਾ ਕੀ ਕਰਾਂਗੇ। ਸੋ ਉਹਨਾਂ ਨੂੰ ਮੇਰੀ ਰਾਏ ਹੈਗੀ ਆ ਕਿ ਜਿੰਨੇ ਵੀ ਆਪਣੇ ਅਨਾਜ ਹਨ ਜਾਂ ਜਿੰਨੇ ਵੀ ਪਲਸਿਸ ਹਨ ਇਹਨਾਂ ਨੂੰ ਵੀ ਆਪਾਂ ਕੱਚੇ ਖਾ ਸਕਦੇ ਹਾਂ। ਅੱਛਾ ਜੀ, ਅਨਾਜ ਹੈਗਾ ਆ ਜਿੱਦਾਂ ਹੁਣ ਚਲੋ ਕਣਕ ਦੇ ਵਿੱਚ ਤਾਂ ਬਹੁਤ ਅਵਗੁਣ ਆ ਗਏ ਹਨ ਪਰ ਜਦੋਂ ਕਣਕ ਸਹੀ ਸੀਗੀ ਉਦੋਂ ਵੀ ਉਸਨੂੰ ਕੀ ਸੀਗਾ ਕਿ ਅਸੀਂ ਜੇ ਰਾਤ ਨੂੰ ਭਿਉਂਦੇ ਹੀ ਹੈ ਤਾਂ ਭਿਉਣ ਤੋਂ ਬਾਅਦ ਉਸਨੂੰ ਅਸੀਂ ਕਿਸੇ ਕੱਪੜੇ ਵਿੱਚ ਬੰਨ੍ਹ ਕੇ ਰੱਖ ਦਈਏ 12 ਤੋਂ 24 ਘੰਟੇ ਦੇ ਵਿੱਚ, ਤਾਂ ਕੁਛ ਐਸੇ ਅਨਾਜ ਨੇ ਜਿਹੜੇ 48 ਘੰਟੇ ਵੀ ਲੈ ਲੈਂਦੇ ਹਨ ਅਤੇ ਉਹ ਜਿਹੜੇ ਹਨ ਉਹ ਫੁੱਟ ਜਾਂਦੇ ਹਨ। ਉਹਨਾਂ ਦੇ ਵਿੱਚ ਇੱਕ ਨੈਚੁਰਲ ਜੋ ਹੈਗਾ ਜਿਹੜੀ ਜਰਮੀਨੇਸ਼ਨ ਦੀ ਜੋ ਪ੍ਰਕਿਰਿਆ ਹੈਗੀ ਆ ਉਹ ਪੂਰੀ ਹੁੰਦੀ ਹੈ ਅਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜੋ ਕੰਮ ਸਾਡੇ ਅਨਾਜ ਨੇ ਸਰੀਰ ਦੇ ਅੰਦਰ ਜਾ ਕੇ ਕਰਨਾ ਸੀ ਉਹ ਸਰੀਰ ਤੋਂ ਬਾਹਰ ਹੋ ਜਾਂਦਾ ਹੈਗਾ। ਇੱਕ ਫਰਮੈਂਟੇਸ਼ਨ ਦੀ ਕਿਰਿਆ ਹੈਗੀ ਆ ਜਿਹੜੀ ਕਿ ਸਾਡੀ ਉਹ ਪਹਿਲਾਂ ਹੀ ਪੂਰੀ ਹੋ ਜਾਂਦੀ ਹੈਗੀ ਆ ਔਰ ਉਹਦੇ ਜੋ ਵਿਟਾਮਿਨ ਜਾਂ ਉਹਦੇ ਵਿੱਚ ਇੱਕ ਸਮਝ ਲਓ ਕਿ ਪੌਸ਼ਟਿਕ ਤੱਤ ਹਨ ਉਹ ਕਈ ਗੁਣਾ ਮਲਟੀਪਲਾਈ ਹੋ ਜਾਂਦੇ ਹਨ ਕਈ ਗੁਣਾ। ਸੋ ਆਪਾਂ ਜੋ ਵੀ ਅਨਾਜ ਹੈ ਚਾਹੇ ਉਹ ਛੋਲੇ ਹਨ ਚਾਹੇ ਉਹ ਦਾਲਾਂ ਹਨ ਉਹਨਾਂ ਨੂੰ ਅਸੀਂ ਕੱਚੇ ਖਾ ਸਕਦੇ ਹੈਗੇ ਹਾਂ, ਉਹਨਾਂ ਨੂੰ ਪਾਣੀ 'ਚ ਭਿਉਂ ਕੇ ਉਹਨਾਂ ਨੂੰ ਪੁੰਗਾਰ ਕੇ ਔਰ ਉਹ ਜੋ ਅਸੀਂ ਆਹਾਰ ਜੇ ਅਸੀਂ ਸ਼ੁਰੂ ਕਰ ਲਈਏ ਗਲਤੀ ਨਾਲ ਵੀ ਤਾਂ ਮੈਂ ਕਹਿੰਦਾ ਅਸੀਂ ਬਹੁਤ ਸਾਰੇ ਰੋਗਾਂ ਤੋਂ ਅਸੀਂ ਬਚ ਸਕਦੇ ਹੈਗੇ ਹਾਂ, ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹੈਗੇ ਹਾਂ। ਸੋ ਦੂਸਰੀ ਇੱਕ ਹੋਰ ਵੱਡੀ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਆਮ ਕੀ ਹੈਗਾ ਆ ਕਿ ਜਦੋਂ ਸਾਨੂੰ ਕਬਜ਼ ਸਾਨੂੰ ਪਤਾ ਲੱਗ ਗਿਆ ਜੀ ਹਾਂ ਕਬਜ਼ ਹੈਗੀ ਹੈ ਜੀ, ਹੁਣ ਤਾਂ ਡਾਕਟਰ ਸਾਹਿਬ ਨੇ ਵੀ ਕਹਿਤਾ ਵੀ ਕਬਜ਼ ਹੈਗੀ ਹੈ ਅਤੇ ਹੁਣ ਇਹਦਾ ਅਸੀਂ ਇਲਾਜ ਕੀ ਕਰਨਾ ਹੈਗਾ। ਸੋ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਲਓ ਜੀ ਕੋਈ ਨਾ ਕੋਈ ਜਲਾਬ ਲੈ ਲਈਏ ਜਾਂ ਅਸੀਂ ਕੋਈ ਨਾ ਕੋਈ ਦਵਾਈ ਖਾ ਲਈਏ, ਸਾਡਾ ਪਹਿਲਾ ਧਿਆਨ ਦਵਾਈ ਵੱਲ ਹੀ ਜਾਂਦਾ ਹੈਗਾ। ਸੋ ਮੈਂ ਕਹਿੰਦਾ ਦਵਾਈ ਬਿਲਕੁਲ ਨਹੀਂ ਖਾਣੀ ਚਾਹੀਦੀ ਜਿਸ ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਹੈਗੀ ਆ ਤਾਂ। ਅੱਛਾ ਜੀ, ਕਾਰਨ ਕੀ ਹੈਗਾ ਕਿ ਜਿੰਨੀਆਂ ਵੀ ਇਹ ਜੋ ਕਾਰਨ ਹਨ ਕਾਰਨ ਵੱਲ ਧਿਆਨ ਦੇਣਾ ਚਾਹੀਦਾ ਵੀ ਸਾਡੇ ਕਿੱਥੇ ਫਾਲਟ ਹੈਗਾ, ਉਸ ਫਾਲਟ ਨੂੰ ਆਪਾਂ ਠੀਕ ਕਰਾਂਗੇ ਤਾਂ ਕਬਜ਼ ਆਪਣੇ ਆਪ ਖਤਮ ਹੋਏਗੀ। ਬਿਲਕੁਲ, ਗੋਲੀਆਂ ਖਾਣ ਨਾਲ ਨਹੀਂ ਠੀਕ ਹੋਣੀ, ਅਸੀਂ ਜਲਾਬ ਲੈ ਕੇ ਇਹ ਚੀਜ਼ ਬਿਲਕੁਲ ਨਹੀਂ ਠੀਕ ਹੋਣੀ, ਉਲਟਾ ਇਹ ਚੀਜ਼ ਵਿਗੜੇਗੀ, ਇਹ ਚੀਜ਼ ਹੋਰ ਖਰਾਬ ਹੋਏਗੀ। ਅੱਛਾ, ਇੱਕ ਇੱਕ ਡਾਕਟਰ ਸਾਹਿਬ ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਮੈਂ ਰੋਕ ਰਿਹਾ, ਪਿੱਛੇ ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀ ਜਾਂ ਮੇਰੇ ਪਤਾ ਕਿੱਥੋਂ ਦਵਾਰ 'ਚ ਸਵਾਲ ਆਇਆ ਕਿ ਇਹ ਜਿਹਦੀ ਮੰਨ ਲਓ ਆਪਾਂ ਨੂੰ ਕਬਜ਼ ਦੀ ਪ੍ਰੋਬਲਮ ਆ ਜਾਂ ਆਪਾਂ ਅੰਤੜੀਆਂ ਦੀ ਸਾਫ਼ ਸਫਾਈ ਦੀ ਗੱਲ ਕਰਦੇ ਹਾਂ ਤਾਂ ਜੇ ਆਪਾਂ 1 ਜਾਂ 2 ਦਿਨ ਵੈਸੇ ਇੱਕ ਵਰਤ ਦੇ ਤੌਰ 'ਤੇ ਰੱਖਦੇ ਹਾਂ ਕਿ ਆਪਾਂ ਖਾਣਾ ਨਾ ਖਾਈਏ ਅਤੇ ਗਰਮ ਪਾਣੀ ਜਿਹੜਾ ਹੈ ਉਹ ਲਿਆ ਜਾਵੇ ਅਤੇ ਉਹਦੇ ਨਾਲ ਜਿਹੜਾ ਆਪਣਾ ਜਿਹੜੀਆਂ ਅੰਤੜੀਆਂ ਨੇ ਉਹਨਾਂ ਦੀ ਸਫਾਈ ਹੋ ਜਾਂਦੀ ਹੈ ਕਿ ਮੇਰੇ ਦਿਮਾਗ ਤੁਸੀਂ ਮੇਰੇ ਬਹੁਤ ਦੀ ਗੱਲ ਫੜੀ ਹੈ, ਮੈਂ ਇਸ ਪੁਆਇੰਟ 'ਤੇ ਅਜੇ ਆਉਣਾ ਸੀਗਾ। ਅੱਛਾ, ਤੁਸੀਂ ਸਵਾਲ ਕੀਤਾ, ਬਹੁਤ ਅੱਛਾ ਹੈਗਾ। ਸੋ ਇਹਦੇ ਵਿੱਚ ਅਸੀਂ ਕੀ ਹੈਗਾ ਕਿਸੇ ਨੂੰ ਕਹੀਏ ਨਾ ਵੀ ਇੱਕ ਖਾਣਾ ਇੱਕ ਟਾਈਮ ਦਾ ਤੂੰ ਖਾਣਾ ਨਾ ਖਾ, ਨਾ ਜੀ ਨਾ, ਮੈਂ ਤਾਂ ਫਿਰ ਕਮਜ਼ੋਰੀ ਆ ਜਾਣੀ ਹੈ। ਅੱਛਾ, ਮੈਂ ਤਾਂ ਫਿਰ ਭੁੱਖਾ ਮਰ ਜਾਵਾਂਗਾ, ਹੈਂਜੀ, ਇਹ ਨਹੀਂ ਮੈਂ ਕੰਮ ਕਰ ਸਕਦਾ। ਸੋ ਕੀ ਹੈਗਾ ਉਸਨੂੰ ਇੰਨਾ ਗਿਆਨ ਹੈਗਾ ਕਿ ਜੋ ਹਾਲੇ 4 ਦਿਨ ਦਾ ਖਾਧਾ ਹੈ ਪਹਿਲਾਂ ਜੀ ਉਹ ਤਾਂ ਅਜੇ ਸਾਨੂੰ ਪੂਰੀ ਤਰ੍ਹਾਂ ਹਜ਼ਮ ਹੋ ਕੇ ਸਾਡਾ ਬਾਹਰ ਨਹੀਂ ਨਿਕਲਿਆ ਉਹਦਾ ਫੋਕ, ਅਤੇ ਅੱਗੇ ਖਾਣ ਦਾ ਸਾਨੂੰ ਫਿਕਰ ਹੈ। ਬਿਲਕੁਲ, ਸੋ ਜਿਹਨੂੰ ਵੀ ਕਰੋਨਿਕ ਪ੍ਰੋਬਲਮ ਹੈਗੀ ਆ ਕਬਜ਼ ਦੀ ਉਹ ਇੱਕ ਕੰਮ ਜ਼ਰੂਰ ਕਰੇ,
वो कम से कम हफ्ते दे विच एक दिन 24 घंटे 24 घंटे वो कुछ ना खावे अनाज जी, कोई भी अनाज ना खावे ते शरीर नूं रैसट देवे, जिन्हें भी साडे डाइजेस्टिव ऑर्गन हैं उन्होंने मौका मिले कि वह भाई जो पहला कचरा हैगा उन्हें पहला हल कर लेना और वो दे विच की करना चाहिए हैगा या वो दे विच सानू वो चीज़ा लेनी चाहिए हैं जिहड़ियां कि उस नूं पुराने मल नूं कढ़न दे विच मददगार होण। सो उस लई पहला तो हैगा कि जिस तरह गर्म पानी ये तो सानू डेली रूटीन बेसिस ते लैना चाहिए हैगा। दूसरी चीज़ हैगी है कि जिन्हें भी फलों के रस हैं जिन्हें भी सब्जियों के रस हैं जूस हैं वो सानू लैने चाहिए हैं ता कि जो है सानू उस वो पुराना मल नरम हो नरम हो के अगे चले साडी जो हैगी बॉडी के विचों वो निकले तो जो है सानू कवच तो जी है निजात मिले तो फिर ये जो है ये सानू होर भी वधिया होएगा। इस वजह करके जेडे बीमार ज़्यादा हैं क्रॉनिक जी है प्रॉब्लम हैगी उन्होंने एक दिन तो ज़्यादा भी 2 दिन 3 दिन का 4 दिन तक भी किया जा सकता है पर एक दिन तो जो ज़्यादा करना है तो फिर डॉक्टर की देख रेख के ही होना चाहिए है क्योंकि वो आबाद दिया इतनिया क समझ लो कि क्रियावान आ सकदियां हैं कि प्रॉब्लम भी हो सकती हैगी है। प्रॉब्लम ये हो सकती है कि जो पुराना मल निकलना है अंतरिया ने छड़ना है तो उस टाइम की हैगा कि ये सारी जो भी टॉक्सन हैं वो रिलीज़ होने हैं वो रिलीज़ होंगे हैं जो ब्लड स्ट्रीम जाएंगे किसी टैंपरेचर भी हो सकता है किसी जे रेशे की बहुत ज़्यादा जी है चांस भी हो सकते हैं किसी रेस्पिरेटरी प्रॉब्लम भी हो सकती है स्किन के उत्ते कई तरह दगिया ने जो है प्रॉब्लम आ सकती हैं तो इस वजह करके जो भी एक दिन तो जो ज़्यादा है किसी फास्ट रखना है वो डॉक्टर की देख रेख में ही करना चाहिए है एक दिन का जोड़ा है वह हर कोई कर सकता है बिना किसी। ये मनप्रीत सिंह जी का तुहाडे लई एक कह लो कि भी उन्होंने थैंक्स किया तुहाडा जी वो कहिंदे कि भी आफ्टर वॉचिंग लास्ट एपीसोड मैं अपनियां फूड इनटेक्स जिहड़े मैथड सीगे उन्होंने चेंजिज़ लियांदियां ते हुण मैं बहुत ज़्यादा रिलैक्स हाँ ते पिछले हफ्ते तो वो जिहड़ी गैस्ट्रिक प्रॉब्लम सी वो भी ठीक है। सो प्राइम एशिया ते तुहाडा धन्नवाद कर रहे जी। थैंक यू जी। यही कम हैगा जो एक्चुअली मेरा इत्थे चैनल ते आउण दा जां जो तुसीं अवसर दित्ता है बहुत वधिया उहदा मेन मकसद ही यह हैगा कि एक अवेयरनैस जी ए पैदा करना दर्शकों के बच्चे कि ता कि सानू जिहड़ा हैगा आ इतनी जो एक जद्दोजहद भरी जिंदगी है इतनी कशमकश वाली जो समझ के साडी रूटीन हैगी असी जो भी अपना काम कार हैगा वह सही महीने च कर सकी तंदुरुस्त रह के सो उहदे लई इह जिहड़ी हैगी एक जानकारी होनी सेहत प्रति ये बेसिक हैगी सो इहदा ज्ञान बहुत होना जरूरी है ते जे दर्शक इस नूं सही अर्थां दे विच लै रहे ने जां कर रहे ने ते तो वड्डी खुशी मैं कहिंदा मैनूं होर नहीं हो सकदी। सो बहुत अच्छी गल है उहनां नूं मैं मुबारकबाद दिंदा इस चीज़ की कि वो उन्होंने इस चीज़ नूं फॉलो करके ते वो मैं कहिंदा कि जिद्दां दवाई की गल करते दीवे ना दीवा जला के मैं कहना वो जो ज्ञान जो उन्होंने लिया है वह अगे भी अपने आंढ़िया गुआढ़ियों अपने सज्जन मित्रों ना साझा करन ते होरना दा भी भला करन। सो एक बहुत वड्डा यह उद्यम हैगा जो कर सकन। तो मैं अपने दर्शकों को दस दें जी कि भी प्राइम एशिया टीवी हर रोज़ कोई ना कोई शख्सियत आप सब की नज़र करता है इस करके कि आप जिस जिस पास भी कुछ गलती कर रहे हैं आप उस पास मुड़ के एक चंगा सुचजा जीवन जी सकी। तो ये डॉक्टर हरचरण सिंह जी को आप जो लैके आने प्राइम फोकस प्रोग्राम के कारण यही है कि अपनी जी हैल्थ है जिन्होंने कि आप दिन ब दिन इग्नोर करते जा रहे हैं तो आप हर रोज़ दुखा दर्दा बीमारियों की जकड़ के जा रहे हैं आप उस चीज़ तो बच सकी। सो एक सौखा तरीका है कि आप अपने शरीर को समझिए इस मशीनरी समझिए जिस मशीनरी का करके आप एग्जिस्ट करते हैं जिस मशीनरी का करके वड्डिया वड्डिया कोठियां वड्डे वड्डे महलों के बाहर वड्डी सारी एक नेम प्लेट लगी होंगी कि कौन साहब ने कि शख्सियत है वो शख्सियत वो साहब एग्जिस्ट करते हैं सिर्फ तो सिर्फ इस बॉडी का करके तो इस बॉडी की सांभ संभाल आप करनी चाहिए है। ठीक है पैसा धेला शौहरत नाम पैसा सब कुछ चाहिए पर वो सारा कुछ होएगा जे वो शरीर है इस करके असी वार वार यही बेनती करते हैं कि तुसीं अपनी सेहत का जरूर ख्याल रख्या करो आप अपनी खाण पीण दीआं आदतां नूं दुरुस्त कर लईए अपनियां सौण दीआं रैसट करन दीआं उठण बहण दीआं आदतां नूं दुरुस्त कर लईए तां उहदे नाल दा जीवन किते वी नहीं लभ सकदा। सो ये असी वार वार बेनती करते हैं प्राइम एशिया टीवी के प्लेटफॉर्म तो। सर आखिरी एक मिनट है जे तुसीं एक मिनट दे विच कोई गल करनी चाहो मैं भुल गया हां पुछणी जी जी। सो इहदे विच एक गल बहुत जरूरी है जिस गुरबाणी के दसम पातशाह ने फरमाया है जी
ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ। ਅੱਗੇ ਲਿਖਦੇ ਨੇ, ਜਦਕਿ ਜਟਾ ਯੋਗ ਕੋ ਬੱਜਨ, ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਅੱਗੇ ਜ਼ਿਕਰ ਹੈ ਆਹਾਰ ਬਾਰੇ, ਕਹਿੰਦੇ ਨੇ ਅਲਪ ਆਹਾਰ ਬਹੁਤ ਜੀਵਨ ਦਾ ਮਹਾਰਾਜ ਨੇ ਤੱਤ ਸਾਰ ਦੇ ਦਿੱਤਾ ਹੈਗਾ, ਜੇ ਆਪਾਂ ਇਹਨੂੰ ਫੋਲੋ ਕਰ ਲਈਏ, ਇਹਨੂੰ ਮੰਨ ਲਈਏ, ਤਾਂ ਮੈਂ ਕਹਿੰਦਾ ਸਾਡੀ ਕੀ ਅਵਸਥਾ ਬਣੇਗੀ। ਉਸ ਤਰ੍ਹਾਂ ਸਾਹਿਬ ਫਰਮਾਉਂਦੇ ਹਨ, ਅਲਪ ਆਹਾਰ ਸੁਲਭ ਸੇ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹੇ ਵੋ, ਹਵੈ ਵੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨਾ ਮਨਸੋ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਮਤਲਬ ਜੇ ਆਪਾਂ ਇਸ ਉਪਦੇਸ਼ ਨੂੰ ਜੋ ਸਾਹਿਬਾਂ ਨੇ ਫਰਮਾਇਆ ਇਹਨੂੰ ਮੰਨ ਲਈਏ, ਤਾਂ ਕਿਹੜੀ ਅਵਸਥਾ ਕਿਸ ਚੀਜ਼ ਦਾ ਸਾਹਿਬ ਜ਼ਿਕਰ ਕਰ ਗਏ ਹਨ, ਮੈਂ ਕਹਿੰਦਾ ਸਾਨੂੰ ਕਿਤਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈਗਾ ਆ। ਕੀ ਕਹਿੰਦੇ ਨੇ, ਪਰਮ ਪੁਰਖ ਕਹਿ ਪਾਵੈ, ਆ ਅਲਪ ਹਾਰ ਸੁਲਭ ਸੀ ਨਿੰਦਰਾ। ਬਿਲਕੁਲ ਸਹੀ, ਇਸ ਨੂੰ ਫੋਲੋ ਕਰਕੇ ਕਿਹੜੀ ਅਵਸਥਾ ਕਰ ਸਕਦੀ ਆ, ਜਿਹਦੇ ਬਾਰੇ ਸਾਹਿਬ ਕਹਿੰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਹੈਂਜੀ, ਪਰਮ ਪੁਰਖ ਕੋ, ਅਤੇ ਉਹ ਕੀ ਕਹਿੰਦੇ ਨੇ, ਪਰਮ ਪੁਰਖ ਸਾਹਿਬ ਕਹਿੰਦੇ ਨੇ, ਤੂੰ ਇਹ ਇਨਸਾਨ ਤੂੰ ਬਣ ਸਕਦਾ ਹੈਗਾ ਆ ਇਸ ਰਸਤੇ ਨੂੰ ਅਖਤਿਆਰ ਕਰਕੇ, ਇਹਨੂੰ ਫੋਲੋ ਕਰਕੇ। ਸੋ ਇਹ ਇੱਕ ਐਡਾ ਅਹਿਮ ਜਿਹੜਾ ਹੈਗਾ ਇਹ ਮੁੱਦਾ ਹੈਗਾ ਆ, ਜਿਹੜਾ ਕਿ ਮੋਸਟ ਇਗਨੋਰਡ ਹੈਗਾ ਆ, ਔਰ ਜੇ ਅਸੀਂ ਆਪਾਂ ਇਸ ਨੂੰ ਫੋਲੋ ਕਰ ਜਾਈਏ ਤਾਂ ਕਿੰਨੀ ਉੱਚੀ ਆਤਮਕ ਅਵਸਥਾ 'ਤੇ ਅਸੀਂ ਪਹੁੰਚ ਸਕਦੇ ਹੈਗੇ ਹਾਂ। ਸੋ ਬਹੁਤ ਜ਼ਰੂਰੀ ਹੈ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਬੜੀਆਂ ਸੋਹਣੀਆਂ ਗੱਲਾਂ ਸਾਨੂੰ ਦੱਸੀਆਂ, ਸਮਝਾਈਆਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਨੂੰ ਵੀ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਾਈਮੇਸ਼ਾ ਟੀਵੀ ਦੀ ਤਰਫੋਂ ਇਹ ਜਿਹੜੀ ਪਹਿਲ ਅਸੀਂ ਕਰਦੇ ਹਾਂ ਜੀ, ਇਹਨਾਂ ਸਾਰੇ ਕੁਛ ਨੂੰ ਤੁਸੀਂ ਆਪਣੇ ਜੀਵਨ 'ਚ ਅਪਣਾਓਗੇ ਅਤੇ ਹੋਰ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਗਿਆਨ ਹੈ ਉਹ ਵੰਡਦੇ ਰਹੋਗੇ। ਜੇ ਤੁਸੀਂ ਇਹਨੂੰ ਟੀ ਵੀ ਤੋਂ ਇਲਾਵਾ ਯੂਟਿਊਬ ਦੇ ਉੱਪਰ ਦੇਖੋ ਤਾਂ ਜਿਹੜਾ ਲਿੰਕ ਹੁੰਦਾ ਇਹਨੂੰ ਤੁਸੀਂ ਐਜ਼ ਇਟ ਇਜ਼ ਵਟਸਐਪ ਗਰੁੱਪਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਸਾਡੀ ਕਿਸੇ ਵੀ ਵੀਡੀਓ ਦੇ ਐਜ਼ ਇਟ ਇਜ਼ ਲਿੰਕ ਨੂੰ ਤੁਸੀਂ ਵਟਸਐਪ ਗਰੁੱਪਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ, ਉਹਦੇ 'ਤੇ ਕੋਈ ਕਾਪੀਰਾਈਟ ਦਾ ਰੌਲਾ ਨਹੀਂ ਆ। ਪਰ ਹਾਂ, ਜੇ ਤੁਸੀਂ ਉਸ ਵੀਡੀਓ ਨੂੰ ਡਾਊਨਲੋਡ ਕਰਦੇ ਹੋ ਉਹਦੇ ਨਾਲ ਕੋਈ ਛੇੜਛਾੜ ਕਰਦੇ ਹੋ ਤਾਂ ਉਹਦੇ 'ਤੇ ਕਾਪੀਰਾਈਟ ਦੀ ਗੱਲ ਜ਼ਰੂਰ ਹੁੰਦੀ ਹੈ। ਇਹ ਵੀ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ। ਬਾਕੀ ਇੱਕ ਵਾਰ ਦੁਬਾਰਾ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਦੇਖਦੇ ਰਹੋ ਪ੍ਰਾਈਮੇਸ਼ਿਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮੇਸ਼ਿਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮੇਸ਼ਿਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।